ਹੈਲੋ एवरीवन ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਾਈਕੋਲੋਜੀ ਦੇ ਫੈਕਟ ਅਗਰ ਤੁਸੀਂ ਪੀਐਸ ਟੈਟ ਦੇਣ ਜਾ ਰਹੇ ਹੋ ਚਾਹੇ ਤੁਸੀਂ ਪੀਐਸ ਟੈਟ 1 ਦੇਣਾ ਹੈ ਪੇਪਰ ਜਾਂ ਪੀਐਸ ਟੈਟ 2 ਦੇਣਾ ਹੈ ਉਹਨਾਂ ਦੋਵਾਂ ਦੇ ਵਿੱਚ ਹੀ ਸਾਈਕੋਲੋਜੀ ਪਾਰਟ ਜੋ ਹੈ ਸੀਡੀਪੀ ਜਿਸ ਨੂੰ ਬੋਲਦੇ ਆ ਉਹ 30 ਮਾਰਕਸ ਦਾ ਆਉਂਦਾ ਹੈ ਇਸ ਤੋਂ ਇਲਾਵਾ ਪੈਡਾਗੋਜੀ ਜੋ ਹੈ ਹਰੇਕ ਸਬਜੈਕਟ ਦੇ ਵਿੱਚ ਕੁਝ-ਕੁਝ ਕੁਐਸਚਨ ਜੋ ਹੈ ਉਸ ਦੇ ਪੁੱਛੇ ਜਾਂਦੇ ਆ ਅਗਰ ਤੁਸੀਂ ਸਾਈਕੋਲੋਜੀ ਨੂੰ ਅਜੇ ਤੱਕ ਹੱਥ ਵੀ ਨਹੀਂ ਲਾਇਆ ਲਾਇਆ ਔਰ ਤੁਸੀਂ ਚਾਹੁੰਦੇ ਹੋ ਕਿ ਸਾਈਕੋਲੋਜੀ ਦੇ ਵਿੱਚੋਂ ਘੱਟੋ ਘੱਟ 10 ਤੋਂ ਲੈ ਕੇ 20 ਮਾਰਕਸ ਜੋ ਹੈ ਉਹ ਬਣ ਜਾਣ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਸਿਰਫ ਫੈਕਟ ਦੱਸੇ ਜਾਣਗੇ ਔਰ ਇਹ ਵੀਡੀਓ ਹੋ ਸਕਦਾ ਹੈ ਇੱਕ ਇੱਕ ਘੰਟੇ ਦੀ ਹੋਏ ਜਾਂ ਡੇਢ ਘੰਟੇ ਦੀ ਹੋਏ ਇਸ ਦੇ ਨਾਲ ਕੀ ਹੋਏਗਾ ਤਾਂ ਦਾ ਸਾਈਕੋਲੋਜੀ ਦੇ ਜੋ ਮੇਨ ਮੇਨ ਪਾਰਟ ਨੇ ਜੋ ਫੈਕਟ ਨੇ ਉਹ ਇਸ ਵੀਡੀਓ ਦੇ ਵਿੱਚ ਕਵਰ ਹੋ ਜਾਣਗੇ ਸਾਰੇ ਤਾਂ ਨਹੀਂ ਹੋਣਗੇ ਕਿਉਂਕਿ 1 ਘੰਟੇ ਦੇ ਵਿੱਚ ਜਾਂ 1.5 ਘੰਟੇ ਦੇ ਵਿੱਚ ਸਾਰੀ ਸਾਈਕੋਲੋਜੀ ਤਾਂ ਨਹੀਂ ਕਵਰ ਕਰਵਾਈ ਜਾ ਸਕਦੀ ਲੇਕਿਨ ਜੋ ਫੈਕਟ ਦੇ ਉੱਪਰ ਕੁਐਸਚਨ ਜੋ ਹੈ ਮੇਨਲੀ ਪੁੱਛੇ ਜਾਂਦੇ ਆ ਪੀਐਸਟੈਟ ਦੇ ਵਿੱਚ ਜੋ ਪ੍ਰੀਵੀਅਸ ইয়ার ਦੇ ਵਿੱਚ ਟ੍ਰੈਂਡ ਰਿਹਾ ਉਹਨਾਂ ਦੇ ਅਕੋਰਡਿੰਗ ਹੀ ਇਹ ਜੋ ਹੈ ਫੈਕਟ ਦੱਸੇ ਜਾਣਗੇ ਸੋ ਇਹ ਫੈਕਟ ਵਾਲੀ ਵੀਡੀਓ ਦੇਖ ਕੇ ਤੁਸੀਂ ਘੱਟੋ ਘੱਟ ਆਪਣੀ 10 ਤੋਂ ਲੈ ਕੇ 15 ਮਾਰਕਸ ਜੋ ਹੈ ਉਹ ਸਾਈਕੋਲੋਜੀ ਵਿੱਚੋਂ ਇਨਕਰੀਜ਼ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਪੈਡਾਗੋਜੀ ਵਿੱਚੋਂ ਘਟੋ ਘੱਟ ਵੀ 5 ਜਾਂ 6 ਜੋ ਹੈ ਕੁਐਸਚਨ ਤੁਹਾਡੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਲਵ ਹੋ ਜਾਣਗੇ ਸੋ ਟੋਟਲ ਤੁਸੀਂ ਆਪਣੇ 20 ਤੋਂ ਲੈ ਕੇ 22 ਮਾਰਕਸ ਜੋ ਹੈ ਉਹ ਇੱਕ ਇਸ ਡੇਢ ਘੰਟੇ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਹੀ ਇਨਕਰੀਜ਼ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਆਪਣੇ ਸਾਥੀ ਜੋ ਪੀਐਸ ਟੈਟ ਦੇਣ ਜਾ ਰਹੇ ਆ ਉਹਨਾਂ ਨਾਲ ਇਹ ਵੀਡੀਓ ਦਾ ਲਿੰਕ ਜੋ ਹੈ ਉਹ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਵੇਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੇ ਮਾਰਕਸ ਇਨਕਰੀਜ਼ ਕਰ ਰਹੇ ਹੋ ਬਾਕੀ ਵੀ ਕਰ ਸਕਣ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਵਰਡਸ ਦੇ ਉੱਪਰ ਕੀ ਹੈ ਔਰ ਉਸ ਦੇ मीनिंग ਦੇ ਉੱਪਰ ਹੈ ਇਹ ਵਰਡ ਕਿੱਥੋਂ ਆਇਆ ਕਿਹੜੇ ਦੇਸ਼ ਤੋਂ ਆਇਆ ਔਰ ਉਸ ਦਾ मीनिंग ਕੀ ਹੈ ਇਸ ਦੇ ਉੱਪਰ ਹਰੇਕ ਪੀਐਸ ਟੈਟ ਦੇ ਵਿੱਚ ਕੀ ਹੈ ਇੱਕ ਜਾਂ ਦੋ ਕੁਐਸਚਨ ਆਉਂਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਜੋ ਸਾਈਕੋਲੋਜੀ ਦੇ ਵਿੱਚ ਮੇਨ ਮੇਨ ਵਰਡਸ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ ਸੋ ਸਭ ਤੋਂ ਪਹਿਲਾ ਵਰਡ ਹੈ ਸਾਈਕੋਲੋਜੀ ਜੋ ਸਬਜੈਕਟ ਹੈ ਉਹਦੇ ਉੱਪਰ ਹੀ ਹੈ ਪਹਿਲਾ ਵਰਡ ਇਹ ਪੁੱਛਿਆ ਜਾਂਦਾ ਹੈ ਕਿ ਸਾਈਕੋਲੋਜੀ ਕਿੰਨਾ ਦੋ ਸ਼ਬਦਾਂ ਤੋਂ ਬਣਿਆ ਸੋ ਸਾਈਕੋਲੋਜੀ ਜੋ ਹੈ ਉਹ ਸਾਈਕੇ ਪਲਸ ਲੋਗਸ ਤੋਂ ਬਣਿਆ ਠੀਕ ਹੈ ਔਰ ਕਈ ਵਾਰੀ ਕੀ ਹੁੰਦਾ ਹੈ ਕਿ ਸਾਈਕੇ ਪਲਸ ਲੋਗਸ ਦੋਨਾਂ ਵਿੱਚੋਂ ਇੱਕ ਪੁੱਛਿਆ ਜਾਂਦਾ ਔਰ ਉਸ ਦਾ ਮੀਨਿੰਗ ਪੁੱਛ ਲਿਆ ਜਾਂਦਾ ਸੋ ਸਾਈਕੇ ਦਾ ਮੀਨਿੰਗ ਕੀ ਹੈ ਆਤਮਾ ਔਰ ਲੋਗੋ ਦਾ मीनिंग ਕੀ ਹੈ ਵਿਗਿਆਨ ਠੀਕ ਹੈ ਸੋ ਮੇਨਲੀ ਇਸ ਦਾ मीनिंग ਕੀ ਬਣ ਗਿਆ ਆਤਮਾ ਦਾ ਵਿਗਿਆਨ ਔਰ ਅਗਰ ਤੁਹਾਨੂੰ ਇਹ ਪੁੱਛ ਲਿਆ ਜਾਏ ਕਿ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਤਾਂ ਇਹ ਹੈ ਗ੍ਰੀਕ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਸਾਈਕੋਲੋਜੀ ਠੀਕ ਹੈ ਅੱਗੇ ਚੱਲਦੇ ਹਾਂ ਦੂਸਰਾ ਸ਼ਬਦ ਜੋ ਹੈ ਉਹ ਹੈ এডਿਕੇਸ਼ਨ এডਿਕੇਸ਼ਨ ਜੋ ਸ਼ਬਦ ਹੈ ਉਸ ਦਾ origin ਉਸ ਦੀ ਉਤਪਤੀ ਕਿੱਥੋਂ ਹੋਈ ਐਜੂਕੇਰ ਤੋਂ ਐਜੂਕੇਅਰ ਦੇ ਸਪੈਲਿੰਗ ਯਾਦ ਰੱਖ ਲਿਓ ਕਈ ਵਾਰੀ ਸਪੈਲਿੰਗ ਦੇ ਵਿੱਚ ਹੀ ਘਾਲ ਮੇਲ ਹੁੰਦਾ ਹੈ ਕੁਐਸਚਨ ਦੇ ਵਿੱਚ ਜੋ ਪੇਪਰ ਦੇ ਵਿੱਚ ਪੇਪਰ ਸੈਟਰ ਪੁੱਛਦਾ ਸੋ ਇਸ ਦੇ ਸਪੈਲਿੰਗ ਨੇ E D U C A R E ਇਹ ਜੋ ਹੈ ਕੇਅਰ ਦੇ ਵਿੱਚ ਹੀ ਘਾਲ ਮੇਲ ਕਰਕੇ ਪੂਰੀਆਂ ਚਾਰ ਆਪਸ਼ਨਾਂ ਬਣਾ ਦਿੱਤੀਆਂ ਜਾਂਦੀਆਂ ਠੀਕ ਹੈ ਔਰ ਇਸਮ ਜੋ ਸ਼ਬਦ ਹੈ ਕਿੱਥੋਂ ਆਇਆ ਲਾਟਿਨ ਭਾਸ਼ਾ ਤੋਂ ਔਰ ਐਜੂਕੇਅਰ ਦਾ ਮੀਨਿੰਗ ਕੀ ਹੈ ਸਿੱਖਿਆ ਦੇਣਾ ਉਠਾਉਣਾ ਉਠਾਉਣਾ ਕਿਸ ਚੀਜ਼ ਨੂੰ ਮਨੁੱਖ ਦੇ ਚਰਿੱਤਰ ਨੂੰ ਮਨੁੱਖ ਦੇ ਕੈਰੈਕਟਰ ਨੂੰ ਸਿੱਖਿਆ ਕਿਸ ਦੀ ਦੇਣਾ ਉਸ ਦੇ ਚਰਿੱਤਰ ਨਿਰਮਾਣ ਦੀ ਉਸ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੀ ਠੀਕ ਹੈ ਪਰਸਨੈਲਿਟੀ ਮਤਲਬ ਉਸ ਦੀ ਸ਼ਖਸੀਅਤ ਨੂੰ ਡਿਵੈਲਪ ਕਰਨ ਦੀ ਔਰ ਇਸ ਤੋਂ ਬਾਅਦ ਆ ਤੀਸਰਾ ਵਰਡ ਤੀਸਰਾ ਵਰਡ ਆ ਸਿੱਖਿਆ ਐਜੂਕੇਸ਼ਨ ਇਹ ਕਿਸ ਤੋਂ ਬਣਿਆ ਐਜ਼ ਦਾ origin ਕਿੱਥੋਂ ਹੋਇਆ ਤਾਤੂ ਸਿੱਖਿਆ ਤੋਂ ਠੀਕ ਹੈ ਔਰ ਕਿਹੜੀ ਭਾਸ਼ਾ ਤੋਂ ਆਇਆ ਸੰਸਕ੍ਰਿਤੀ ਤੋਂ ਠੀਕ ਹੈ ਸੰਸਕ੍ਰਿਤ ਤੋਂ ਚੌਥਾ ਵਰਡ ਹੈ ਅਡੋਲਸੈਂਸ ਅਡੋਲਸੈਂਸ ਜਿਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਕਿਸ਼ੋਰ ਅਵਸਥਾ ਇਹ ਕਿੱਥੋਂ ਬਣਿਆ ਅਡੋਲੇਸ਼ੀਅਰ ਤੋਂ ਕਿੱਥੋਂ ਬਣਿਆ ਅਡੋਲੇਸ਼ੀਅਰ ਤੋਂ ਔਰ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਡੋਲੇਸ਼ੀਅਰ ਲਾਟਿਨ ਭਾਸ਼ਾ ਦਾ ਔਰ ਇਸ ਦਾ ਮੀਨਿੰਗ ਕੀ ਹੈ ਮੀਨਿੰਗ ਹੈ ਗਰੋਥ ਵਾਧਾ ਸਟੈਨਲੇ ਹੋਲ ਜੋ ਸੀ ਇੱਕ ਮਨੋਵਿਗਿਆਨਿਕ ਸੀ ਉਹਨਾਂ ਨੇ ਅਡੋਲੇਸ਼ੀਅਰ ਦੇ ਉੱਪਰ ਜੋ ਹੈ ਕਾਫੀ ਸਾਰੀਆਂ ਡੈਫੀਨੇਸ਼ਨਸ ਦਿੱਤੀਆਂ ਉਹਨਾਂ ਡੈਫੀਨੇਸ਼ਨਾਂ ਦੇ ਵਿੱਚੋਂ ਇੱਕ ਡੈਫੀਨੇਸ਼ਨ ਜੋ ਹੈ ਉਹ ਮੇਨਲੀ ਪੀਐਸ ਟੈਟ ਦੇ ਵਿੱਚ ਪੁੱਛੀ ਜਾਂਦੀ ਹੈ ਸੀਟੈਟ ਵਿੱਚ ਵੀ ਪੁੱਛੀ ਜਾਂਦੀ ਹੈ ਉਹ ਕਿਹੜੀ ਹੈ ਕਿ ਕਿਸ਼ੋਰ ਅਵਸਥਾ ਨੂੰ ਸਟੈਨਲੇ ਹਾਲ ਨੇ ਤੂਫਾਨ ਦਾ ਕਾਲ ਕਿਹਾ ਸੀ ਕਿ ਏਲ ਵਾਲੀ ਅਵਸਥਾ ਦੇ ਵਿੱਚ ਕੀ ਹੈ ਸਟ੍ਰੋਮ ਚੱਲਦੇ ਰਹਿੰਦੇ ਆ ਠੀਕ ਹੈ ਅੱਗੇ ਆ ਪਰਸਨੈਲਿਟੀ ਪਰਸਨੈਲਿਟੀ ਦਾ ਮਤਲਬ ਹੈ ਵਿਅਕਤੀਤਵ ਸ਼ਖਸੀਅਤ ਕਿਸ ਤੋਂ ਬਣਿਆ ਪਰਸੋਨਾ ਤੋਂ ਇਹ ਪਰਸੋਨਾਂ ਨੂੰ ਵੀ ਖਮਾਕ ਫਿਰ ਆ ਕੇ ਕੀ ਹੈ ਸਪੈਲਿੰਗ ਚੇਂਜ ਕਰਕੇ ਆਪਸ਼ਨਾਂ ਦੇ ਵਿੱਚ ਲਿਖਿਆ ਹੁੰਦਾ ਹੈ ਕਿਹੜੀ ਭਾਸ਼ਾ ਤੋਂ ਆਇਆ ਲਾਟਿਨ ਭਾਸ਼ਾ ਤੋਂ ਇਸ ਦਾ मीनिंग ਕੀ ਹੈ ਮਖੋਟਾ ਨਕਾਬ ਠੀਕ ਹੈ ਅੱਗੇ ਹੈ ਹੈਬਿਟ ਜਿਸ ਨੂੰ ਕੀ ਕਹਿੰਦੇ ਆ ਆਦਤ ਹੈਬਿਟਸ ਤੋਂ ਆਇਆ ਇਹ ਸ਼ਬਦ ਔਰ ਕਿਹੜੀ ਭਾਸ਼ਾ ਦਾ ਹੈ ਲਾਟਿਨ ਭਾਸ਼ਾ ਦਾ ਹੈਬਿਟਸ ਦਾ ਮਤਲਬ ਕੀ ਹੈ ਹੈਬਿਟ ਦਾ ਕਿਸੇ ਚੀਜ਼ ਨੂੰ ਪ੍ਰਾਪਤ ਕਰ ਲੈਣਾ ਮਤਲਬ ਆਪਣੇ ਆਪ ਵਿੱਚ ਉਸ ਨੂੰ ਢਾਲ ਲੈਣਾ ਠੀਕ ਹੈ ਇੱਕ ਹਹਾਵਤ ਹੈ ਵਾਰਿਸ਼ਾਂ ਨਾ ਅਜ ਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਸੋ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਪ੍ਰਾਪਤ ਕਰ ਲੈਨੇ ਆ ਤਾਂ ਉਹ ਚੀਜ਼ ਕੀ ਹੈ ਜਲਦੀ ਆਪਣੇ ਤੋਂ ਛੁੱਟਦੀ ਨਹੀਂ ਹੈ ਠੀਕ ਹੈ ਜਿਵੇਂ ਤੁਸੀਂ ਦੇਖਿਆ ਹੋਵੇਗਾ ਕੋਈ ਵਿਅਕਤੀ ਜਿਸ ਨੂੰ ਨਸ਼ੇ ਦੀ ਲਤ ਲੱਗੀ ਹੋਵੇ ਤਾਂ ਉਹ ਜਲਦੀ ਜੋ ਹੈ ਨਸ਼ਾ ਕਰਨਾ ਨਹੀਂ ਛੱਡਦਾ ਠੀਕ ਹੈ ਇਸ ਤੋਂ ਬਾਅਦ ਹੈ ਰੁਚੀ ਜਿਸ ਨੂੰ ਕੀ ਕਹਿੰਦੇ ਆ ਇੰਟਰਸਟ ਕਹਿੰਦੇ ਆ ਔਰ ਇਹ ਕਿਸ ਤੋਂ ਬਣਿਆ ਇੰਟਰਸਟੀਜ਼ ਤੋਂ ਕੀ ਸਪੈਲਿੰਗ ਨੇ I N T E R E डबल -S, S E ਔਰ ਇਹ ਕਿਸ ਭਾਸ਼ਾ ਤੋਂ ਆਇਆ ਲਾਟਿਨ ਭਾਸ਼ਾ ਤੋਂ ਇਸ ਦਾ मीनिंग ਕੀ ਹੈ ਕਿਸੇ ਚੀਜ਼ ਵੱਲ ਝੁਕਾ ਕਿਸੇ ਚੀਜ਼ ਵੱਲ ਝੁਕਾ ਠੀਕ ਹੈ ਤੁਸੀਂ ਦੇਖਿਆ ਹੋਵੇਗਾ ਕਿ ਸਭ ਦੀਆਂ ਹੈਬਿਟਸ ਜੋ ਹੈ ਉਹ ਅਲੱਗ-ਅਲੱਗ ਨੇ ਕਿਉਂਕਿ ਸਭ ਦੀ ਜੋ ਪਰਸਨੈਲਿਟੀ ਹੈ ਉਹ ਅਲੱਗ-ਅਲੱਗ ਹੈ ਇਸ ਲਈ ਕੀ ਹੁੰਦਾ ਹੈ ਕਿ ਸਭ ਦੀਆਂ ਆਦਤਾਂ ਅਲੱਗ-ਅਲੱਗ ਹੁੰਦੀਆਂ ਸਭ ਦਾ ਅਲੱਗ-ਅਲੱਗ ਚੀਜ਼ ਵੱਲ ਝੁਕਾ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਮੋਸਟਲੀ ਜੋ ਬੁਆਇਜ਼ ਹੁੰਦੇ ਆ ਉਹਨਾਂ ਦਾ ਕ੍ਰਿਕਟ ਦੇ ਵਿੱਚ ਕੀ ਹੈ ਇੰਟਰਸਟ ਹੁੰਦਾ ਹੈ ਲੇਕਿਨ ਮੋਸਟਲੀ ਗਰਲਜ਼ ਦਾ ਨਹੀਂ ਹੁੰਦਾ ਠੀਕ ਹੈ ਇਹ ਮੈਂ ਜੈਂਡਰ ਡਿਸਕ੍ਰਿਮੀਨੇਸ਼ਨ ਲਈ ਨਹੀਂ ਕਹਿ ਰਿਹਾ ਲੇਕਿਨ ਇਹ ਇੱਕ ਸੁਭਾਵਿਕ ਗੱਲ ਹੈ ਠੀਕ ਹੈ ਹਾਲਾਂਕਿ ਲੜਕੀਆਂ ਵੀ ਕ੍ਰਿਕਟ ਖੇਡਦੀਆਂ ਉਹਨਾਂ ਦੀ ਵੀ ਇੰਡੀਆ ਲੈਵਲ ਤੇ ਟੀਮ ਹੈ ਠੀਕ ਹੈ ਸੋ ਉਸ ਤੋਂ ਬਾਅਦ ਹੈ ਮੋਟੀਵੇਸ਼ਨ ਮੋਟੀਵੇਸ਼ਨ ਦਾ ਮੀਨਿੰਗ ਹੈ ਪ੍ਰੇਰਣਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਕੈਸ ਤੋਂ ਬਣਿਆ ਮੋਟਮ ਤੋਂ ਮੋਟਮ ਕਿਹੜੀ ਭਾਸ਼ਾ ਦਾ ਸ਼ਬਦ ਹੈ ਲਾਟਿਨ ਭਾਸ਼ਾ ਦਾ ਔਰ ਇਸ ਦਾ मीनिंग ਕੀ ਹੈ ਕਿਸੇ ਵਿਅਕਤੀ ਨੂੰ ਕਿਸੇ ਚੀਜ਼ ਨੂੰ ਗਤੀ ਦੇਣਾ ਠੀਕ ਹੈ ਮੋਟੀਵੇਸ਼ਨ ਜੋ ਹੈ ਉਹ ਦੋ ਟਾਈਪ ਦੀ ਹੁੰਦੀ ਹੈ ਇੱਕ ਹੁੰਦੀ ਹੈ ਇੰਟਰਨਲ ਦੂਸਰੀ ਹੁੰਦੀ ਹੈ ਐਕਸਟਰਨਲ ਇੰਟਰਨਲ ਮੀਨਸ ਅੰਦਰੋਨੀ ਜਿਹੜੀ ਆਪਣੇ ਆਪ ਦੇ ਵਿੱਚੋਂ ਕੀ ਆ ਪੈਦਾ ਹੋ ਜਾਏ ਬਾਹਰੀ ਜਿਹੜੀ ਹੁੰਦੀ ਹੈ ਜਿਸ ਨੂੰ ਐਕਸਟਰਨਲ ਕਿਹਾ ਜਾਂਦਾ ਹੈ ਉਹ ਆਪਣੇ ਆਪ ਵਿੱਚੋਂ ਪੈਦਾ ਨਹੀਂ ਹੁੰਦੀ ਉਹ ਆਪਾਂ ਨੂੰ ਇਹ ਆ ਤਾਂ ਪੁਰਸਕਾਰ ਦੇ ਕੇ ਸਜ਼ਾ ਦੇ ਕੇ ਜਾਂ தண்ட ਦੇ ਕੇ ਉਹਨਾਂ ਚੀਜ਼ਾਂ ਦੇ ਨਾਲ ਕੀ ਹੈ ਜਾਂ ਉਦੇਸ਼ ਦੇ ਕੇ ਆਪਣੇ ਦੇ ਵਿੱਚ ਕੀ ਹੈ ਮੋਟੀਵੇਸ਼ਨ ਪੈਦਾ ਕੀਤੀ ਜਾਂਦੀ ਹੈ ਸੋ ਇਹ ਕੁਝ ਮੇਨ ਵਰਡਸ ਨੇ ਜਿਨ੍ਹਾਂ ਦੇ ਉੱਪਰ ਕੀ ਹੈ ਇੱਕ ਜਾਂ ਇੱਕ ਜਾਂ ਦੋ ਕੁਐਸਚਨ ਆ ਜਾਂਦੇ ਆ ਅੱਗੇ ਚੱਲਦੇ ਆ ਫਿਰ ਹੈ ਸਾਈਕੋਲੋਜੀ ਦੇ ਵਿੱਚ ਕੁਝ ਸਕੂਲਸ ਨੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਸੰਪਰਦਾਇ ਸਾਈਕੋਲੋਜੀ ਦੇ ਵਿੱਚ ਕੁਝ ਸਕੂਲ ਨੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਸੰਪਰਦਾਇ ਠੀਕ ਹੈ ਔਰ ਉਸ ਸੰਪਰਦਾਏ ਦੇ ప్రతిపాదਕ ਉੱਪਰ ਕੁਐਸਚਨ ਆ ਜਾਂਦਾ ਹੈ ਜਾਂ ਉਸ ਦੀਆਂ ਵਿਸ਼ੇਸ਼ਤਾਵਾਂ ਦੇ ਉੱਪਰ ਕੀ ਹੈ ਆਪਸ਼ਨਾਂ ਬਣਾ ਕੇ ਕੁਐਸਚਨ ਆ ਜਾਂਦਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਰਚਨਾਵਾਦੀ ਸੰਪਰਦਾਏ ਦੀ ਨਾਲ ਆਪਾਂ ਦੇਖਾਂਗੇ ਉਸ ਦੇ ప్రతిపాదਕ ਕੌਣ ਸੀ ਔਰ ਉਹ ਕਿਹੜੇ ਦੇਸ਼ ਤੋਂ ਸੀ ਕਈ ਵਾਰੀ ਇਹ ਕੁਐਸਚਨ ਆ ਜਾਂਦਾ ਕਿਸੇ ਮਨੋਵਿਗਿਆਨਿਕ ਦਾ ਨਾਮ ਲਿਖ ਦਿੱਤਾ ਜਾਂਦਾ ਔਰ ਪੁੱਛ ਲਿਆ ਜਾਂਦਾ ਕਿ ਉਹ ਕਿਹੜੇ ਦੇਸ਼ ਤੋਂ ਸੀ ਜੀਨ ਪਿਆਜ ਉੱਪਰ ਕਾਫੀ ਵਾਰੀ ਕੁਐਸਚਨ ਆਇਆ ਹੈ ਕਿ ਜੀਨ ਪਿਆਜ ਕਿੱਥੋਂ ਸੀ ਇਦਾਂ ਹੀ ਬਾਕੀ ਵੀ ਜੋ ਮਨੋਵਿਗਿਆਨਿਕ ਨੇ ਉਹਨਾਂ ਦੇ ਉੱਪਰ ਵੀ ਕੁਐਸਚਨ ਆ ਜਾਂਦਾ ਸੋ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਸਰਚਨਾਵਾਦੀ ਸੰਪਰਦਾਇ ਦੀ ਸਰਚਨਾਵਾਦੀ ਜੋ ਸੰਪਰਦਾਇ ਸੀ ਉਸ ਦੇ ਪ੍ਰਤੀਪਾਦਕ ਕੌਣ ਸੀ ਵਿਲੀਅਮ ਵੁੰਟ ਵਿਲੀਅਮ ਵੁੰਟ ਔਰ ਈਬੀ ਟਿਚਨਰ ਵਿਲੀਅਮ ਵੁੰਟ ਔਰ ਈਬੀ ਟਿਚਨਰ ਅਗਰ ਤੁਹਾਨੂੰ ਪੁੱਛ ਲਿਆ ਜਾਏ ਕਿ ਵਿਲੀਅਮ ਵੁੰਟ ਕਿਹੜੇ ਦੇਸ਼ ਦੇ ਸੀ ਤਾਂ ਜਰਮਨੀ ਦੇ ਸੀ ਔਰ ईबी टीचनर ਕਿੱਥੋਂ ਦੇ ਸੀ ਇੰਗਲੈਂਡ ਦੇ ਠੀਕ ਹੈ ਔਰ ਸਰਚਨਾਵਾਦੀ ਸੰਪਰਦਾਏ ਦੀਆਂ ਵਿਸ਼ੇਸ਼ਤਾਵਾਂ ਕੀ ਕੀ ਸੀ ਇਹ ਜੋ ਸੰਪਰਦਾਏ ਸੀ ਜੋ ਸਕੂਲ ਸੀ ਉਹ ਮੰਨਦਾ ਸੀ ਕਿ ਜੋ ਮਾਨਸਿਕ ਤੱਤ ਨੇ ਮਨੁੱਖ ਮਨੁੱਖ ਦੇ ਉਸ ਦੇ ਵਿੱਚ ਕੀ ਹੈ ਚੇਤਨਾ ਦਾ ਮਹੱਤਵਪੂਰਨ ਸਥਾਨ ਹੈ ਕਿਉਂਕਿ ਸ਼ੁਰੂ ਦੇ ਵਿੱਚ ਕੀ ਹੈ ਸਾਈਕੋਲੋਜੀ ਨੂੰ ਚੇਤਨਾ ਦਾ ਵਿਗਿਆਨ ਕਿਹਾ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਇਹ ਸੰਪਰਦਾਏ ਨੇ ਵਿਗਿਆਨਿਕ ਪદ્ધਤੀ ਦੇ ਕੀ ਹੈ ਉਪਯੋਗ ਤੇ ਬਲ ਦਿੰਦਾ ਇਹ ਚਾਹੁੰਦਾ ਹੈ ਕਿ ਹਰੇਕ ਚੀਜ਼ ਜੋ ਹੈ ਉਹ ਸੈਂਟੀਫਿਕ ਮੈਥਡ ਨਾਲ ਹੋਏ ਇਹ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਉਸ ਤੋਂ ਬਾਅਦ ਦੂਸਰੇ ਸੰਪਰਦਾਏ ਦੀ ਗੱਲ ਕਰਦੇ ਹਾਂ ਦੂਸਰਾ ਜੋ ਸੰਪਰਦਾਇਆ ਉਹ ਹੈ ਗੈਸਟਲਵਾਦੀ ਗੈਸਟਲਵਾਦੀ ਦੇ ਸੰਪਰਦਾਏ ਦੇ ਵਿੱਚ ਜੋ ਪ੍ਰਤੀਪਾਦਕ ਸੀਓਸੀ ਮੈਕਸ ਵਰਦੀਮਰ ਔਰ ਕੋਲਹਰ ਇਹ ਜੋ ਸੀ ਜਰਮਨੀ ਦੇ ਸੀ ਇਸ ਤੋਂ ਇਲਾਵਾ ਕੁਰਤ ਕੋਫਕਾ ਵੀ ਸੀ ਉਹ ਵੀ ਜਰਮਨੀ ਦੇ ਸੀ ਜੋ ਗੈਸਟਲਵਾਦੀ ਸੀ ਔਰ ਗੈਸਟਰਲਵਾਦੀ ਸੰਪਰਦਾਇਆਂ ਦੀਆਂ ਜੋ ਕੈਰੈਕਟਰਿਸਟਿਕਸ ਨੇ ਜੋ ਵਿਸ਼ੇਸ਼ਤਾਵਾਂ ਨੇ ਜੋ ਫੀਚਰ ਨੇ ਉਹ ਕੀ ਨੇ ਉਹ ਕਹਿੰਦੇ ਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਵਸਤੂ ਨੂੰ ਉਸ ਦੇ ਪੂਰਨ ਰੂਪ ਪੂਰਨ ਮੀਨਸ ਹੋਲ ਰੂਪ ਨੂੰ ਦੇਖ ਕੇ ਉਸ ਨੂੰ ਗ੍ਰਹਿਣ ਕਰਦਾ ਹੈ ਤੇ ਇਹ ਜੋ ਸੰਪਰਦਾਇ ਹੈ ਉਹ ਕਿਸ ਵੱਲ ਇਸ਼ਾਰਾ ਕਰਦਾ ਹੈ ਪੂਰਨ ਤੋਂ ਅੰਸ਼ ਵੱਲ ਇਹ ਕਹਿੰਦਾ ਹੈ ਕਿ ਹਰੇਕ ਚੀਜ਼ ਨੂੰ ਪਹਿਲਾਂ ਪੂਰਨ ਰੂਪ ਦੇ ਵਿੱਚ ਦੇਖਿਆ ਜਾਏ ਬਾਅਦ ਦੇ ਵਿੱਚ ਉਸ ਦੇ ਪਾਰਟਸ ਦੇਖੇ ਜਾਣ ਠੀਕ ਹੈ ਅੱਗੇ ਆ ਤੀਸਰਾ ਸੰਪਰਦਾਇ ਤੀਸਰਾ ਸੰਪਰਦਾਇ ਜੋ ਹੈ ਉਹ ਹੈ ਮਨੋਵਿਸ਼ਲੇਸ਼ਣਵਾਦੀ ਇਸ ਸੰਪਰਦਾਇ ਦੇ ਉੱਪਰ ਕਾਫੀ ਸਾਰੇ ਕੁਐਸਚਨ ਜੋ ਹੈ ਉਹ ਆ ਜਾਂਦੇ ਆ ਔਰ ਇਸ ਦੇ ਜੋ ਪ੍ਰਤੀਪਾਦਕ ਸੀ ਉਹ ਸੀ ਸਿਗਮੰਡ ਫਰਾਇਡ ਔਰ ਸਿਗਮੰਡ ਫਰਾਇਡ ਕਿੱਥੋਂ ਦੇ ਰਹਿਣ ਵਾਲੇ ਸੀ ਆਸਟ੍ਰੇਲੀਆ ਦੇ ਇਸ ਦੀਆਂ ਕੈਰੈਕਟ੍ਰਿਸਟਿਕਸ ਦੇ ਉੱਪਰ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਇਸ ਦੀ ਪਹਿਲੀ ਕੈਰੈਕਟ੍ਰਿਸਟਿਕਸ ਜੋ ਵਿਸ਼ੇਸ਼ਤਾ ਹੈ ਉਹ ਕੀ ਹੈ ਇਸ ਨੇ ਕੀ ਕਿਹਾ ਕਿ ਵਿਵਹਾਰ ਜੋ ਆਪਣਾ ਬਿਹੇਵੀਅਰ ਹੈ ਉਸ ਦੀ ਸੰਕਲਪਨਾ ਦੇ ਉੱਪਰ ਚੇਤਨਮਨ ਅਚੇਤਨਮਨ ਅਤੇ ਅਰਧ ਚੇਤਨਮਨ ਦੇ ਬਾਰੇ ਗੱਲ ਕੀਤੀ ਇਸ ਤੋਂ ਇਲਾਵਾ ਇਸ ਨੇ ਬਾਲ ਕੇਂਦਰੀਤ ਸਿੱਖਿਆ ਦੀ ਗੱਲ ਕੀਤੀ ਕੀ ਮਤਲਬ ਚਾਈਲਡ ਸੈਂਟਰਡ ਜੋ ਹੈ ਉਹ ਐਜੂਕੇਸ਼ਨ ਹੋਏ ਨਾ ਕਿ ਟੀਚਰ ਸੈਂਟਰਡ ਹੋਏ ਇਸ ਤੋਂ ਇਲਾਵਾ ਜੋ ਸਿਗਮੰਡ ਫਰਾਇਡ ਸੀ ਉਹਨਾਂ ਨੇ ਕਾਮ ਪ੍ਰਵਿਰਤੀ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਮਨੁੱਖ ਦਾ ਵਿਵਹਾਰ ਹੈ ਉਸ ਦੇ ਵਿੱਚ ਉਸ ਦੇ ਸੈਕਸ਼ੂਅਲ ਪਾਰਟ ਜੋ ਹੈ ਸੈਕਸ਼ੂਅਲ ਫੈਕਟਰ ਨੇ ਉਹ ਜੋ ਹੈ ਮੇਨਲੀ ਜ਼ਿਆਦਾ ਡਿਪੈਂਡ ਕਰਦੇ ਆ ਠੀਕ ਹੈ ਉਹਨਾਂ ਨੂੰ ਮਹੱਤਵਪੂਰਨ ਸਥਾਨ ਦਿੱਤਾ ਸੀ ਇਸ ਨੇ ਇਸ ਤੋਂ ਬਾਅਦ ਹੈ ਚੌਥਾ ਪੁਆਇੰਟ ਚੌਥਾ ਸੰਪਰਦਾਇ ਹੈ ਵਿਵਹਾਰਵਾਦੀ ਵਿਵਹਾਰਵਾਦੀ ਉੱਪਰ ਵੀ ਕਾਫੀ ਸਾਰੇ ਕੁਐਸਚਨ ਆ ਜਾਂਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੋ ਸਾਈਕੋਲੋਜੀ ਹੈ ਉਸ ਨੂੰ ਵਿਵਹਾਰ ਦਾ ਜੋ ਹੈ ਮਨੋਵਿਗਿਆਨ ਕਿਹਾ ਜਾਂਦਾ ਹੈ ਇਸ ਸੰਪਰਦਾਇ ਦੇ ਜੋ ਜਨਕ ਸੀ ਉਸ ਹੀ ਵੋਟਸਨ ਇਹ ਕਿੱਥੋਂ ਦੇ ਸੀ ਯੂ ਐਸ ਏ ਦੇ ਯੂ ਐਸ ਏ ਮੀਨਸ ਯੂਨਾਈਟਿਡ ਸਟੇਟ ਆਫ ਅਮਰੀਕਾ ਮਤਲਬ ਅਮਰੀਕਾ ਦੇ ਠੀਕ ਹੈ ਔਰ ਇਸ ਸੰਪਰਦਾਇ ਦੀਆਂ ਵਿਸ਼ੇਸ਼ਤਾਵਾਂ ਕੀ ਸੀ ਇਹ ਸੰਪਰਦਾਇ ਕੀ ਮੰਨਦਾ ਸੀ ਪਹਿਲੀ ਗੱਲ ਤਾਂ ਇਹ ਕਹਿੰਦਾ ਸੀ ਕਿ ਜੋ ਮਨੋਵਿਗਿਆਨ ਦਾ ਉਦੇਸ਼ ਹੈ ਉਹ ਹੈ ਮਾਨਵ ਵਿਵਹਾਰ ਜੋ ਮਨੁੱਖੀ ਵਿਵਹਾਰ ਹੈ ਉਸ ਦੀ ਵਿਆਖਿਆ ਕਰਨਾ ਮਤਲਬ ਉਸ ਨੂੰ ਐਕਸਪਲੇਨ ਕਰਨਾ ਉਸ ਦੇ ਉੱਪਰ ਕੰਟਰੋਲ ਕਰਨਾ ਔਰ ਉਸ ਦੇ ਉੱਪਰ ਕੀ ਹੈ ਭਵਿੱਖਬਾਣੀ ਕਰਨਾ ਇਹ ਜੋ ਹੈ ਵਿਵਹਾਰਵਾਦੀ ਸੰਪਰਦਾਇ ਕਹਿੰਦੇ ਸੀ ਜੋ ਬੇਸਿਕਲੀ ਵੋਰਸਨ ਹੈ ਇਹ ਵਿਵਹਾਰਵਾਦੀ ਦਾ ਜਨਕ ਕਿਹਾ ਜਾਂਦਾ ਹੈ ਔਰ ਇਸ ਨੇ ਇੱਕ ਡੈਫੀਨੇਸ਼ਨ ਦਿੱਤੀ ਸੀ ਔਰ ਜੋ ਕਾਫੀ ਮਸ਼ਹੂਰ ਹੈ ਕਾਫੀ ਸਾਰੇ ਪੇਪਰਾਂ ਦੇ ਵਿੱਚ ਵੀ ਆਉਂਦੀ ਹੈ ਉਹ ਡੈਫੀਨੇਸ਼ਨ ਕੀ ਹੈ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਕੋਈ ਵੀ ਬਾਲਕ ਦਿਓ ਤੁਸੀਂ ਜੋ ਉਸ ਨੂੰ ਬਣਾਉਣਾ ਚਾਹੋਗੇ ਮੈਂ ਉਹੀ ਉਸ ਨੂੰ ਬਣਾਦਾਗਾ ਠੀਕ ਹੈ ਸੋ ਇਸ ਨੂੰ ਆਪਣੀ ਥਿਉਰੀ ਦੇ ਉੱਪਰ ਇੰਨਾ ਵਿਸ਼ਵਾਸ ਸੀ ਕਿ ਇਸ ਨੇ ਕਹਿ ਦਿੱਤਾ ਸੀ ਕਿ ਤੁਸੀਂ ਮੈਨੂੰ ਕੋਈ ਵੀ ਬੱਚਾ ਦਿਓ ਤੁਸੀਂ ਜੋ ਉਸ ਨੂੰ ਚਾਹੋਗੇ ਤੁਸੀਂ ਡਾਕਟਰ ਚਾਹੋਗੇ ਇੰਜੀਨੀਅਰ ਚਾਹੋਗੇ ਜਾਂ ਕੋਈ ਵੀ ਚੀਜ਼ ਚਾਹੋਗੇ ਮੈਂ ਉਸ ਨੂੰ ਬਣਾ ਦਾਂਗਾ ਅੱਗੇ ਹੈ ਪ੍ਰਯੋਜਨਵਾਦੀ ਸੰਪਰਦਾਇ ਪ੍ਰਯੋਜਨਵਾਦੀ ਸੰਪਰਦਾਇ ਇਸ ਸੰਪਰਦਾਇ ਨੇ ਕੀ ਕੀਤਾ ਔਰ ਇਸ ਦੇ ਜੋ ਪ੍ਰਤੀਪਾਦਕ ਸੀ ਵਿਲੀਅਮ ਮੈਕਡੂਗਲ ਸੀ ਵਿਲੀਅਮ ਮੈਕਡੂਗਲ ਜੋ ਸੀ ਉਹ ਇੰਗਲੈਂਡ ਦੇ ਸੀ ਕਿੱਥੋਂ ਦੇ ਸੀ ਇੰਗਲੈਂਡ ਦੇ ਔਰ ਇਸਨੇ ਕੀ ਕੀਤਾ ਕਿ ਜੋ ਸੈਲਫ ਰਿਸਪੈਕਟ ਹੈ ਜਿਸ ਨੂੰ ਆਤਮ ਸਨਮਾਨ ਕਹਿੰਦੇ ਆ ਉਸ ਦੇ ਉੱਪਰ ਕੀਆ ਵਿਸ਼ੇਸ਼ ਬਲ ਦਿੱਤਾ ਸੀ ਤੇ ਇਸਨੇ ਨਾਲ ਇਹ ਕਿਹਾ ਸੀ ਕਿ ਜੋ ਵੀ ਮਨੁੱਖ ਕੋਈ ਕੰਮ ਕਰਦਾ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਕੋਈ ਨਾ ਕੋਈ ਪ੍ਰਯੋਜਨ ਹੁੰਦਾ ਹੈ ਕੋਈ ਨਾ ਕੋਈ ਯੋਜਨਾ ਹੁੰਦੀ ਹੈ ਠੀਕ ਹੈ ਇਹ ਇਸ ਦੀਆਂ ਕੈਰੈਕਟਰਿਸਟਿਕਸ ਸੀ ਇਸ ਤੋਂ ਇਲਾਵਾ ਇੱਕ ਸਹਿਚਾਰੀਆ ਸੰਪਰਦਾਇ ਸੀ ਜਿਸ ਦੇ ਜੋ ਪ੍ਰਤੀਪਾਦਕ ਸੀ ਉਹ ਜੋਨ ਲੋਕ ਸੀ ਉਹ ਕਿੱਥੋਂ ਦੇ ਸੀ ਇੰਗਲੈਂਡ ਦੇ ਰਹਿਣ ਵਾਲੇ ਸੀ ਔਰ ਉਸਨੇ ਕੀ ਕਿਤਾ ਕਿ ਜੋ ਆਪਣਾ ਗਿਆਨ ਹੈ ਜੋ ਆਪਣੀ ਯਾਦਦਾਸ਼ਤ ਹੈ ਉਸ ਦੇ ਵਿੱਚ ਕੀ ਹੈ ਸਹਿਚਾਰਿਆ ਦਾ ਕੀ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਠੀਕ ਹੈ ਇਹ ਜੋ ਹੈ ਸੰਪਰਦਾਏ ਸੀ ਮੇਨ ਇਹਨਾਂ ਦੇ ਉੱਪਰ ਵੀ ਕੋਈ ਨਾ ਕੋਈ ਇੱਕ ਇੱਕ ਜਾਂ ਦੋ ਕੁਐਸਚਨ ਆ ਜਾਂਦੇ ਆ ਇਸ ਤੋਂ ਇਲਾਵਾ ਤੁਸੀਂ ਨਾਮ ਯਾਦ ਕਰ ਲਓ ਔਰ ਜੋ ਮਨੋਵਿਗਿਆਨਿਕ ਸੀ ਉਹ ਕਿੱਥੋਂ ਦੇ ਦੇਸ਼ ਵਾਲੇ ਕਿ ਕਿਹੜੇ ਦੇਸ਼ ਦੇ ਸੀ ਉਹ ਵੀ ਯਾਦ ਰੱਖ ਲਓ ਸਭ ਤੋਂ ਪਹਿਲਾਂ ਵਿਲੀਅਮ ਵੁੰਟ ਉਹ ਜਰਮਨੀ ਦੇ ਸੀ ਈਬ ਟਿਚਨਰ ਇੰਗਲੈਂਡ ਦੇ ਸੀ ਮੈਕਸ ਵਰਦੀਮਰ ਕੋਲਹਰ ਔਰ ਕੁਰਤਕੋਫ ਕਾ ਇਹ ਜਰਮਨੀ ਦੇ ਸੀ ਔਰ ਸਿਗਮੰਡ ਫਰਾਈਡ ਆਸਟ੍ਰੇਲੀਆ ਦੇ ਸੀ ਵੋਰਸਨ ਯੂ ਐਸ ਏ ਦੇ ਸੀ ਔਰ ਇਸ ਤੋਂ ਇਲਾਵਾ ਵਿਲੀਅਮ ਮੈਕਡੂਗਲ ਜੋ ਸੀ ਉਹ ਇੰਗਲੈਂਡ ਦੇ ਸੀ ਔਰ ਜੀਨ ਪਿਆਜੇ ਜੋ ਸੀ ਉਹ ਕਿੱਥੋਂ ਦੇ ਸੀ ਸਵਿਟਜ਼ਰਲੈਂਡ ਦੇ ਠੀਕ ਹੈ ਇਸ ਤੋਂ ਇਲਾਵਾ ਜੀ ਐਸ ਹੋਲ ਸਟੇਨਲੇ ਹੋਲ ਸਟੇਨਲੇ ਹੋਲ ਵੀ ਯੂ ਐਸ ਏ ਦੇ ਸੀ ਠੀਕ ਹੈ ਔਰ ਵੋਰਸਨ ਤਾਂ ਯੂ ਐਸ ਏ ਦੇ ਸੀ ਸਕਿਨਰ ਵੀ ਯੂ ਐਸ ਏ ਦੇ ਸੀ ਇੱਕ ਬੰਡੂਰਾ ਬਾਰੇ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਬੰਡੂਰਾ ਕਿੱਥੋਂ ਦੇ ਰਹਿਣ ਵਾਲੇ ਸੀ ਮਨੋਵਿਗਿਆਨਿਕ ਬੰਡੂਰਾ ਜੋ ਸੀ ਉਹ ਕੈਨੇਡਾ ਦੇ ਰਹਿਣ ਵਾਲੇ ਸੀ ਔਰ ਪਾਵਲੋਵ ਜਿਨ੍ਹਾਂ ਨੇ ਪ੍ਰਯੋਗ ਕੀਤਾ ਸੀ ਕੁੱਤੇ ਦੇ ਉੱਪਰ ਉਹ ਰੂਸ ਦੇ ਰਹਿਣ ਵਾਲੇ ਸੀ ਠੀਕ ਹੈ ਪਾਵਲੋਵ ਕਿੱਥੋਂ ਦੇ ਰਹਿਣ ਵਾਲੇ ਸੀ ਰੂਸ ਦੇ ਔਰ ਫਰੋਬਲ ਫਰੋਬਲ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਫਰੋਬਲ ਜੋ ਸੀ ਉਹ ਜਰਮਨੀ ਦੇ ਰਹਿਣ ਵਾਲੇ ਸੀ ਠੀਕ ਹੈ ਬਸ ਇਹ ਯਾਦ ਰੱਖ ਲਿਓ ਅੱਗੇ ਚੱਲਦੇ ਹਾਂ ਸਿੱਖਣ ਵਿਧੀਆਂ ਤੇ ਸਿੱਖਣ ਵਿਧੀਆਂ ਤੇ ਕੁਝ ਸਿੱਖਣ ਵਿਧੀਆਂ ਇਹ ਜੋ ਸਿੱਖਣ ਵਿਧੀਆਂ ਇੱਕ ਤਾਂ ਸੀਡੀਪੀ ਦੇ ਵਿੱਚ ਵੀ ਪੁੱਛੀਆਂ ਜਾਂਦੀਆਂ ਔਰ ਸੀਡੀਪੀ ਤੋਂ ਇਲਾਵਾ ਪੈਡਾਗੋਜੀ ਪੈਡਾਗੋਜੀ ਦੇ ਵਿੱਚ ਵੀ ਇਹ ਕੀ ਹੈ ਪੁੱਛੀਆਂ ਜਾਂਦੀਆਂ ਕਿਉਂਕਿ ਪੈਡਾਗੋਜੀ ਦੇ ਵਿੱਚ ਜੋ ਕੰਮ ਹੈ ਕੁਐਸਚਨ ਆਉਂਦੇ ਉਹ ਸਿੱਖਣ ਵਿਧੀ ਤੇ ਆਧਾਰਿਤ ਮੋਸਟਲੀ ਹੁੰਦੇ ਆ ਸੋ ਕੁਝ ਬੇਸਿਕ ਜੋ ਸਿੱਖਣ ਵਿਧੀਆਂ ਨੇ ਜੋ ਇੰਪੋਰਟੈਂਟ ਨੇ ਉਹ ਲਈਆਂ ਹੋਈਆਂ ਉਹਨਾਂ ਦੇ ਬਾਰੇ ਕੀ ਹੈ ਆਪਾਂ ਐਕਸਪਲੇਨ ਕਰਾਂਗੇ ਸੱਤ ਵਿਧੀਆਂ ਨੇ ਸੱਤਾਂ ਉੱਪਰ ਕੀ ਹੈ ਹਰੇਕ ਪੈਡਾਗੋਜੀ ਦੇ ਵਿੱਚ ਕੋਈ ਨਾ ਕੋਈ ਇੱਕ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ ਚਾਹੇ ਉਹ ਮੈਥ ਹੋਏ ਇੰਗਲਿਸ਼ ਹੋਏ ਪੰਜਾਬੀ ਹੋਏ ਈਵੀਐਸ ਹੋਏ ਜਾਂ ਸੀਡੀਪੀ ਹੋਏ ਸੋ ਮਤਲਬ ਪੰਜ ਕੁਐਸਚਨ ਜੋ ਹੈ ਸਿੱਖਣ ਵਿਧੀਆਂ ਤੇ ਡਾਇਰੈਕਟ ਆਉਣਗੇ ਸੋ ਸਭ ਤੋਂ ਪਹਿਲੀ ਵਿਧੀ ਜੋ ਹੈ ਅੰਤਰਦਰਸ਼ਨ ਵਿਧੀ ਅੰਤਰਦਰਸ਼ਨ ਵਿਧੀ ਇਨਟਰੋਸਪੈਕਟਿਵ ਮੈਥਡ ਇਨਟਰੋਸਪੈਕਟਿਵ ਮੈਥਡ ਦੇ ਪ੍ਰਤੀਪਾਦਕ ਕੌਣ ਸੀ ਪ੍ਰਤੀਪਾਦਕ ਸੀ ਵਿਲੀਅਮ ਵੁੰਟ ਵਿਲੀਅਮ ਵੁੰਟ ਔਰ ਟਿਚਨਰ ਇਹ ਜੋ ਦੋ ਸੀ ਅੰਤਰਦਰਸ਼ਨ ਵਿਧੀ ਦੇ ਪ੍ਰਤੀਪਾਦਕ ਸੀ ਵਿਲੀਅਮ ਵੁੰਟ ਔਰ ਟਿਚਨਰ ਇਹ ਦੋਵੇਂ ਜੋ ਸੀ ਉਹ ਜਰਮਨੀ ਦੇ ਰਹਿਣ ਵਾਲੇ ਸੀ ਠੀਕ ਹੈ ਔਰ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਅੰਤਰਦਰਸ਼ਨ ਵਿਧੀ ਦੀਆਂ ਇੱਕ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾਵਾਂਗਾ ਸਭ ਤੋਂ ਪਹਿਲਾਂ ਆਪਾਂ ਅੰਤਰਦਰਸ਼ਨ ਵਿਧੀ ਦਾ मीनिंग ਪੜ ਲਿਆ ਕਿ ਅੰਤਰਦਰਸ਼ਨ ਵਿਧੀ ਹੈ ਕੀ ਅੰਤਰਦਰਸ਼ਨ ਤੋਂ ਹੀ ਸਪਸ਼ਟ ਹੁੰਦਾ ਹੈ ਅੰਤਰ ਦਾ ਮੀਨਸ ਅੰਦਰ ਔਰ ਦਰਸ਼ਨ ਦਾ ਮੀਨਸ ਦੇਖਣਾ ਮਤਲਬ ਆਪਣੇ ਅੰਦਰ ਦੀਆਂ ਕਿਰਿਆਵਾਂ ਨੂੰ ਦੇਖਣਾ ਠੀਕ ਹੈ ਔਰ ਇਸ ਵਿਧੀ ਦੇ ਵਿੱਚ ਕੀ ਹੈ ਜੋ ਆਪਣਾ ਮਨ ਹੈ ਉਸ ਦਾ ਨਿਰੀਖਣ ਕੀਤਾ ਜਾਂਦਾ ਹੈ ਅੰਤਰ ਦੇ ਵਿੱਚ ਤਾਂ ਮਨ ਹੀ ਆਏਗਾ ਨਾ ਮਨ ਦਾ ਨਿਰੀਖਣ ਕੀਤਾ ਜਾਂਦਾ ਹੈ ਉਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਜੋ ਆਪਣੇ ਮਨ ਦੇ ਵਿੱਚ ਵਿਚਾਰ ਚੱਲਦੇ ਆ ਜੋ ਭਾਵਨਾਵਾਂ ਚੱਲਦੀਆਂ ਜੋ ਆਪਾਂ ਕਲਪਨਾਵਾਂ ਕਰਦੇ ਆ ਉਸ ਦਾ ਕੀ ਹੈ ਨਿਰੀਖਣ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਉਸ ਦੀ ਵਿਸ਼ਲੇਸ਼ਨ ਵੀ ਕੀਤਾ ਜਾਂਦਾ ਹੈ ਮਤਲਬ ਜੋ ਆਪਣੇ ਮਨ ਦੇ ਵਿੱਚ ਜਿੰਨੇ ਵੀ ਵਿਚਾਰ ਚੱਲਦੇ ਆ ਉਸ ਦੀ ਐਕਸਪਲੇਨੇਸ਼ਨ ਔਰ ਉਸ ਦੀ ਆਬਜ਼ਰਵੇਸ਼ਨ ਕੀਤੀ ਜਾਂਦੀ ਆ ਛੋਟ ਦੇ ਵਿੱਚ ਇੱਕ ਲਾਈਨ ਦੇ ਵਿੱਚ ਦੱਸਣਾ ਹੋਏ ਤਾਂ ਔਰ ਅਗਰ ਤੁਹਾਨੂੰ ਪੁੱਛ ਲਿਆ ਜਾਏ ਕਿ ਮਨੋਵਿਗਿਆਨ ਦੀ ਸਭ ਤੋਂ ਪ੍ਰਾਚੀਨ ਵਿਧੀ ਕਿਹੜੀ ਹੈ ਤਾਂ ਉਹ ਇਹੀ ਹੈ ਅੰਤਰਦਰਸ਼ਨ ਵਿਧੀ ਠੀਕ ਹੈ ਇਸ ਵਿਧੀ ਵਿੱਚ ਕੀ ਹੈ ਇਸ ਵਿਧੀ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹ ਕੀ ਨਾਮ ਹੈ ਆਤਮ ਨਰੀਖਣ ਵਿਧੀ ਕਿਉਂਕਿ ਇਸ ਵਿੱਚ ਵਿਅਕਤੀ ਕੀ ਹੈ ਖੁਦ ਦਾ ਖੁਦ ਆਪਣੀ ਮਾਨਸਿਕ ਕਿਰਿਆਵਾਂ ਦਾ ਖੁਦ ਆਪਣੇ ਮਨ ਦਾ ਕੀ ਹੈ ਅਧਿਐਨ ਕਰਦਾ ਹੈ ਠੀਕ ਹੈ ਇਸ ਲਈ ਇਸ ਨੂੰ ਕੀ ਕਹਿੰਦੇ ਆ ਆਤਮ ਨਿਰਿਖਣ ਵਿਧੀ ਵੀ ਕਹਿੰਦੇ ਆ ਠੀਕ ਹੈ ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਾ ਦਿੰਨਾ ਕਿਉਂਕਿ ਪੂਰਾ ਡਿਟੇਲ ਦੇ ਵਿੱਚ ਜਾਵਾਂਗੇ ਤਾਂ ਕੱਲਾ ਅੰਤਰਦਰਸ਼ਨ ਵਿਧੀ ਤੇ ਹੀ 10 ਮਿੰਟ ਲੱਗ ਜਾਣਗੇ ਸੋ ਇੱਕ ਸ਼ਲੋਕ ਹੈ ਬਾਬਾ ਫਰੀਦ ਜੀ ਦਾ ਅ ਕਿਉਂਕਿ ਕੋਈ ਵੀ ਆਪਾਂ ਸਬਜੈਕਟ ਪੜ੍ਹਦੇ ਆ ਤਾਂ ਉਸ ਨੂੰ ਕੋਰਿਲੇਟ ਕਰਕੇ ਪੜਾਂਗੇ ਵਿਦ ਐਗਜ਼ਾਮਪਲ ਤਾਂ ਉਹ ਆਪਣੇ ਮਾਈਂਡ ਦੇ ਵਿੱਚ ਕੀ ਹੈ ਫਿੱਟ ਬਿੰਦਾ ਹੈ ਫਰੀਦੀ ਨੇ ਕਿਹਾ ਫਰੀਦਾ ਵਸੇ ਰੱਬ ਹਿਮਾਲਿਆ ਜੰਗਲ ਕਿਹਾ ਢੁੰਡਿਆ ਇਸ ਤੋਂ ਕੀ ਮਤਲਬ ਨਿਕਲਦਾ ਹੈ ਕਿ ਫਰੀਦਾ ਜੋ ਰੱਬ ਹੈ ਉਹ ਹਿਮਾਲਿਆ ਵਿੱਚ ਵਸਦਾ ਹੈ ਉਹ ਹਿਮਾਲਿਆ ਨਹੀਂ ਜਿਹੜਾ ਆਪਣੇ ਭਾਰਤ ਦੇ ਉੱਤਰ ਵਿੱਚ ਹੈ ਉਹ ਹਿਮਾਲਿਆ ਜਿਹੜਾ ਆਪਣੇ ਮਨ ਹੈ ਉਹਨਾਂ ਨੇ ਮਨ ਨੂੰ ਹਿਮਾਲਿਆ ਕਿਹਾ ਸੀ ਕਿ ਜੰਗਲ ਦੇ ਵਿੱਚ ਕੀ ਲੱਭਦੇ ਆ ਫਰੀਦਾ ਜੋ ਰੱਬ ਹੈ ਉਹ ਤੇਰੇ ਅੰਦਰ ਹੈ ਸੋ ਇਹ ਅੰਤਰਦਰਸ਼ਨ ਵਿਧੀ ਦੇ ਵਿੱਚ ਕੀ ਹੈ ਇਹੀ ਚੀਜ਼ ਦੀ ਗੱਲ ਕੀਤੀ ਗਈ ਹੈ ਠੀਕ ਹੈ ਦੂਸਰਾ ਕੋਸ਼ ਜੋ ਹੈ ਸਿੱਖਣ ਵਿਧੀ ਉਹ ਹੈ ਬਾਹਰੀ ਦਰਸ਼ਨ ਵਿਧੀ ਬਾਹਰੀ ਦਰਸ਼ਨ ਵਿਧੀ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਜੋ ਵਿਧੀ ਹੈ ਉਹ ਪਹਿਲੀ ਵਿਧੀ ਦੇ ਬਿਲਕੁਲ ਓਪੋਜ਼ਿਟ ਹੈ ਪਹਿਲੀ ਵਿਧੀ ਜੋ ਸੀ ਉਹ ਅੰਤਰਦਰਸ਼ਨ ਵਿਧੀ ਸੀ ਔਰ ਦੂਸਰੀ ਜੋ ਹੈ ਉਹ ਬਾਹਰੀ ਦਰਸ਼ਨ ਵਿਧੀ ਹੈ ਬਾਹਰੀ ਦਰਸ਼ਨ ਵਿਧੀ ਦੇ ਜੋ ਪ੍ਰਤੀਪਾਦਕ ਸੀ ਉਹ ਸੀ ਵਾਟਸਨ ਮੈਂ ਰਿਪੀਟ ਕਰੀ ਜਾਵਾਂਗਾ ਵਾਟਸਨ ਕਿੱਥੋਂ ਦੇ ਰਹਿਣ ਵਾਲੇ ਸੀ ਯੂ ਐਸ ਏ ਦੇ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਨੂੰ ਫਿੱਟ ਹੋ ਜਾਣ ਔਰ ਵਾਟਸਨ ਨੂੰ ਵਿਵਹਾਰਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ ਵਿਵਹਾਰਵਾਦ ਦਾ ਜਨਕ ਕਿਹਾ ਜਾਂਦਾ ਹੈ ਠੀਕ ਹੈ ਬਾਹਰੀ ਦਰਸ਼ਨ ਵਿਧੀ ਬਾਹਰੀ ਦਰਸ਼ਨ ਵਿਧੀ ਨਾਮ ਤੋਂ ਸਪਸ਼ਟ ਹੈ ਕਿ ਕਿਸੇ ਨੂੰ ਬਾਹਰੋਂ ਦੇਖਣਾ ਔਰ ਉਸ ਉਸ ਉੱਪਰ ਕੀ ਹੈ ਉਸ ਦਾ ਨਿਰੀਖਣ ਕਰਨਾ ਔਰ ਉਸ ਤੋਂ ਬਾਅਦ ਉਸ ਦੇ ਵਿਵਹਾਰ ਦਾ ਵਲੋਕਣ ਕਰਕੇ ਆਪਣੀ ਫੀਡਬੈਕ ਦੇਣਾ ਠੀਕ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜੋ અવલોਕਣ ਹੁੰਦਾ ਹੈ ਜੋ ਨਰੀਖਣ ਹੁੰਦਾ ਹੈ ਇਸ ਨੂੰ ਉਸ ਵਿਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿ અવલોਕਣ ਕੀਤਾ ਜਾਂਦਾ ਹੈ ਜਾਂ ਉਸ ਦਾ ਨਰੀਖਣ ਕੀਤਾ ਜਾਂਦਾ ਹੈ ਠੀਕ ਹੈ ਇਸ ਵਿਧੀ ਵਿੱਚ ਕੀ ਹੁੰਦਾ ਹੈ ਕਿ ਆਪਾਂ ਦੂਜੇ ਲੋਕਾਂ ਦਾ ਦੂਜੇ ਲੋਕਾਂ ਦਾ ਨਰੀਖਣ ਕਰਦੇ ਹਾਂ ਠੀਕ ਹੈ ਜਿਵੇਂ ਕੋਈ ਆਪਾਂ ਬੱਚਾ ਐਕਟੀਵਿਟੀ ਕਰ ਰਿਹਾ ਹੈ ਕਲਾਸ ਦੇ ਕਲਾਸਰੂਮ ਦੇ ਵਿੱਚ ਤਾਂ ਆਪਾਂ ਉਸ ਦਾ ਨਰੀਖਣ ਕਿਸ ਵਿਧੀ ਨਾਲ ਕਰਾਂਗੇ ਬਾਹਰੀ ਦਰਸ਼ਨ ਵਿਧੀ ਨਾਲ ਠੀਕ ਹੈ ਤੀਸਰਾ ਮੈਥਡ ਜੋ ਹੈ ਤੀਸਰੀ ਸਿੱਖਣ ਵਿਧੀ ਕਿਹੜੀ ਹੈ ਜੀਵਨ ਇਤਿਹਾਸ ਵਿਧੀ ਜੀਵਨ ਇਤਿਹਾਸ ਵਿਧੀ ਇਸ ਨੂੰ ਕੀ ਕਹਿੰਦੇ ਆ ਕੇਸ ਹਿਸਟਰੀ ਮੈਥਡ ਇਸ ਦੇ ਜੋ ਪ੍ਰਤੀਪਾਦਕ ਸੀਓ ਕੌਣ ਸੀ ਟਾਈਡਮੈਨ ਕੌਣ ਸੀ ਟਾਈਡਮੈਨ ਟਾਈਡਮੈਨ ਜੋ ਸੀਓ ਕਿੱਥੋਂ ਦੇ ਰਹਿਣ ਵਾਲੇ ਸੀ ਜਰਮਨੀ ਦੇ ਟਾਈਡਮੈਨ ਜੋ ਸੀਓ ਜਰਮਨੀ ਦੇ ਰਹਿਣ ਵਾਲੇ ਸੀ ਔਰ ਇਸ ਵਿਧੀ ਦੇ ਵਿੱਚ ਕੀ ਹੁੰਦਾ ਇਸ ਵਿਧੀ ਦਾ ਬੇਸਿਕਲੀ ਜੋ ਪ੍ਰਯੋਗ ਹੈ ਉਹ ਜ਼ਿਆਦਾਤਰ ਡਾਕਟਰੀ ਲਾਈਨ ਦੇ ਵਿੱਚ ਕੀਤਾ ਜਾਂਦਾ ਹੈ ਡਾਕਟਰੀ ਲਾਈਨ ਦੇ ਵਿੱਚ ਉੱਥੇ ਉਪਯੋਗ ਹੁੰਦਾ ਹੈ ਜਿੱਥੇ ਜੋ ਵੀ ਆ ਜੋ ਵੀ ਜਿਸ ਨੂੰ ਦਿੱਕਤ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਉਸ ਦਾ ਪੂਰਾ ਕੇਸ ਫਰੋਲ ਕੇ ਦੇਖਿਆ ਜਾਂਦਾ ਹੈ ਕਿ ਇਸ ਨੂੰ ਇਹ ਦਿੱਕਤ ਕਿਉਂ ਹੋਈ ਠੀਕ ਹੈ ਜਦੋਂ ਵੀ ਆਪਾਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਨੂੰ ਆਪਾਂ ਅਗਰ ਕੋਈ ਆਪਾਂ ਬਿਮਾਰੀ ਹੈ ਤਾਂ ਡਾਕਟਰ ਕੀ ਹੈ ਆਪਣਾ ਪੂਰਾ ਕੇਸ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਬਿਮਾਰੀ ਕਿਵੇਂ ਹੋਈ ਤੁਸੀਂ ਕੀ ਖਾਦਾ ਕੀ ਪੀਤਾ ਸੋ ਇਹ ਕੀ ਹੈ ਬੇਸਿਕਲੀ ਜੋ ਹੈ ਡਾਕਟਰੀ ਲਾਈਨ ਦੇ ਵਿੱਚ ਜੋ ਹੈ ਵਿਧੀ ਉਪਯੋਗ ਕੀਤੀ ਜਾਂਦੀ ਹੈ ਲੇਕਿਨ ਕੀ ਹੈ ਹੁਣ ਦੇ ਟਾਈਮ ਦੇ ਵਿੱਚ ਇਸ ਵਿਧੀ ਨੂੰ ਸਿੱਖਿਆ ਖੇਤਰ ਦੇ ਵਿੱਚ ਵੀ ਯੂਜ਼ ਕੀਤਾ ਜਾਣ ਲੱਗਿਆ ਹੈ ਠੀਕ ਹੈ ਇਸ ਵਿਧੀ ਦਾ ਮੁੱਖ ਉਦੇਸ਼ ਕੀ ਹੈ ਕਿ ਵਿਅਕਤੀ ਦੇ ਕਿਸੇ ਵਿਸ਼ੇਸ਼ ਵਿਵਾਰ ਦੇ ਕਾਰਨ ਦੀ ਖੋਜ ਕਰਨਾ ਮਤਲਬ ਜੇਕਰ ਕੋਈ ਵਿਅਕਤੀ ਵਿਸ਼ੇਸ਼ ਟਾਈਪ ਨਾਲ ਬਿਹੇਵ ਕਰ ਰਿਹਾ ਹੈ ਤਾਂ ਦੇਖਣਾ ਕਿ ਉਹ ਇਹ ਬਿਹੇਵੀਅਰ ਕਿਉਂ ਕਰ ਰਿਹਾ ਹੈ ਇਸ ਵਿਧੀ ਦੇ ਵਿੱਚ ਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਗੇ ਹੈ ਚੌਥੀ ਵਿਧੀ ਮਨੋਵਿਸ਼ਲੇਸ਼ਣ ਵਿਧੀ ਮਨੋਵਿਸ਼ਲੇਸ਼ਣ ਮਤਲਬ ਸਾਈਕੋ ਐਨਾਲਟਿਕ ਮੈਥਡ ਠੀਕ ਹੈ ਔਰ ਇਸ ਦੇ ਜੋ ਪ੍ਰਤੀਪਾਦਕ ਸੀ ਉਹ ਸੀ ਫਰਾਇਡ ਜਿਨ੍ਹਾਂ ਦਾ ਪੂਰਾ ਨਾਮ ਹੈ ਸਿਗਮੰਟ ਫਰਾਇਡ ਸਿਗਮੰਟ ਫਰਾਇਡ ਕਿੱਥੋਂ ਦੇ ਰਹਿਣ ਵਾਲੇ ਸੀ ਆਸਟ੍ਰੇਲੀਆ ਦੇ ਠੀਕ ਹੈ ਆਸਟ੍ਰੇਲੀਆ ਦੇ ਰਹਿਣ ਵਾਲੇ ਸੀ ਔਰ ਇਸ ਵਿਧੀ ਵਿੱਚ ਕੀ ਕਿਹਾ ਕਿ ਵਿਅਕਤੀ ਦਾ ਜੋ ਅਚੇਤਨ ਮਨ ਹੈ ਜੋ ਅਚੇਤਨ ਮਨ ਹੈ ਉਸ ਦਾ ਉਹਨਾਂ ਨੇ ਅਧਿਐਨ ਕੀਤਾ ਸੀ ਠੀਕ ਹੈ ਬੇਸਿਕਲੀ ਤਾਂ ਉਹਨਾਂ ਨੇ ਸਿਗਮੰਟ ਫਰਾਇਡ ਨੇ ਜੋ ਮਾਈਂਡ ਨੂੰ ਹੈ ਤਿੰਨ ਭਾਗਾਂ ਦੇ ਵਿੱਚ ਵੰਡਿਆ ਸੀ ਪਹਿਲਾ ਹੈ ਕੌਨਸ਼ੀਅਸ ਦੂਸਰਾ ਹੈ ਅਨਕੌਨਸ਼ੀਅਸ ਤੀਸਰਾ ਹੈ ਸਬਕੌਨਸ਼ੀਅਸ ਸੋ ਫਰਾਇਡ ਦੇ ਇਹ ਤਿੰਨ ਜੋ ਹੈ ਮਨ ਨੂੰ ਵੰਡਣ ਵਾਲੇ ਜੋ ਹੈ ਉਹ ਯਾਦ ਰੱਖ ਲਿਓ ਕੀ ਹੋ ਰਿਹਾ ਹੈ ਕਿ ਆਪਾਂ ਸਿਰਫ ਵਿਧੀਆਂ ਦੀ ਗੱਲ ਕਰ ਰਹੇ ਹਾਂ ਨਾਲ ਦੂਜੇ ਫੈਕਟ ਵੀ ਸਾਹਮਣੇ ਨਿਕਲ ਕੇ ਆ ਰਹੇ ਆ ਠੀਕ ਹੈ ਸੋ ਸਿਗਮੰਟ ਫਰਾਇਡ ਨੂੰ ਜੋ ਹੈ ਤਿੰਨ ਭਾਗਾਂ ਦੇ ਵਿੱਚ ਸਿਗਮੰਡ ਫਰਾਇਡ ਨੇ ਮਨ ਨੂੰ ਵੰਡਿਆ ਸੀ ਚੇਤਨ ਅਰਧ ਚੇਤਨ ਔਰ ਅਚੇਤਨ ਬੇਸਿਕਲੀ ਮਨੋ ਵਿਸ਼ਲੇਸ਼ਣ ਵਿਧੀ ਅਚੇਤਨ ਅਚੇਤਨ ਮਨ ਦੀ ਜੋ ਅਨਕੌਨਸ਼ੀਅਸ ਮਾਈਂਡ ਹੈ ਉਸ ਦੀ ਕੀ ਹੈ ਅਧਿਐਨ ਕਰਦੀ ਹੈ ਠੀਕ ਹੈ ਅੱਗੇ ਹੈ ਪੰਜਵੀਂ ਵਿਧੀ ਪ੍ਰਸ਼ਨਾਵਲੀ ਵਿਧੀ ਪ੍ਰਸ਼ਨਾਵਲੀ ਮਤਲਬ ਉਹਦੇ ਵਿੱਚ ਕੁਐਸਚਨ ਕੀਤੇ ਜਾਂਦੇ ਆ ਠੀਕ ਹੈ ਇਸ ਵਿਧੀ ਦੇ ਪ੍ਰਤੀਪਾਦਕ ਜੋ ਸੀ ਉਹ ਵੁੱਡਵਰਥ ਸੀ ਕੌਣ ਸੀ ਵੁੱਡਵਰਥ ਔਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਯੂ ਐਸ اے ਦੇ ਅਮਰੀਕਾ ਦੇ ਠੀਕ ਹੈ ਵੁੱਡਵਰਥ ਅਮਰੀਕਾ ਦੇ ਰਹਿਣ ਵਾਲੇ ਸੀ ਇਹਨਾਂ ਨੇ ਕੀ ਕੀਤਾ ਕਿ ਇਸ ਵਿਧੀ ਦੇ ਵਿੱਚ ਦੱਸਿਆ ਕਿ ਇਸ ਵਿਧੀ ਦਾ ਉਪਯੋਗ ਜੋ ਹੈ ਏਕੀ ਸਮੱਸਿਆ ਦੇ ਸੰਬੰਧ ਵਿੱਚ ਏਕੀ ਸਮੱਸਿਆ ਦੇ ਸੰਬੰਧ ਵਿੱਚ ਜੋ ਹੈ ਅਲੱਗ-ਅਲੱਗ ਵਿਅਕਤੀਆਂ ਤੋਂ ਵਿਚਾਰ ਜਾਣਨ ਲਈ ਕੀਤਾ ਜਾਂਦਾ ਹੈ ਠੀਕ ਹੈ ਜਿਵੇਂ ਕਲਾਸ ਦੇ ਵਿੱਚ ਤੁਸੀਂ ਕਲਾਸ ਵਿੱਚ ਪੜਾਇਆ ਕੋਈ ਚੈਪਟਰ ਔਰ ਐਂਡ ਤੇ ਕੀ ਹੈ ਤੁਸੀਂ ਉਸ ਦੇ ਉੱਪਰ ਕੁਐਸਚਨ ਪੁੱਛਦੇ ਹੋ ਠੀਕ ਹੈ ਠੀਕ ਹੈ ਕਲਾਸ ਦੇ ਵਿੱਚ ਜੋ ਹੈ ਸਟੂਡੈਂਟ ਨੇ ਉਹ ਅਲੱਗ-ਅਲੱਗ ਨੇ ਠੀਕ ਹੈ ਕੁਐਸਚਨ ਸੇਮ ਹੈ ਸਭ ਦੇ ਲਈ ਤੁਸੀਂ ਕੀ ਹੈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਬੱਚੇ ਨੇ ਕਲਾਸ ਨੂੰ ਧਿਆਨ ਨਾਲ ਸੁਣਿਆ ਠੀਕ ਹੈ ਇਹਨਾਂ ਦੇ ਵਿੱਚ ਕੀ ਹੈ ਕਿ ਇੱਕ ਹੀ ਸਮੱਸਿਆ ਦੇ ਉੱਪਰ ਅਲੱਗ-ਅਲੱਗ ਵਿਅਕਤੀਆਂ ਦੇ ਵਿਚਾਰ ਜਾਣੇ ਜਾਂਦੇ ਆ ਓਕੇ ਛੇਵੀਂ ਜੋ ਵਿਧੀ ਹੈ ਉਹ ਹੈ ਰੇਟਿੰਗ ਸਕੇਲ ਵਿਧੀ ਰੇਟਿੰਗ ਸਕੇਲ ਵਿਧੀ ਰੇਟਿੰਗ ਸਕੇਲ ਮੈਥਡ ਠੀਕ ਹੈ ਸਭ ਤੋਂ ਪਹਿਲਾਂ ਇਸ ਦਾ ਜੋ ਉਪਯੋਗ ਹੈ ਉਹ ਇੰਡੀਆਨਾ ਦੀ ਨਿਊ ਹੋਮ ਕਲੋਨੀ ਵਿੱਚ ਕੀਤਾ ਗਿਆ ਸੀ ਕਿੱਥੇ ਕੀਤਾ ਗਿਆ ਸੀ ਇੰਡੀਆਨਾ ਦੀ ਨਿਊ ਹੋਮ ਕਲੋਨੀ ਦੇ ਵਿੱਚ ਠੀਕ ਹੈ ਔਰ ਇਸ ਵੀ ਦੀ ਵਿੱਚ ਕੀ ਹੁੰਦਾ ਹੈ ਕਿ ਵਿਅਕਤੀ ਦਾ ਜੋ ਬਿਹੇਵੀਅਰ ਹੈ ਅਤੇ ਜੋ ਉਸ ਦੇ ਵਿਸ਼ੇਸ਼ ਗੁਣ ਨੇ ਉਹਨਾਂ ਦਾ ਕੀ ਹੈ ਮੁਲਾਂਕਣ ਕੀਤਾ ਜਾਂਦਾ ਹੈ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਕੀ ਹੈ ਵਿਅਕਤੀਆਂ ਤੋਂ ਉਸ ਦੇ ਵਿਚਾਰ ਲਏ ਜਾਂਦੇ ਆ ਬਾਅਦ ਵਿੱਚ ਕੀ ਹੈ ਉਸ ਨੂੰ ਰੇਟਿੰਗ ਦੇ ਦਿੱਤੀ ਜਾਂਦੀ ਹੈ ਠੀਕ ਹੈ ਸਤਵਾਂ ਮੈਥਡ ਹੈ ਪ੍ਰਯੋਗਾਤਮਕ ਜਾ ਉਸ ਨੂੰ ਕੀ ਕਹ ਲਿਆ ਇਹ ਕਹ ਲਿਏ ਪ੍ਰੀਖਣ ਵਿਧੀ ਜਾਂ ਤਾਂ ਪ੍ਰਯੋਗਾਤਮਕ ਜਾਂ ਪ੍ਰੀਖਣ ਵਿਧੀ ਪ੍ਰਯੋਗ ਮਤਲਬ ਐਕਸਪੈਰੀਮੈਂਟ ਕਰਨਾ ਐਕਸਪੈਰੀਮੈਂਟਲ ਮੈਥਡ ਔਰ ਇਸ ਦੇ ਪ੍ਰਤੀਪਾਦਕ ਕੌਣ ਸੀ ਵੁੰਟ ਵਿਲੀਅਮ ਵੁੰਟ ਔਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਜਰਮਨੀ ਦੇ ਠੀਕ ਹੈ ਜਰਮਨੀ ਦੇ ਰਹਿਣ ਵਾਲੇ ਸੀ ਔਰ ਇਸ ਵਿਧੀ ਵਿੱਚ ਕੀ ਹੈ ਕਿ ਜੋ ਵੀ ਘਟਨਾਵਾਂ ਨੇ ਉਹਨਾਂ ਦੇ ਵਿਚਕਾਰ ਸੰਬੰਧ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਮੈਥਡ ਨਾਲ ਇਸ ਤੋਂ ਇਲਾਵਾ ਇੱਕ ਸਮਝਾਤੀ ਹੈ ਵਿਧੀ ਹੁੰਦੀ ਹੈ ਔਰ ਉਸ ਵਿਧੀ ਉਹ ਜੋ ਹੈ ਨਵੀਨ ਵਿਧੀ ਹੈ ਜਿਸ ਦਾ ਪ੍ਰਯੋਗ ਕੀ ਹੈ ਸਮਾਜ ਮਨੋਵਿਗਿਆਨ ਲਈ ਕੀਤਾ ਜਾਂਦਾ ਹੈ ਬੇਸਿਕਲੀ ਉਸ ਦੇ ਉੱਪਰ ਕੁਐਸਚਨ ਨਹੀਂ ਆਉਂਦਾ ਠੀਕ ਹੈ ਇਹੀ ਵਿਧੀਆਂ ਮੇਨਲੀ ਸੱਤ ਵਿਧੀਆਂ ਸੋ ਇਹ ਸੱਤ ਵਿਧੀਆਂ ਜੋ ਹੈ ਅਲੱਗ-ਅਲੱਗ ਪੈਡਾਗੋਜੀ ਦੇ ਵਿੱਚ ਸੀਡੀਪੀ ਦੇ ਵਿੱਚ ਕੁਐਸਚਨ ਬਣਾ ਕੇ ਤੁਹਾਨੂੰ ਦੇਣਗੇ ਅੱਗੇ ਆ ਸਿੱਖਣ ਦੇ ਸਿਧਾਂਤ ਸਿੱਖਣ ਦੇ ਸਿਧਾਂਤ ਲਰਨਿੰਗ ਪ੍ਰਿੰਸੀਪਲ ਇਨਾਂ ਦੇ ਉੱਪਰ ਵੀ ਕੀ ਹੈ ਕੁਐਸਚਨ ਆਉਂਦੇ ਆ ਕਿ ਠੀਕ ਹੈ ਔਰ ਏ ਲਰਨਿੰਗ ਸਿਧਾਂਤਾਂ ਦੇ ਵਿੱਚ ਕਿੰਨੇ ਸਿਧਾਂਤ ਨੇ ਉਹਨਾਂ ਸਾਰਿਆਂ ਬਾਰੇ ਆਪਾਂ ਡਿਸਕਸ ਕਰਾਂਗੇ 10 ਸਿਧਾਂਤ ਨੇ ਤੇ 10 ਸਿਧਾਂਤਾਂ ਦੇ ਆਪਾਂ ਪ੍ਰਤੀਪਾਦਕਾਂ ਬਾਰੇ ਕਿੰਨਾਂ ਨੇ ਇਹਨਾਂ ਨੂੰ ਬਣਾਇਆ ਔਰ ਉਸ ਦਾ ਪ੍ਰਯੋਗ ਉਸ ਵਿਧੀ ਦੇ ਪ੍ਰਯੋਗ ਵਿੱਚ ਕਿਸ ਦਾ ਉਪਯੋਗ ਕੀਤਾ ਉਸ ਨੇ ਮਤਲਬ ਕਿਸ ਦੇ ਉੱਪਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਇਹ ਕੁਐਸਚਨ ਵੀ ਆਉਂਦਾ ਜਿਵੇਂ ਆ ਜਾਂਦਾ ਹੈ ਕਿ ਥੋਰਨੇਡੋ ਇੱਕ ਨੇ ਕਿਸ ਦੇ ਉੱਪਰ ਪ੍ਰਯੋਗ ਕੀਤਾ অপਸ਼ਨ ਆ ਜਾਂਦੀਆਂ ਕੁੱਤਾ ਬਿੱਲੀ ਚੂਹਾ ਜਾਂ ਕੋਈ ਵੀ ਹੋਰ ਜਾਂ ਸੁਲਤਾਨ ਸੋ ਇਦਾਂ ਦੇ ਕੁਐਸਚਨ ਵੀ ਆਉਂਦੇ ਆ ਉਹ ਕੁਐਸਚਨ ਜੋ ਹੈ ਇਨ੍ਹਾਂ ਵਿਧੀਆਂ ਦੇ ਵਿੱਚ ਜੋ ਹੈ ਕੰਪਲੀਟ ਹੋ ਜਾਣਗੇ ਤੁਹਾਡੇ ਸੋ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਔਰ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਸ਼ੁਰੂ ਕਰਦੇ ਹਾਂ ਸਿੱਖਣ ਦੇ ਸਿਧਾਂਤ ਲਰਨਿੰਗ ਪ੍ਰਿੰਸੀਪਲ ਸਭ ਤੋਂ ਪਹਿਲਾ ਮੈਥਡ ਜੋ ਹੈ ਉਹ ਹੈ ਯਤਨ ਅਤੇ ਭੁੱਲ ਵਿਧੀ ਯਤਨ ਅਤੇ ਭੁੱਲ ਵਿਧੀ ਜਿਸ ਨੂੰ ਇੰਗਲਿਸ਼ ਵਿੱਚ ਸੌਰੀ ਹਿੰਦੀ ਵਿੱਚ ਕੀ ਕਹਿੰਦੇ ਆ ਪ੍ਰਯਤਨ ਅਤੇ ਭੂਲ ਦੁਆਰਾ ਅधिगम ਠੀਕ ਹੈ ਇਸ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਐਸ ਆਰ ਥਿਊਰੀ ਐਸ ਆਰ ਥਿਊਰੀ ਵੀ ਕਹਿ ਦਿੱਤਾ ਜਾਂਦਾ ਹੈ ਕਈ ਵਾਰੀ ਡਾਇਰੈਕਟ ਜੋ ਹੈ ਜ ਯਤਨ ਅਤੇ ਭੁੱਲ ਵਿਧੀ ਨਹੀਂ ਲਿਖਿਆ ਹੁੰਦਾ ਐਸ ਆਰ ਥਿਊਰੀ ਵਿਧੀ ਵੀ ਕਹਿ ਦਿੰਦੇ ਆ ਇਸ ਨੂੰ ਇਸ ਨੂੰ ਕੀ ਕਹਿੰਦੇ ਆ ਸਿੱਖਣ ਦਾ ਬੰਦ ਸਿਧਾਂਤ ਵੀ ਕਹਿੰਦੇ ਆ ਜੋ ਹੋਰ ਨਾਮ ਨੇ ਇਸ ਦੇ ਸਿੱਖਣ ਦਾ ਬੰਦ ਸਿਧਾਂਤ ਉਦੀਪਨ ਅਨੁਕਿਰਿਆ ਸਿਧਾਂਤ ਵੀ ਕਹਿੰਦੇ ਆ ਯਤਨ ਅਤੇ ਭੁੱਲ ਵੀ ਦਿਨੋ ਠੀਕ ਹੈ ਆ ਵਿਰਤੀ ਦਾ ਸਿਧਾਂਤ ਵੀ ਕਹਿੰਦੇ ਆ ਯਤਨ ਅਤੇ ਭੁੱਲ ਵੀ ਦਿਨੋ ਇਸ ਦੇ ਨਾਮ ਨੇ ਕੋਈ ਵੀ ਨਾਮ ਤੋਂ ਕੁਐਸਚਨ ਜੋ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਇਸ ਦੇ ਪ੍ਰਤੀਪਾਦਕ ਕੌਣ ਸੀ ਇਸ ਦੇ ਪ੍ਰਤੀਪਾਦਕ ਸੀ ਥੋਰਨੇ ਡਾਇਕ ਥੋਰਨੇ ਡਾਇਕ ਔਰ ਇਹ ਥੋਰਨੇ ਡਾਇਕ ਕਿੱਥੋਂ ਦੇ ਰਹਿਣ ਵਾਲੇ ਸੀ ਯੂ ਐਸ ਦੇ ਔਰ ਇਹਨਾਂ ਨੇ ਕੀ ਕਿਸ ਉੱਪਰ ਪ੍ਰਯੋਗ ਕੀਤਾ ਸੀ ਕੈਟ ਤੇ ਬਿੱਲੀ ਤੇ ਠੀਕ ਹੈ ਔਰ ਇਸ ਵਿਧੀ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਡਾਇਰੈਕਟ ਕੁਐਸਚਨ ਜੋ ਆ ਪੈਡਾਗੋਜੀ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਯਤਨ ਅਤੇ ਭੁੱਲ ਵਿਧੀ ਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ ਔਰ ਇਸ ਦਾ ਸਿੱਖਿਆ ਦੇ ਖੇਤਰ ਵਿੱਚ ਕੀ ਉਪਯੋਗ ਹੈ ਸੋ ਇਸ ਦੇ ਪ੍ਰਯੋਗ ਕੀ ਨੇ ਉਪਯੋਗ ਕੀ ਨੇ ਉਹ ਮੈਂ ਦੱਸਣ ਜਾ ਰਿਹਾ ਇਸ ਵਿੱਚ ਕੀ ਹੁੰਦਾ ਹੈ ਕਿ ਅਭਿਆਸ ਦੁਆਰਾ ਸਿੱਖਣ ਤੇ ਬਲ ਦਿੱਤਾ ਜਾਂਦਾ ਹੈ ਕੀ ਵਿਅਕਤੀ ਜੋ ਹੈ ਵਾਰ-ਵਾਰ ਪ੍ਰੈਕਟਿਸ ਕਰੇ ਉਹ ਇੱਕ ਕਹਾਵਤ ਹੈ ਨਾ ਪ੍ਰੈਕਟਿਸ ਮੇਕਸ ਅਬ ਮੈਨ ਪਰਫੈਕਟ ਮਤਲਬ ਵਾਰ-ਵਾਰ ਅਗਰ ਤੁਸੀਂ ਕਿਸੇ ਚੀਜ਼ ਦਾ ਅਭਿਆਸ ਕਰਦੇ ਹੋ ਤਾਂ ਤੁਸੀਂ ਉਸ ਚੀਜ਼ ਦੇ ਵਿੱਚ ਕੀ ਹੈ ਪਰਫੈਕਟ ਹੋ ਜਾਂਦੇ ਹੋ ਠੀਕ ਹੈ ਔਰ ਯਤਨ ਅਤੇ ਭੁੱਲ ਵਿਧੀ ਦਾ ਉਪਯੋਗ ਕੀ ਹੈ ਇਸ ਦੇ ਵਿੱਚ ਕੀ ਹੈ ਜਿੰਨੀ ਵਾਰ ਯਤਨ ਕਰਾਂਗੇ ਆਪਣੀਆਂ ਜੋ ਗਲਤੀਆਂ ਹੋਣਗੀਆਂ ਉਹ ਸੁਧਰਦੀਆਂ ਜਾਣਗੀਆਂ ਮਤਲਬ ਇਸ ਦੇ ਵਿੱਚ ਕੀ ਹੈ ਗਲਤੀਆਂ ਦਾ ਨਿਕारण ਹੁੰਦਾ ਹੈ ਗਲਤੀਆਂ ਦੂਰ ਹੁੰਦੀਆਂ ਇਸ ਦਾ ਉਪਯੋਗ ਕਿਹੜੇ ਸਬਜੈਕਟ ਵਿੱਚ ਕੀਤਾ ਜਾਂਦਾ ਹੈ ਇਸ ਦੇ ਉੱਪਰ ਵੀ ਕੁਐਸਚਨ ਆ ਜਾਂਦਾ ਹੈ ਮੈਥ ਪੈਡਾਗੋਜੀ ਦੇ ਵਿੱਚ ਡਾਇਰੈਕਟ ਕੁਐਸਚਨ ਪੁੱਛਿਆ ਜਾਏਗਾ ਇਸ ਦਾ ਉਪਯੋਗ ਜੋ ਹੈ ਉਹ ਮੈਥ ਔਰ ਸਾਇੰਸ ਮੈਥ ਔਰ ਸਾਇੰਸ ਦੇ ਵਿੱਚ ਕੀ ਹੈ ਇਸ ਦਾ ਉਪਯੋਗ ਕੀਤਾ ਜਾਂਦਾ ਹੈ ਤੁਸੀਂ ਦੇਖਿਆ ਹੋਏਗਾ ਕਿ ਸਾਇੰਸ ਦੇ ਵਿੱਚ ਜਿੰਨੇ ਵੀ ਐਕਸਪੈਰੀਮੈਂਟ ਹੁੰਦੇ ਆ ਉਹ ਇੱਕ ਵਾਰੀ ਵਿੱਚ ਸਫਲ ਨਹੀਂ ਹੁੰਦੇ ਉਹ ਉਹਨਾਂ ਉੱਪਰ ਕੀ ਹੈ ਵਾਰ-ਵਾਰ ਵਾਰ-ਵਾਰ ਚੀਜ਼ਾਂ ਨੂੰ ਕਰਨਾ ਪੈਂਦਾ ਹੈ ਅਭਿਆਸ ਕਰਨਾ ਪੈਂਦਾ ਫਿਰ ਜਾ ਕੇ ਕੋਈ ਚੀਜ਼ ਸਫਲ ਹੁੰਦੀ ਹੈ ਸਾਇੰਸ ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵਿਅਕਤੀ ਅਭਿਆਸ ਕਰਦਾ ਹੈ ਤਾਂ ਵਿਅਕਤੀ ਦੇ ਕਿਸੇ ਵੀ ਕੰਮ ਵਿੱਚ ਕੀ ਹੈ ਉਸ ਨੂੰ ਨਿਪੁੰਨ ਬਣਾ ਦਿੱਤਾ ਜਾਂਦਾ ਹੈ ਠੀਕ ਹੈ ਕੀ ਹੈ ਮਤਲਬ ਉਸ ਨੂੰ ਪਰਫੈਕਟ ਬਣਾ ਦਿੱਤਾ ਜਾਂਦਾ ਹੈ ਇਹ ਥਿਊਰੀ ਹੈ ਮੇਨਲੀ ਇਸ ਦੇ ਇਹ ਮोटे-ਮोटे ਪੁਆਇੰਟ ਆ ਦੂਸਰਾ ਹੈ ਅਨਕੂਲ ਅਨੁਕਿਰਿਆ ਵਿਧੀ ਅਨਕੂਲ ਅਨੁਕਿਰਿਆ ਵਿਧੀ ਇਸ ਨੂੰ ਕੀ ਕਹਿ ਦਿੱਤਾ ਜਾਂਦਾ ਹੈ ਸਬੰਧ ਪ੍ਰਤੀਕਿਰਿਆ ਸਿਧਾਂਤ ਵੀ ਕਹਿ ਦਿੱਤਾ ਜਾਂਦਾ ਹੈ ਠੀਕ ਹੈ ਔਰ ਇਸ ਦੇ ਜੋ ਪ੍ਰਤੀਪਾਦਕ ਸੀ ওসি ਪੈਟਰੋਵਿਚ ਪੈਟਰੋਵਿਚ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਰੂਸ ਦੇ ਪੈਟਰੋਵਿਚ ਜੋ ਸੀ ਉਹ ਰੂਸ ਦੇ ਰਹਿਣ ਵਾਲੇ ਸੀ ਔਰ ਇਹਨਾਂ ਨੇ ਕਿਸ ਉੱਪਰ ਪ੍ਰਯੋਗ ਕੀਤਾ ਡੌਗ ਦੇ ਉੱਪਰ ਕੁੱਤੇ ਉੱਪਰ ਠੀਕ ਹੈ ਇਸ ਨੂੰ ਸੀਆਰ सीआर थ्योरी ਵੀ ਕਿਆ ਦਿੱਤਾ ਜਾਂਦਾ ਹੈ? ਅਨਕੂਲ ਅਨੁਕਿਰਿਆ ਵਿਧੀ ਨੂੰ। ਸੀਆਰ ਥਿਊਰੀ। ਠੀਕ ਹੈ। ਔਰ ਇਸ ਵਿਧੀ ਦਾ ਉਪਯੋਗ ਸਿੱਖਿਆ ਖੇਤਰ ਵਿੱਚ ਕੀ ਹੈ? ਦੂਸਰੀ ਵਿਧੀ ਦਾ। ਪਹਿਲਾ ਜੋ ਹੈ ਇਸ ਵਿਧੀ ਦੇ ਵਿੱਚ ਕੀ ਹੁੰਦਾ ਹੈ ਕਿ ਮਨੋਵ੍ਰਿਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਬੁਰੀਆਂ ਆਦਤਾਂ ਜੋ ਹੁੰਦੀਆਂ ਬੰਦੇ ਵਿੱਚ ਉਸ ਨੂੰ ਤਿਆਗਣ ਵਿੱਚ ਹੈਲਪ ਕਰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਸੁਲੇਖ ਮਤਲਬ ਚੰਗਾ ਲੇਖ, ਸੁੰਦਰ ਲੇਖ ਯਾ ਅੱਖਰ ਵਿਨਿਆਸ ਵਰਗੇ ਵਿਸ਼ਿਆਂ ਦੇ ਵਿੱਚ ਕੀ ਹੈ ਸਿੱਖਣ ਲਈ ਉਪਯੋਗੀ ਹੈ ਮਤਲਬ ਇਹ ਵਿਧੀ ਜੋ ਹੈ ਕਿਹੜੇ ਟੋਪਿਕ ਦੇ ਵਿੱਚ ਪੁੱਛੀ ਜਾ ਸਕਦੀ ਹੈ ਇੰਗਲਿਸ਼ ਵਿੱਚ ਔਰ ਪੰਜਾਬੀ ਵਿੱਚ ਠੀਕ ਹੈ ਪੰਜਾਬੀ ਪੈਡਾਗੋਜੀ ਦੇ ਵਿੱਚ ਔਰ ਇਸ ਦੇ ਵਿੱਚ ਕੀ ਹੈ ਭਾਸ਼ਾ ਦਾ ਵਿਕਾਸ ਛੋਟੇ ਬੱਚਿਆਂ ਨੂੰ ਵਸਤੂ ਦਿਖਾ ਕੇ ਉਸ ਦੇ ਸ਼ਬਦਾਂ ਦਾ ਗਿਆਨ ਕਰਾਇਆ ਜਾਂਦਾ ਹੈ ਮਤਲਬ ਬੇਸਿਕਲੀ ਇਹ ਜੋ ਹੈ ਪੈਡਾਗੋਜੀ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਇਹ ਕੁਐਸਚਨ ਜੋ ਹੈ ਪੁੱਛੇ ਜਾਣ ਦੀ ਸੰਭਾਵਨਾ ਹੈ ਤੀਸਰੀ ਵਿਧੀ ਹੈ ਅੰਤਰ ਦ੍ਰਿਸ਼ਟੀ ਸਿੱਖਣ ਵਿਧੀ ਪਹਿਲਾਂ ਆਪਾਂ ਸਿਧਾਂਤ ਦੇਖਿਆ ਸੀ ਉਹ ਹੁਣ ਕੀ ਹੈ ਸਿੱਖਣ ਵਿਧੀ ਅੰਤਰ ਦ੍ਰਿਸ਼ਟੀ ਵਿਧੀ ਇਹਦੇ ਕੋਣ ਸੀ ਇਹ ਪਿੱਛੇ ਤੁਹਾਨੂੰ ਦੱਸਿਆ ਸੀ ਕੋਲਹਰ ਕੁਰਤਕੋਫਕਾ ਵਰਦੀਮਰ ਕੋਲਹਰ ਕੁਰਤਕੋਫਕਾ ਵਰਦੀਮਰ ਔਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਜਰਮਨੀ ਦੇ ਠੀਕ ਹੈ ਇਹਨਾਂ ਨੇ ਇਸ ਸਿਧਾਂਤ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਸੂਜ ਦਾ ਸਿਧਾਂਤ ਸੂਜ ਮਤਲਬ ਸਮਝ ਦਾ ਸਿਧਾਂਤ ਥਿਉਰੀ ਆਫ ਆਪਰੈਂਟ ਕੰਡੀਸ਼ਨਿੰਗ ਇਹਦੇ ਵਿੱਚ ਜੋ ਹੈ ਕੇਸ ਉੱਪਰ ਉਪਯੋਗ ਕੀਤਾ ਗਿਆ ਸੀ ਕੇਸ ਉੱਪਰ ਐਕਸਪੈਰੀਮੈਂਟ ਕੀਤਾ ਗਿਆ ਸੀ ਇੱਕ ਵਣ ਮਨੁੱਖ ਸੀ ਜਿਸ ਨੂੰ ਚਿਮਪੈਂਜੀ ਕਹਿੰਦੇ ਆ ਔਰ ਉਸ ਦਾ ਨਾਮ ਕੀ ਸੀ ਸੁਲਤਾਨ ਠੀਕ ਹੈ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕੋਲਹਰ ਨੇ ਕਿਸ ਚਿੰਪੈਂਜੀ ਦਾ ਨਾਂ ਨਾ ਪੁੱਛਿਆ ਜਾਂਦਾ ਕਿ ਉਸ ਚਿੰਪੈਂਜੀ ਦਾ ਨਾਂ ਦੱਸੋ ਜਿਸ ਉੱਪਰ ਕੋਲਹਰ ਨੇ ਉਪਯੋਗ ਕੀਤਾ ਸੀ ਤਾਂ ਉਸ ਦਾ ਨਾਮ ਸੀ ਸੁਲਤਾਨ ਠੀਕ ਹੈ ਔਰ ਇਹ ਵੀ ਯਾਦ ਰੱਖਿਓ ਕਿ ਉਹਨਾਂ ਨੇ ਚਿੰਪੈਂਜੀ ਉੱਪਰ ਪ੍ਰਯੋਗ ਕੀਤਾ ਸੀ ਇਸ ਵਿਧੀ ਦਾ ਉਪਯੋਗ ਕਿੱਥੇ ਹੁੰਦਾ ਹੈ ਲਰਨਿੰਗ ਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਹੈ ਕਿ ਖੁਦ ਸਮੱਸਿਆ ਹੱਲ ਕਰਨ ਲਈ ਕਿਸੇ ਵਿਅਕਤੀ ਨੂੰ ਮੋਟੀਵੇਟ ਕੀਤਾ ਜਾਂਦਾ ਕੋਲਹਰ ਨੇ ਕੀ ਕੀਤਾ ਸੀ ਕਿ ਚਿੰਪੈਂਜੀ ਨੂੰ ਇੱਕ ਜੇਲ ਦੇ ਜੇਲ ਵਰਗੀ ਪਿੰਜਰੇ ਦੇ ਵਿੱਚ ਬੰਦ ਕੀਤਾ ਔਰ ਕੇਲੇ ਟਾਂਗ ਦਿੱਤੇ ਉੱਪਰ ਉਹ ਕੇਲੇ ਇੰਨੇ ਉੱਚੇ ਸੀ ਔਰ ਥੱਲੇ ਇੱਕ ਬਕਸਾ ਰੱਖਿਆ ਹੋਇਆ ਸੀ ਬਕਸਾ ਸਾਈਡ ਤੇ ਸੀ ਔਰ ਉਹ ਬਕਸਾ ਥੱਲੇ ਬਿਲਕੁਲ ਕੇਲੇ ਕਰਨ ਤੇ ਕੀ ਹੈ ਕੇਲਿਆਂ ਦੇ ਕਰਨ ਤੇ ਉਹ ਕੇਲੇ ਜੋ ਹੈ ਚਿੰਪੈਂਜੀ ਉਤਾਰ ਸਕਦਾ ਸੀ ਸੋ ਜਦੋਂ ਤੱਕ ਉਹ ਕਰਦਾ ਰਿਹਾ ਕਰਦਾ ਰਿਹਾ ਸ਼ਾਲਾ ਮਾਰ ਕੇ ਉਹ ਕੇਲਿਆਂ ਤੱਕ ਨਹੀਂ ਪਹੁੰਚ ਸਕਿਆ ਲੇਕਿਨ ਜਦੋਂ ਹੀ ਉਸਨੇ ਬਕਸਾ ਥੱਲੇ ਕੀਤਾ ਉਹ ਕੇਲੇ ਕੀ ਹੈ ਕੇਲਿਆਂ ਤੱਕ ਉਹ ਪਹੁੰਚ ਗਿਆ ਠੀਕ ਹੈ ਸੋਇਨ ਦੇ ਵਿੱਚ ਕੀ ਹੁੰਦਾ ਹੈ ਕਿ ਬੇਸਿਕਲੀ ਖੁਦ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਇਸ ਵਿਧੀ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ਛੋਟੇ ਬੱਚਿਆਂ ਨੂੰ ਕੀ ਹੈ ਉਸ ਦੇ ਸਾਹਮਣੇ ਵਸਤੂਆਂ ਰੱਖੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਕੀ ਹੈ ਉਸ ਦਾ ਬੱਚੇ ਕੀ ਹੈ ਪ੍ਰਤੱਖੀਕਰਨ ਕਰ ਲੈਂਦੇ ਆ ਠੀਕ ਹੈ ਅੱਗੇ ਹੈ ਚੌਥੀ ਵਿਧੀ ਕਿਰਿਆ ਅਨੁਬੰਧਨ ਵਿਧੀ ਜਾਂ ਸਿਧਾਂਤ ਕਿਰਿਆ ਅਨੁਬੰਧਨ ਵਿਧੀ ਇਸ ਨੂੰ ਸ ਕਿਰਿਆ ਅਨੁਬੰਧਨ ਵਿਧੀ ਵੀ ਕਹਿ ਦਿੱਤਾ ਜਾਂਦਾ ਹੈ ਔਰ ਇਸ ਦੇ ਜੋ ಪ್ರತಿपादक ਸੀ ਉਹ ਸੀ ਸਕਿਨਰ ਕੌਨਸੀ ਸਕਿਨਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਯੂਐਸਏ ਦੇ ਅਮਰੀਕਾ ਦੇ ਔਰ ਇਸ ਨੇ ਕਿਸ ਦੇ ਉੱਪਰ ਕੀਤਾ ਪ੍ਰਯੋਗ ਸਕਿਨਰ ਨੇ ਇਹ ਵੀ ਕੁਐਸਚਨ ਜੋ ਹੈ ਬਹੁਤ ਸਾਰੇ ਪੀਐਸਟ ਐਚਟੈਟ ਯੂਪੀਟੈਟ ਡੀ ਟ੍ਰਿਪਲ ਐਸ ਬੀ ਉਹਨਾਂ ਵਿੱਚ ਪੁੱਛਿਆ ਜਾਂਦਾ ਹੈ ਕਬੂਤਰ ਉੱਪਰ ਔਰ ਚੂਹੇ ਤੇ ਕੁਐਸਚਨ ਆ ਜਾਂਦਾ ਹੈ ਚੂਹੇ ਅਤੇ ਕਬੂਤਰ ਤੇ ਕਿਸ ਨੇ ਉਪਯੋਗ ਕੀਤਾ ਸਕਿੰਨਰ ਨੇ ਕੀਤਾ ਸਕਿੰਨਰ ਕਿੱਥੋਂ ਦਰੈਣ ਵਾਲੇ ਸੀ ਯੂਐਸਏ ਦੇ ਦਰੈਣ ਵਾਲੇ ਸੀ ਇਸ ਵਿਧੀ ਦਾ ਸਿੱਖਣ ਦੇ ਵਿੱਚ ਲਰਨਿੰਗ ਦੇ ਵਿੱਚ ਕੀ ਉਪਯੋਗ ਹੈ ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਕਿਸੇ ਵੀ ਚੰਗੇ ਕੰਮ ਦੇ ਲਈ ਕੀ ਹੈ ਵਿਅਕਤੀ ਨੂੰ ਪੋਜ਼ੀਟਿਵ ਪੁਨਰਬਲ ਦਿੱਤਾ ਜਾਂਦਾ ਹੈ ਰੀਇਨਫੋਰਸਮੈਂਟ ਦਿੱਤਾ ਜਾਂਦਾ ਉਸ ਨੂੰ ਕੀ ਹੈ ਪ੍ਰੋਤਸਾਹਿਤ ਕੀਤਾ ਜਾਂਦਾ ਤੇ ਜੇ ਕੋਈ ਵਿਅਕਤੀ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਕੀ ਹੈ ਨੈਗੇਟਿਵ ਫੀਡਬੈਕ ਦਿੱਤੀ ਜਾਂਦੀ ਹੈ ਉਸ ਨੂੰ ਨੈਗੇਟਿਵ ਪੁਨਰਬਲ ਦਿੱਤਾ ਜਾਂਦਾ ਠੀਕ ਹੈ ਤਾਂ ਕਿ ਉਹ ਗਲਤ ਕੰਮਾਂ ਤੋਂ ਦੂਰ ਜਾਏ ਔਰ ਚੰਗੇ ਕੰਮਾਂ ਦੇ ਵੱਲ ਜਾਏ ਠੀਕ ਹੈ ਬੇਸਿਕਲੀ ਇਹ ਇਸ ਦਾ ਸਿਧਾਂਤ ਹੈ ਪੰਜਵਾਂ ਪ੍ਰਬਲਨ ਦਾ ਸਿਧਾਂਤ ਜਿਸ ਨੂੰ ਕੀ ਕਹਿੰਦੇ ਆ ਨਿਯੰਤਮ ਸੋ ਇਹ ਹੈ ਪ੍ਰਬਲਨ ਦਾ ਸਿਧਾਂਤ ਪ੍ਰਬਲਨ ਦੇ ਸਿਧਾਂਤ ਨੂੰ ਆਪਾਂ ਇੱਕ ਹੋਰ ਨਾਮ ਨਾਲ ਜਾਣਦੇ ਆ ਨਿਯੰਤਮ ਜ਼ਰੂਰਤ ਦਾ ਸਿਧਾਂਤ ਜਾਂ ਇਸ ਨੂੰ ਵਿਧਿਕ ਸਿਧਾਂਤ ਮਤਲਬ ਵਿਧੀ ਵਾਲਾ ਸਿਧਾਂਤ ਵੀ ਕਿਹਾ ਦਿੱਤਾ ਜਾਂਦਾ ਹੈ ਔਰ ਇਸ ਦੇ ਪ੍ਰਤੀਪਾਦਕ ਕੌਣ ਸੀ ਹੱਲ ਸੀ ਐਲ ਹੱਲ ਔਰ ਇਹਨਾਂ ਨੇ ਕਿਸ ਉੱਪਰ ਪ੍ਰਯੋਗ ਕੀਤਾ ਸੀ ਰੈਟ ਉੱਪਰ ਚੂਹੇ ਦੇ ਉੱਪਰ ਚੂਹੇ ਦੇ ਉੱਪਰ ਪ੍ਰਯੋਗ ਕਰਨ ਵਾਲੇ ਦੋ ਸੀ ਕਬੂਤ ਔਰ ਸਕਿਨਰ ਔਰ ਹੱਲ ਠੀਕ ਹੈ ਔਰ ਇਹ ਸਿਧਾਂਤ ਦੇ ਵਿੱਚ ਕੀ ਦੱਸਿਆ ਜਾਂਦਾ ਹੈ ਲਰਨਿੰਗ ਦੇ ਵਿੱਚ ਲਰਨਿੰਗ ਦੇ ਵਿੱਚ ਇਸ ਦਾ ਉਪਯੋਗ ਕਿੱਥੇ ਹੁੰਦਾ ਹੈ ਇਹ ਕਹਿੰਦਾ ਹੈ ਵਿਅਕਤੀਗਤ ਸਿੱਖਿਆ ਦਿੱਤੀ ਜਾਵੇ ਠੀਕ ਹੈ ਔਰ ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜੋ ਅਧਿਆਪਕ ਹੈ ਉਸ ਨੂੰ ਵਿਸ਼ੇ ਵਸਤੂ ਅਤੇ ਜੋ ਲਰਨਿੰਗ ਹੈ ਉਸ ਨੂੰ ਦਰਉਨ ਤੇ ਬਲ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਬੱਚੇ ਦੀ ਆਦਤ ਜੋ ਹੈ ਉਹ ਬਿਹਤਰ ਬਣਾਈ ਜਾ ਸਕੇ ਠੀਕ ਹੈ ਇਹ ਵਿਧੀ ਜੋ ਹੈ ਬੇਸਿਕਲੀ ਇਹ ਗੱਲ ਕਰਦੀ ਹੈ ਅੱਗੇ ਹੈ ਛੇਵਾਂ ਸਿਧਾਂਤ ਅਨੁਕਰਨ ਦਾ ਸਿਧਾਂਤ ਅਨੁਕਰਨ ਬੇਸਿਕਲੀ ਜੋ ਹੈ ਛੋਟੇ ਬੱਚੇ ਜੋ ਹੁੰਦੇ ਆ ਉਹ ਅਨੁਕਰਨ ਵਿਧੀ ਨਾਲ ਹੀ ਸਿੱਖਦੇ ਆ ਠੀਕ ਹੈ ਜੇ ਤੁਸੀਂ ਦੇਖਦੇ ਹੋ ਕਿ ਬੱਚਾ ਜਦੋਂ ਛੋਟਾ ਹੁੰਦਾ ਹੈ ਸ਼ਿਸ਼ੂ ਅਵਸਥਾ ਦੇ ਵਿੱਚ ਹੁੰਦਾ ਹੈ ਤਾਂ ਉਹ ਕੀ ਹੈ ਇਸ ਵਿਧੀ ਦੇ ਨਾਲ ਹੀ ਸਿੱਖਦਾ ਔਰ ਇਸ ਵਿਧੀ ਦੇ ਜੋ ਬੇਸਿਕਲੀ ਪ੍ਰਤੀਪਾਦਕ ਸੀ OC ਹੈਗਰਟੀ ਹੈਗਰਟੀ ਠੀਕ ਹੈ ਸਿਰਫ ਇੰਨਾ ਹੀ ਯਾਦ ਰੱਖਣ ਦਾ ਹੈ ਇਸ ਦੇ ਵਿੱਚ ਹੈ ਅੱਗੇ ਹੈ ਸਤਵਾਂ ਪ੍ਰਕਿਰਤਿਕ ਦਸ਼ਾ ਦਾ ਸਿਧਾਂਤ ਪ੍ਰਕਿਰਤਿਕ ਦਸ਼ਾ ਦਾ ਸਿਧਾਂਤ ਠੀਕ ਹੈ ਇਸ ਨੂੰ ਖੇਤਰ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ ਸਾਲ ਰੂਪ ਸਿਧਾਂਤ ਵੀ ਕਿਹਾ ਦਿੱਤਾ ਜਾਂਦਾ ਹੈ ਔਰ ਇਸ ਦੇ ਜੋ ਪ੍ਰਤੀਪਾਦਕ ਸੀ ਉਹ ਸੀ ਲੇਵਿਨ ਲੇਵਿਨ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਲੇਵਿਨ ਇਹ ਰਹਿਣ ਵਾਲੇ ਸੀ ਜਰਮਨ ਜਰਮਨੀ ਦੇ ਠੀਕ ਹੈ ਜਰਮਨੀ ਦੇ ਰਹਿਣ ਵਾਲੇ ਸੀ ਲੇਵਿਨ ਔਰ ਇਹਨਾਂ ਨੇ ਕੀ ਕਿਹਾ ਕਿ ਜੋ ਬੱਚੇ ਦਾ ਬਿਹੇਵੀਅਰ ਹੈ ਉਸ ਦੇ ਉੱਪਰ ਜ਼ੋਰ ਦਿੱਤਾ ਤੇ ਪ੍ਰੇਰਣਾ ਦੀ ਵਰਤੋਂ ਜੋ ਹੈ ਮੋਟੀਵੇਸ਼ਨ ਦੀ ਵਰਤੋਂ ਕਰਨ ਦੀ ਗੱਲ ਕੀਤੀ ਔਰ ਇਸ ਨੇ ਕਿਹਾ ਕਿ ਜੋ ਅਧਿਆਪਕ ਹੈ ਉਸ ਨੂੰ ਵਿਦਿਆਰਥੀਆਂ ਦੀ ਯੋਗਤਾ ਜੋ ਉਹਨਾਂ ਦੇ ਵਿੱਚ ਅਬਿਲਟੀ ਹੈ ਅਤੇ ਸ਼ਕਤੀ ਦੇ ਜੋ ਉਹਨਾਂ ਦੇ ਵਿੱਚ ਸ਼ਕਤੀ ਹੈ ਜੋ ਉਹਨਾਂ ਦੀ ਪਾਵਰ ਹੈ ਉਸ ਦੇ ਅਨੁਸਾਰ ਕੀ ਹੈ ਮਨੋਵਿਗਿਆਨਿਕ ਵਾਤਾਵਰਣ ਉਪਲਬਧ ਕਰਾ ਕੇ ਉਸ ਨੂੰ ਕੀ ਹੈ ਆਪਣੇ ਉਦੇਸ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਇਸ ਜੋ ਹੈ ਲਰਨਿੰਗ ਮੈਥਡ ਦੇ ਵਿੱਚ ਗੱਲ ਕੀਤੀ ਗਈ ਹੈ ਅੱਗੇ ਹੈ 8ਵਾਂ ਅਨਵੈਂਸ਼ਨ ਵਿਧੀ ਇਸ ਦੇ ਵਿੱਚ ਕੀ ਹੁੰਦਾ ਹੈ ਇਸ ਦੇ ਵਿੱਚ ਹੁੰਦਾ ਹੈ ਕਿ ਜੋ ਅਧਿਆਪਕ ਹੈ ਉਸ ਨੂੰ ਬੱਚੇ ਦੇ ਜੋ ਸਿੱਖਣਾ ਹੈ ਉਸ ਦੇ ਪ੍ਰਤੀ ਰੁਝਾਨ ਰੁਚੀ ਪੈਦਾ ਕਰਨੀ ਪਵੇਗੀ ਅਨਮੈਨਸ਼ਨ ਵਿਧੀ ਦੇ ਵਿੱਚ ਇਹ ਹੁੰਦਾ ਹੈ ਕਿ ਬੱਚੇ ਨੂੰ ਇੰਟਰਸਟ ਪੈਦਾ ਕੀਤਾ ਜਾਵੇ ਅਧਿਆਪਕ ਦੁਆਰਾ ਕਿ ਉਹ ਸਿੱਖੇ ਠੀਕ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਵਿਸ਼ਾ ਵਸਤੂ ਹੈ ਉਸ ਨੂੰ ਪ੍ਰਭਾਵੀ ਕ੍ਰਮ ਦੇ ਵਿੱਚ ਕੀ ਹੈ ਪੇਸ਼ ਕੀਤਾ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਅੱਜ ਪਹਿਲਾ ਚੈਪਟਰ ਪੜਾ ਲਿਆ ਕੱਲ ਨੂੰ 20 ਨੰਬਰ ਵਾਲਾ ਚੈਪਟਰ ਪੜਾ ਲਿਆ ਫਿਰ 15 ਵਾਲਾ ਪੜਾ ਲਿਆ ਮਤਲਬ ਇੱਕ ਕ੍ਰਮ ਦੇ ਵਿੱਚ ਕੀ ਹੈ ਚੈਪਟਰ ਵਾਈਜ਼ ਜੋ ਹੈ ਚੱਲਣਾ ਚਾਹੀਦਾ ਹੈ ਇੱਕ ਸਟੈਪ ਬਾਈ ਸਟੈਪ ਜੋ ਹੈ ਉਠਾਉਣਾ ਚਾਹੀਦਾ ਹੈ ਔਰ ਇਸ ਦੇ ਜੋ ਪ੍ਰਤੀਪਾਦਕ ਸੀ ਉਹ ਸੀ ਬਰੂਨਰ ਕੌਣ ਸੀ ਬਰੂਨਰ ਠੀਕ ਹੈ ਔਰ ਇਸ ਤੋਂ ਬਾਅਦ ਹੈ ਨੌਵਾਂ ਸਿੱਖਣ ਵਿਧੀ ਹੈ ਸ਼ਾਬਦਿਕ ਸਿੱਖਣ ਵਿਧੀ ਸ਼ਾਬਦਿਕ ਸਿੱਖਣ ਵਿਧੀ ਇਸ ਵਿਧੀ ਵਿੱਚ ਕੀ ਹੁੰਦਾ ਹੈ ਕਿ ਜੋ ਵਿਸ਼ੇ ਵਸਤੂ ਹੈ ਉਸ ਨੂੰ ਸਕੂਲੀ ਪ੍ਰਸਤਿਤੀਆਂ ਵਿੱਚ ਕੀ ਹੈ ਪੇਸ਼ ਕੀਤਾ ਜਾਣਾ ਚਾਹੀਦਾ ਠੀਕ ਹੈ ਔਰ ਇਹ ਕੀ ਹੈ ਇਹ ਮਾ ਵਿਦਿਆਲੇ ਜੋ ਹੁੰਦੇ ਆ ਉਹਨਾਂ ਦੇ ਵਿੱਚ ਬੇਸਿਕਲੀ ਜੋ ਹੈ ਯੂਜ਼ ਹੁੰਦੀ ਹੈ ਨੌਵੀਂ ਇਸ ਤੋਂ ਬਾਅਦ ਆ 10ਵੀਂ ਵਿਧੀ ਸਮਾਜਿਕ ਸਿੱਖਣ ਵਿਧੀ ਸਮਾਜਿਕ ਸਿੱਖਣ ਵਿਧੀ ਉਹ ਇਸ ਦੇ ਜੋ ప్రతిపాదਕ ਨੇ ਉਹ ਕੌਣ ਨੇ ਅਲਬਰਟ ਬੰਡੂਰਾ ਬੰਡੂਰਾ ਕਿੱਥੋਂ ਦੇ ਰਹਿਣ ਵਾਲੇ ਸੀ ਕੈਨੇਡਾ ਦੇ ਠੀਕ ਹੈ ਔਰ ਇਸ ਵਿਧੀ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਜੋ ਵਿਅਕਤੀ ਸਮਾਜਿਕ ਵਿਵਹਾਰ ਦਾ ਜੋ ਉਸ ਦਾ ਬਿਹੇਵੀਅਰ ਹੈ ਉਸ ਦਾ ਕੀ ਹੈ ਪ੍ਰੇਖਣ ਕਰਨਾ ਚਾਹੀਦਾ ਹੈ ਤੇ ਉਸ ਦੀ ਤਰ੍ਹਾਂ ਵਿਵਹਾਰ ਕਰਨ ਲੱਗਦਾ ਹੈ ਮਤਲਬ ਜੋ ਵਿਅਕਤੀ ਸਮਾਜ ਦੇ ਵਿੱਚ ਵੇਖਦਾ ਹੈ ਉਸ ਦੀ ਤਰ੍ਹਾਂ ਕੀ ਹੈ ਬੰਡੂਰਾ ਨੇ ਕਿਹਾ ਕਿ ਵਿਅਕਤੀ ਵਿਵਹਾਰ ਕਰਦਾ ਹੈ ਫੋਰ ਐਗਜ਼ਾਮਪਲ ਜੇ ਕੋਈ ਫੈਸ਼ਨ ਸ਼ੋਅ ਵੇਖਦਾ ਹੈ ਤਾਂ ਕੀ ਹੈ ਬੱਚੇ ਦੇ ਵਿੱਚ ਲਾਲਸਾ ਪੈਦਾ ਹੁੰਦੀ ਹੈ ਕਿ ਮੈਂ ਵੀ ਫੈਸ਼ਨ ਸ਼ੋਅ ਦੇ ਵਿੱਚ ਜਾਵਾਂ ਜੇ ਕੋਈ ਵਿਗਿਆਪਨਾਂ ਨੂੰ ਦੇਖਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਵੀ ਐਡਵਰਟਾਈਜ਼ਮੈਂਟ ਕਰਾਂ ਜੇ ਕੋਈ ਕ੍ਰਿਕਟ ਖੇਡ ਦੇਖਦਾ ਹੈ ਛੋਟਾ ਬੱਚਾ ਤਾਂ ਉਹ ਵੀ ਕਹਿੰਦਾ ਹੈ ਕਿ ਮੈਂ ਵੱਡਾ ਹੋ ਕੇ ਕ੍ਰਿਕਟਰ ਬਣਾਂਗਾ ਜੇ ਫਿਲਮ ਦੇਖਦਾ ਤਾਂ ਉਹ ਕੀ ਕਹਿੰਦਾ ਮੈਂ ਵੱਡਾ ਹੋ ਕੇ ਐਕਟਰ ਬਣਾਂਗਾ ਜਾਂ ਐਕਟ੍ਰੈਸ ਬਣਾਂਗੀ ਜੋ ਵੀ ਏ ਜੋ ਆ 10 ਲਰਨਿੰਗ ਦੇ ਮੈਥਡ ਸੀ ਇਹਨਾਂ ਦੇ ਉੱਪਰ ਕੀ ਹੈ ਘੱਟੋ ਘੱਟ 3 ਜਾਂ 4 ਕੁਐਸਚਨ ਆਉਣ ਦੇ ਚਾਂਸ ਨੇ ਅੱਗੇ ਚੱਲਦੇ ਹਾਂ ਬਾਲ ਵਿਕਾਸ ਬਾਲ ਵਿਕਾਸ ਦੇ ਉੱਪਰ ਹਰੇਕ ਕੁਐਸਚਨ ਦੇ ਵਿੱਚ ਹਰੇਕ ਪੇਪਰ ਦੇ ਵਿੱਚ ਸੀਡੀਪੀ ਦੇ ਵਿੱਚ ਸਪੈਸ਼ਲੀ ਜੋਤੀ ਕੁਐਸਚਨ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਤਾਂ ਇਹਦੇ ਉੱਪਰ ਡੈਫੀਨੇਸ਼ਨ ਪੁੱਛੀ ਜਾਂਦੀ ਹੈ ਔਰ ਇੱਕ ਹੋਰ ਕੋਈ ਕੁਐਸਚਨ ਬਣਾ ਕੇ ਪੁੱਛਿਆ ਜਾਂਦਾ ਸੋ ਮੈਂ ਪਿਆਜੇ ਦੇ ਅਕੋਰਡਿੰਗ ਬਾਲ ਵਿਕਾਸ ਨਹੀਂ ਲੈ ਕੇ ਚੱਲ ਰਿਹਾ ਬੇਸਿਕਲੀ ਬਾਲ ਵਿਕਾਸ ਨੂੰ ਤਿੰਨ ਟਰਮਸ ਦੇ ਵਿੱਚ ਵੰਡਿਆ ਮੈਂ ਪਹਿਲੀ ਅਵਸਥਾ ਹੈ ਸ਼ਿਸ਼ੂ ਅਵਸਥਾ ਜਿਸ ਨੂੰ ਪੀਰੀਅਡ ਜੋ ਦਿੱਤਾ ਉਹ 0 ਤੋਂ 5 ਸਾਲ ਹੈ ਦੂਸਰੀ ਹੈ ਬਾਲ ਅਵਸਥਾ ਇਸ ਨੂੰ ਉੱਤਰ ਬਾਲ ਅਵਸਥਾ ਦੇ ਵਿੱਚ ਉੱਤਰ ਪੂਰਵ ਬਾਲ ਅਵਸਥਾ ਦੇ ਵਿੱਚ ਵੀ ਵੰਡਿਆ ਜਾਂਦਾ ਹੈ ਉਹ ਅੱਗੇ ਦੀ ਗੱਲ ਹੈ ਇਹ ਹੈ 6 ਤੋਂ 12 ਸਾਲ ਦਾ ਸਮਾਂ ਫਿਰ ਹੈ ਕਿਸ਼ੋਰ ਅਵਸਥਾ ਇਹ ਹੈ 13 ਤੋਂ 18 ਸਾਲ ਦਾ ਸਮਾਂ ਇਨ ਇਨ੍ਹਾਂ ਤਿੰਨਾਂ ਪੀਰੀਅਡ ਦੇ ਵਿੱਚ ਅਲੱਗ-ਅਲੱਗ ਡੈਫੀਨੇਸ਼ਨ ਜੋ ਹੈ ਦਿੱਤੀਆਂ ਅਲੱਗ-ਅਲੱਗ ਮਨੋਵਿਗਿਆਨਿਕਾਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਮੇਨ-ਮੇਨ ਡੈਫੀਨੇਸ਼ਨਾਂ ਬੋਲਾਂਗਾ ਉਸ ਤੋਂ ਬਾਅਦ ਹਰੇਕ ਜੋ ਹੈ ਅਵਸਥਾ ਦੀ ਜੋ ਮੇਨ ਇੰਪੋਰਟੈਂਟ ਫੈਕਟ ਨੇ ਉਹ ਪੁੱਛੇ ਜਾਂਦੇ ਆ ਉਹ ਦੱਸਾਂਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਿਸ਼ੂ ਅਵਸਥਾ ਦੀ ਸ਼ਿਸ਼ੂ ਅਵਸਥਾ ਜੋ ਹੈ ਜਨਮ ਤੋਂ ਲੈ ਕੇ 5 ਸਾਲ ਦੀ ਅਵਸਥਾ ਹੈ ਇਸ ਦੇ ਉੱਪਰ ਸਭ ਤੋਂ ਪਹਿਲੀ ਪਰਿਭਾਸ਼ਾ ਜੋ ਹੈ ਉਹ ਹੈ ਵੈਲੈਂਟਾਈਨ ਦੀ ਵੈਲੈਂਟਾਈਨ ਇਹਨਾਂ ਨੇ ਕਿਹਾ ਕਿ ਜੋ ਸ਼ਿਸ਼ੂ ਅਵਸਥਾ ਹੈ ਸਿੱਖਣ ਦਾ ਆਦਰਸ਼ ਕਾਲ ਹੈ ਸਿੱਖਣ ਦਾ ਆਦਰਸ਼ ਕਾਲ ਕਿਸ ਨੇ ਕਿਹਾ ਵੈਲੈਂਟਾਈਨ ਨੇ ਇਹ ਤੁਸੀਂ ਯਾਦ ਰੱਖਣਾ ਹੈ ਇਸ ਤੋਂ ਬਾਅਦ ਇੱਕ ਕਰੋ ਐਂਡ ਕਰੋ ਦੀ ਡੈਫੀਨੇਸ਼ਨ ਜੋ ਹੈ ਉਹ ਬਹੁਤ ਵਾਰੀ ਪੁੱਛੀ ਜਾਂਦੀ ਹੈ ਉਹ ਕੀ ਹੈ 20ਵੀਂ ਸਦੀ ਬਾਲਕਾਂ ਦੀ ਸਦੀ ਹੋਵੇਗੀ 20ਵੀਂ ਸਦੀ ਬੱਚਿਆਂ ਦੀ ਸਦੀ ਹੋਵੇਗੀ ਕਿਸ ਨੇ ਕਿਹਾ ਕਰੋ ਐਂਡ ਕਰੋ ਨੇ ਠੀਕ ਹੈ ਇਸ ਤੋਂ ਇਲਾਵਾ ਇੱਕ ਸਿਗਮੰਟ ਫਰਾਇਡ ਦੀ ਜੋ ਹੈ ਡੈਫੀਨੇਸ਼ਨ ਹੈ ਉਹਨਾਂ ਨੇ ਕੀ ਕਿਹਾ ਕਿ ਬੱਚੇ ਵਿੱਚ ਕਾਮ ਪ੍ਰਵਿਰਤੀ ਬਹੁਤ ਪ੍ਰਭਲ ਹੁੰਦੀ ਹੈ ਅਤੇ ਜੋ ਬਾਲਗ ਨੇ ਬਾਲਕਾਂ ਦੀ ਭਾਗ ਦੀ ਤਰ੍ਹਾਂ ਕੀ ਉਹ અભિવ્યક્ત ਨਹੀਂ ਕਰ ਸਕਦਾ ਮਤਲਬ ਉਸ ਦਾ ਦਿਖਾਵਾ ਨਹੀਂ ਕਰ ਸਕਦਾ ਜੋ ਬੱਚਾ 0 ਤੋਂ 5 ਸਾਲ ਦਾ ਹੈ ਉਸ ਦੇ ਉਹਨੂੰ ਕਿਹਾ ਕਿ ਉਸ ਦੇ ਵਿੱਚ ਜੋ ਕਾਮ ਪ੍ਰਵਿਰਤੀ ਹੈ ਜੋ ਉਸ ਦੇ ਵਿੱਚ ਸੈਕਸ਼ੂਅਲ ਫੈਕਟਰ ਹੈ ਉਹ ਜੋ ਹੈ ਬਾਲਗਾ ਨਾਲੋਂ ਟੀਨੇਜਰ ਤੋਂ ਬਾਅਦ ਜੋ ਅਵਸਥਾ ਆਂਦੀ ਹੈ ਉਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਲੇਕਿਨ ਬੱਚਾ ਕੀ ਹੈ ਉਸ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਇੱਕ ਗੈਸਲ ਨੇ ਗੈਸਲ ਨੇ ਡੈਫੀਨੇਸ਼ਨ ਦਿੱਤੀ ਹੈ ਇਹ ਵੀ ਪੁੱਛੀ ਜਾਂਦੀ ਹੈ ਕਿ ਬੱਚਾ ਜੋ ਹੈ ਪਹਿਲੇ 6 ਸਾਲਾਂ ਵਿੱਚ ਬਾਅਦ ਦੇ 12 ਸਾਲਾਂ ਨਾਲੋਂ ਦੁੱਗਣਾ ਸਿੱਖ ਜਾਂਦਾ ਹੈ। ਮਤਲਬ ਸ਼ਿਸ਼ੂ ਅਵਸਥਾ ਦੇ ਜੋ ਪਹਿਲੇ 6 ਸਾਲ ਨੇ ਔਰ ਬਾਅਦ ਦੇ ਜੋ ਆ 12 ਸਾਲ ਨੇ ਉਸ ਤੋਂ ਜ਼ਿਆਦਾ ਸਿੱਖਦਾ ਹੈ ਇਹ ਕਿਸ ਨੇ ਕਿਹਾ ਗੈਸਲ ਨੇ ਠੀਕ ਹੈ ਔਰ ਇੱਕ ਲਾਸਟ ਇਹ ਇਸ ਦੇ ਵਿੱਚ ਵਾਟਸਨ ਦੀ ਵਾਟਸਨ ਨੇ ਕੀ ਕਿਹਾ ਕਿ ਜੋ ਸ਼ਿਸ਼ੂ ਅਵਸਥਾ ਹੈ ਉਸ ਦੇ ਵਿੱਚ ਸਿੱਖਣ ਦੀ ਸੀਮਾ ਜੋ ਹੈ ਉਹ ਬਹੁਤ ਤੇਜ਼ੀ ਨਾਲ ਚਲਦੀ ਹੈ। ਬਾਕੀਆਂ ਅਵਸਥਾ ਨਾਲੋਂ ਮਤਲਬ ਸਿੱਖਣ ਦਾ ਦਰਸ਼ਕਾਲ ਕਿਹਾ ਵੈਲੈਂਟਾਈਨ ਨੇ 20ਵੀਂ ਸਦੀ ਬੱਚਿਆਂ ਦੀ ਸਦੀ ਹੈ ਕਰੋ ਐਂਡ ਕਰੋ ਨੇ ਕਿਹਾ ਜੈਸਨ ਨੇ ਕਿਹਾ ਕਿ ਬੱਚਾ ਜਦੋਂ ਪਹਿਲੇ 6 ਸਾਲ ਦੇ ਵਿੱਚ ਹੁੰਦਾ ਹੈ ਉਹ ਬਾਅਦ ਦੇ 12 ਸਾਲਾਂ ਨਾਲੋਂ ਤੇਜ਼ ਗਤੀ ਨਾਲ ਸਿੱਖਦਾ ਹੈ ਇਸ ਤੋਂ ਇਲਾਵਾ ਸਿਗਮੰਟ ਫਰਾਇਡ ਨੇ ਕਿਹਾ ਕਿ ਸ਼ਿਸ਼ੂ ਅਵਸਥਾ ਦੇ ਵਿੱਚ ਕੀ ਹੈ ਬੱਚੇ ਦੇ ਵਿੱਚ ਕਾਮਪਰਵਿਰਤੀ ਜ਼ਿਆਦਾ ਹੁੰਦੀ ਹੈ ਲੇਕਿਨ ਉਹ ਉਸ ਨੂੰ ਅਭਿਵਕਤ ਨਹੀਂ ਕਰ ਸਕਦਾ ਔਰ ਵਾਟਸਨ ਨੇ ਕੀ ਕਿਹਾ ਕਿ ਸ਼ਿਸ਼ੂ ਅਵਸਥਾ ਦੇ ਵਿੱਚ ਬੱਚਾ ਤੇਜ਼ੀ ਨਾਲ ਸਿੱਖਦਾ ਹੈ ਬਾਧੀਆਂ ਅਵਸਥਾ ਨਾਲੋਂ ਠੀਕ ਹੈ ਏ ਜੋ ਹੈ ਇਸ ਦੀਆਂ ਡੈਫੀਨੇਸ਼ਨ ਨੇ ਹੁਣ ਗੱਲ ਕਰਦੇ ਆਂ ਬਾਲ ਅਵਸਥਾ ਦੀ ਜੋ 6 ਤੋਂ 12 ਸਾਲ ਦਾ ਪੀਰੀਅਡ ਹੈ ਇਹਦੇ ਵਿੱਚ ਜੋ ਹੈ ਬੇਸਿਕਲੀ ਰੋਸ ਰੋਸ ਦੀ ਡੈਫੀਨੇਸ਼ਨ ਪੁੱਛੀ ਜਾਂਦੀ ਹੈ ਉਸਨੇ ਕਿਹਾ ਕਿ ਬਾਲ ਅਵਸਥਾ ਜੋ ਹੈ ਮਿੱਥ ਪਰਿਪੱਕਤਾ ਦਾ ਕਾਲ ਹੈ ਇਹ ਕੋ ਜੋ ਹੈ ਡੈਫੀਨੇਸ਼ਨ ਪੁੱਛੀ ਜਾਂਦੀ ਹੈ ਮਤਲਬ ਝੂਠੀ ਉਹਨੇ ਕਿਹਾ ਕਿ ਬਾਲ ਅਵਸਥਾ ਜੋ ਹੈ ਝੂਠੀ ਪਰਿਪੱਕਤਾ ਦਾ ਕਾਲ ਹੈ ਇਹ ਕਿਸ ਨੇ ਕਿਹਾ ਰੋਸ ਨੇ ਸਿਗਮੰਡ ਫਰਾਇਡ ਨੇ ਕਿਹਾ ਕਿ ਬਾਲਵਸਤਾ ਵਿੱਚ ਕੰਮ ਜੋ ਹੈ ਉਹ ਕੰਮ ਦੀ ਜੋ ਭਾਵਨਾ ਹੈ ਉਹ ਲੁਪਤ ਹੋ ਜਾਂਦੀ ਹੈ ਠੀਕ ਹੈ ਸਿਗਮੰਡ ਫਰਾਇਡ ਨੇ ਕਿਹਾ ਇਸ ਤੋਂ ਬਾਅਦ ਕਿਲ ਪੈਟ੍ਰਿਕ ਦੀ ਜੋ ਹੈ ਉਹ ਡੈਫੀਨੇਸ਼ਨ ਬਾਲਵਸਤਾ ਦੇ ਵਿੱਚ ਪੁੱਛੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਬਾਲਵਸਤਾ ਜੋ ਹੈ ਪ੍ਰਤੀਦਵੰਧ ਸਮਾਜਿਕरण ਦਾ ਕਾਲ ਹੈ ਠੀਕ ਹੈ ਪ੍ਰਤੀਦਵੰਧ ਸਮਾਜਿਕरण ਦਾ ਕਾਲ ਹੈ ਇਹ ਜੋ ਹੈ ਤਿੰਨ ਡੈਫੀਨੇਸ਼ਨ ਨੇ ਇਸ ਤੋਂ ਬਾਅਦ ਕਿਸ਼ੋਰ ਅਵਸਥਾ ਅਡੋਲਸੈਂਸ ਪੀਰੀਅਡ 13 ਤੋਂ ਲੈ ਕੇ 18 ਸਾਲ ਵਾਲਾ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਡੈਫੀਨੇਸ਼ਨ ਜੋ ਹੈ ਉਹ ਸਟੈਨਲੇ ਹੌਲ ਦੀ ਹੈ ਉਹਨਾਂ ਨੇ ਕੀ ਕਿਹਾ ਕਿ ਕਿਸ਼ੋਰ ਅਵਸਥਾ ਜੋ ਹੈ प्रबल ਦਬਾਅ ਤਣਾਅ tufaan ਦਾ ਸੰਘਰਸ਼ ਕਾਲ ਹੈ ਕੀ ਕਿਹਾ ਸਟੈਨਲੇ ਹੌਲ ਨੇ ਯਾਦ ਰੱਖਿਓ ਇਹ ਡੈਫੀਨੇਸ਼ਨ ਪੁੱਛੀ ਜਾਏਗੀ ਕਿਸ਼ੋਰ ਅਵਸਥਾ ਦੇ ਵਿੱਚ ਕਿਸ਼ੋਰ ਅਵਸਥਾ प्रबल ਦਬਾਅ ਤਣਾਅ tufaan ਅਤੇ ਸੰਘਰਸ਼ ਦਾ ਕਾਲ ਹੈ ਇਸ ਤੋਂ ਇਲਾਵਾ ਦੂਜੀ ਡੈਫੀਨੇਸ਼ਨ ਜੋ ਹੈ ਉਹ ਹੈ ਕਿਲ ਪੈਟ੍ਰਿਕ ਦੀ ਕਿਸ਼ੋਰ ਅਵਸਥਾ ਜੀਵਨ ਦਾ ਸਭ ਤੋਂ ਕਠਿਨ ਕਾਲ ਹੈ ਕਠਿਨ ਸਮਾਂ ਹੈ ਠੀਕ ਹੈ ਇਸ ਤੋਂ ਇਲਾਵਾ ਇੱਕ ਡੈਫੀਨੇਸ਼ਨ ਹੋਰ ਹੈ ਸਕਿਨਰ ਦੀ ਸਕਿਨਰ ਨੇ ਕੀ ਕਿਹਾ ਕਿਸ਼ੋਰ ਨੂੰ ਨਿਰਣੇ ਦਾ ਕੋਈ ਅਨੁਭਵ ਨਹੀਂ ਹੁੰਦਾ ਪੁੱਛਿਆ ਜਾਏਗਾ ਕਿਸ ਨੇ ਕਿਹਾ ਕਿ ਕਿਸ਼ੋਰ ਨੂੰ ਨਿਰਣੇ ਲੈਣ ਦਾ ਕੋਈ ਅਨੁਭਵ ਨਹੀਂ ਹੁੰਦਾ ਸਕਿਨਰ ਨੇ ਕਿਹਾ ਸਟੈਨਲੇ ਹੋਲ ਨੇ ਤੂਫਾਨ ਵਾਲੀ ਅਵਸਥਾ ਕਿਹਾ ਔਰ ਕਿਲ ਪੈਟ੍ਰਿਕ ਨੇ ਕਿਹਾ ਕਿ ਕਿਸ਼ੋਰ ਅਵਸਥਾ ਜੀਵਨ ਦਾ ਸਭ ਤੋਂ ਕਠਿਨ ਕਾਲ ਹੈ ਠੀਕ ਹੈ ਇਹ ਜੋ ਹੈ ਡੈਫੀਨੇਸ਼ਨ ਨੇ ਇਸ ਦੀਆਂ ਅਲੱਗ-ਅਲੱਗ ਅਵਸਥਾਵਾਂ ਦੀਆਂ ਹੁਣ ਆਪਾਂ ਇਹਨਾਂ ਅਵਸਥਾਵਾਂ ਦੇ ਵਿੱਚ ਜੋ ਹੈ ਮੇਨ ਫੈਕਟ ਜੋ ਆ ਉਹ ਦੱਸਣ ਜਾ ਰਿਹਾ ਮੈਂ ਇਹਨਾਂ ਫੈਕਟਾਂ ਦੇ ਉੱਪਰ ਵੀ ਇੱਕ ਦਾ ਕੁਐਸਚਨ ਜੋ ਹੈ ਉਹ ਪਿਆ ਹੁੰਦਾ ਹੈ ਸੀਡੀਪੀ ਦੇ ਵਿੱਚ ਸਭ ਤੋਂ ਪਹਿਲਾਂ ਸ਼ਿਸ਼ੂ ਅਵਸਥਾ ਦੀ ਗੱਲ ਕਰਦੇ ਹਾਂ ਸ਼ਿਸ਼ੂ ਅਵਸਥਾ ਨੂੰ 0 ਤੋਂ 5 ਵਾਲੇ ਸਾਲ ਨੂੰ ਇਨੂੰ ਕਿਹਾ ਗਿਆ ਸਿੱਖਣ ਦਾ ਆਦਰਸ਼ ਕਾਲ ਇਹਨੂੰ ਕਿਹਾ ਗਿਆ ਕਿ ਭਵਿੱਖ ਦੇ ਜੀਵਨ ਦੀ ਆਧਾਰਸ਼ੀ ਲਾਏ ਇਹਨੂੰ ਕਿਹਾ ਗਿਆ ਕਿ ਕਿਹਾ ਗਿਆ ਕਿ ਜੀਵਨ ਦਾ ਸਭ ਤੋਂ ਮਹੱਤਵਪੂਰਨ ਕਾਲ ਹੈ ਇਹਨੂੰ ਕਿਹਾ ਗਿਆ ਕਿ ਬੱਚਾ ਇਸ ਦੇ ਵਿੱਚ ਅਨੁਕਰਨ ਕਰਕੇ ਸਿੱਖਦਾ ਹੈ ਇਹਨੂੰ ਕਿਹਾ ਗਿਆ ਕਿ ਇਸ ਦੇ ਵਿੱਚ ਕੀ ਹੈ ਬੱਚੇ ਦਾ ਤੇਜ਼ੀ ਨਾਲ ਸਰੀਰਕ ਵਿਕਾਸ ਹੁੰਦਾ ਹੈ ਤੇਜ਼ੀ ਨਾਲ ਮਾਨਸਿਕ ਵਿਕਾਸ ਹੁੰਦਾ ਹੈ ਠੀਕ ਹੈ ਇਸ ਛੂ ਅਵਸਥਾ ਦੇ ਜੋ ਹੈ ਕਰੈਕਟਰ ਨੇ ਜੋ ਫੀਚਰ ਨੇ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਲ ਅਵਸਥਾ ਦੀ ਜੋ 0 ਤੋਂ ਲੈ ਕੇ 12 ਸਾਲ ਦਾ ਪੀਰੀਅਡ ਹੈ ਇਸ ਨੂੰ ਕੀ ਕਿਹਾ ਗਿਆ ਅਨੋਖਾ ਕਾਲ ਅਨੋਖਾ ਕਾਲ ਕਿਸ ਨੂੰ ਕਿਹਾ ਗਿਆ ਬਾਲਵਸਤਾ ਨੂੰ ਇਸ ਨੂੰ ਕੀ ਹੈ ਕੀ ਕਿਹਾ ਗਿਆ ਪ੍ਰਾਰੰਭਿਕ ਸਕੂਲ ਦੀ ਉਮਰ ਇਹ ਕੋਸਚਨ ਪੁੱਛਿਆ ਜਾਂਦਾ ਹੈ ਆਰੰਭਿਕ ਸਕੂਲ ਦੀ ਉਮਰ ਕਿਹੜੀ ਹੈ ਬਾਲਵਸਤਾ ਹੈ ਠੀਕ ਹੈ ਇਸ ਨੂੰ ਕਿਹਾ ਗਿਆ ਟੋਲੀ ਦਲ ਸਮੂਹ ਦੀ ਉਮਰ ਇਸ ਨੂੰ ਕਿਹਾ ਗਿਆ ਖੇਡ ਦੀ ਉਮਰ ਇਸ ਨੂੰ ਕਿਹਾ ਗਿਆ ਮੂਰਤ ਚਿੰਤਨ ਦੀ ਅਵਸਥਾ ਮੂਰਤ ਚਿੰਤਨ ਦੀ ਅਵਸਥਾ ਇਸ ਨੂੰ ਕਿਹਾ ਗਿਆ ਕਿ ਸਮਾਜਿਕਤਾ ਜੋ ਹੈ ਉਸ ਇਸ ਉਮਰ ਦੇ ਵਿੱਚ ਕੀ ਹੈ ਵਿਕਸਿਤ ਹੁੰਦੀ ਹੈ ਇਸ ਵਿੱਚ ਕਿਹਾ ਗਿਆ ਕਿ ਨਵੇਂ ਕੋਸ਼ਲ ਨਵੀਆਂ ਸਮਰੱਥਾਵਾਂ ਦਾ ਵਿਕਾਸ ਜੋ ਹੈ ਉਹ ਇਸ ਅਵਸਥਾ ਦੇ ਵਿੱਚ ਹੁੰਦਾ ਹੈ ਠੀਕ ਹੈ ਇਸ ਦੇ ਫੀਚਰ ਨੇ ਤੀਸਰੀ ਜੋ ਹੈ ਕਿਸ਼ੋਰ ਅਵਸਥਾ 13 ਤੋਂ 18 ਸਾਲ ਇਸ ਦੇ ਵਿੱਚ ਬੇਸਿਕਲੀ ਕਾਫੀ ਸਾਰੇ ਫੀਚਰ ਆ ਜਾਣਗੇ ਕਿਹੜੇ-ਕਿਹੜੇ ਫੀਚਰ ਆ ਵਨ ਬਾਈ ਵਨ ਆਪਾਂ ਡਿਸਕਸ ਕਰਦੇ ਹਾਂ ਅਮੂਰਤ ਚਿੰਤਨ ਦੀ ਅਵਸਥਾ ਐਬਸਟ੍ਰੈਕਟ ਦਲ ਭਗਤੀ ਬੱਚਾ ਜੇ ਇਸ ਦਲ ਵਿੱਚ ਸ਼ਾਮਿਲ ਹੁੰਦਾ ਹੈ ਉਸ ਦਲ ਦੀ ਭਗਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਚਾਹੇ ਉਹ ਆਪਣਾ ਪੀਅਰ ਗਰੁੱਪ ਹੋਵੇ ਮਤਲਬ ਫਰੈਂਡ ਸਰਕਲ ਹੋਵੇ ਜੀਵਨ ਦਾ ਸਭ ਤੋਂ ਕਠਿਨ ਸਮਾਂ ਅਟਪਟੀ ਅਤੇ ਉਲਝਣ ਵਾਲੀ ਅਵਸਥਾ ਕਿਸ਼ੋਰ ਅਵਸਥਾ ਸਮੱਸਿਆਵਾਂ ਦੀ ਅਵਸਥਾ ਤੇਜ਼ੀ ਨਾਲ ਵਿਕਾਸ ਬਹੁਤ ਤੇਜ਼ੀ ਨਾਲ ਠੀਕ ਹੈ ਵਸੰਤ ਰੁੱਤ ਵਸੰਤਰੋਤ ਕਿਸ਼ੋਰ ਅਵਸਥਾ ਨੂੰ ਕਿਹਾ ਗਿਆ ਠੀਕ ਹੈ ਵਿਅਕਤੀਗਤ ਅਤੇ ਗੂੜੀ ਮਿੱਤਰਤਾ ਦੀ ਅਵਸਥਾ ਬੱਚਾ ਇਸ ਅਵਸਥਾ ਦੇ ਵਿੱਚ ਜਿਹੜੀ ਫਰੈਂਡ ਸਰਕਲ ਦੇ ਵਿੱਚ ਆਂਦਾ ਹੈ ਉਸ ਦੀ ਦਲ ਦੇ ਵਿੱਚ ਕੀ ਹੈ ਉਹ ਪੂਰਨ ਰੂਪ ਦੇ ਵਿੱਚ ਆਪਣੇ ਆਪ ਨੂੰ ਢਾ ਲੈਂਦਾ ਹੈ ਠੀਕ ਹੈ ਸਵੇਗਾਤਮਕ ਪਰਿਵਰਤਨ ਦੀ ਅਵਸਥਾ ਕਿ ਬੱਚੇ ਦੇ ਜੋ ਇਮੋਸ਼ਨ ਹੁੰਦੇ ਆ ਉਹ ਬੇਸਿਕਲੀ ਇਸ ਦੇ ਵਿੱਚ ਕੀ ਹੈ ਚੇਂਜ ਹੋ ਜਾਂਦੇ ਆ ਸੰਘਰਸ਼ ਅਤੇ ਤੂਫਾਨ ਦੀ ਦਾ ਕਾਲ ਉਥਲ-ਪੁਥਲ ਦਾ ਸਮਾਂ ਠੀਕ ਹੈ ਸਕ੍ਰਾਂਤੀ ਕਾਲ ਟੀਨੇਜ ਠੀਕ ਹੈ 에ਜ ਆਫ ਬਿਊਟੀ 에ਜ ਆਫ ਬਿਊਟੀ ਵੀ ਕਹਿੰਦੇ ਆ ਇਹਨੂੰ ਠੀਕ ਹੈ ਤਾਰਕਿਕ ਚਿੰਤਨ ਦੀ ਅਵਸਥਾ ਵੀ ਹੈ ਸੰਘਰਸ਼ ਅਤੇ ਤੂਫਾਨ ਦਾ ਕਾਲ ਵੀ ਹੈ ਇਹ ਜੋ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਓਕੇ ਇਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਵਿਅਕਤੀਤਵ ਦੇ ਪ੍ਰਕਾਰ ਆਣਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਕੁਝ ਫੈਕਟ ਜੋ ਹੈ ਉਹ ਤੁਹਾਨੂੰ ਦੱਸ ਦਿੰਨਾ ਜੋ ਹੈ ਬੇਸਿਕਲੀ ਪੁੱਛੇ ਜਾਂਦੇ ਆ ਇਹਦੇ ਵਿੱਚ ਤਾਂ ਬਾਲ ਵਿਕਾਸ ਦੇ ਉੱਪਰ ਏਜ ਗਰੁੱਪ ਦੇ ਵਿੱਚ ਵੰਡਿਆ ਸੀ ਠੀਕ ਹੈ ਇੱਕ ਹੈ ਖਿਡੌਣਿਆਂ ਦੀ ਉਮਰ ਦੇ ਉੱਪਰ ਕੁਐਸਚਨ ਆ ਜਾਂਦਾ ਹੈ ਖਿਡੌਣਿਆਂ ਦੀ ਉਮਰ ਕਿੰਨੀ ਹੁੰਦੀ ਹੈ ਔਰ ਏਜ ਲਿਖੀ ਹੁੰਦੀ ਹੈ ਏਜ ਪੀਰੀਅਡ ਉਹ ਹੈ ਢਾਈ ਤੋਂ ਲੈ ਕੇ 5 ਸਾਲ ਖਿਡੌਣਿਆਂ ਦੀ ਉਮਰ ਠੀਕ ਹੈ ਸੰਵੇਦੀ ਪੇਸ਼ੀ ਅਵਸਥਾ ਸੈਂਸਰੀ ਮੋਟਰ ਜੋ ਏਜ ਗਰੁੱਪ ਹੈ ਉਹ ਹੈ 0 ਤੋਂ 2 ਸਾਲ ਠੀਕ ਹੈ ਖੜੇ ਹੋਣਿਆਂ ਦੀ ਉਮਰ ਹੈ 2.5 ਤੋਂ 5 ਸਾਲ ਸੈਂਸਰੀ ਮੋਟਰ ਵਾਲੀ ਅਵਸਥਾ ਜੋ ਹੈ ਸੰਵੇਦੀ ਪੇਸ਼ੀ ਅਵਸਥਾ ਜੋ ਹੈ ਉਹ 0 ਤੋਂ 2 ਸਾਲ ਹੈ ਠੀਕ ਹੈ ਅਤਾਰਕਿਕ ਚਿੰਤਨ ਅਤਾਰਕਿਕ ਚਿੰਤਨ ਦੀ ਅਵਸਥਾ ਜੋ ਹੈ ਉਹ 2 ਤੋਂ ਲੈ ਕੇ 7 ਸਾਲ ਹੈ ਇਸ ਤੋਂ ਇਲਾਵਾ ਪੂਰਵ ਕਿਰਿਆਤਮਕ ਅਵਸਥਾ ਵੀ 2 ਤੋਂ ਲੈ ਕੇ 7 ਸਾਲ ਦੀ ਹੈ ਔਰ ਨਕਾਰਾਤਮਕ ਅਵਸਥਾ 11 ਤੋਂ ਲੈ ਕੇ 13 ਸਾਲ ਦੀ ਹੈ ਨਕਾਰਾਤਮਕ ਠੀਕ ਹੈ ਔਰ ਅਨੁਕਰਨ ਦੁਆਰਾ ਸਿੱਖਣ ਦੀ ਅਵਸਥਾ ਵੀ 2 ਤੋਂ ਲੈ ਕੇ 7 ਸਾਲ ਦੀ ਹੈ ਇਹ ਜੋ ਹੈ ਬੇਸਿਕਲੀ ਯਾਦ ਰੱਖਣਾ ਹੈ ਤੁਸੀਂ ਠੀਕ ਹੈ ਉੱਤਰ ਬਾਲ ਅਵਸਥਾ ਜੋ ਹੈ ਉੱਤਰ ਬਾਲ ਅਵਸਥਾ 9 ਤੋਂ ਲੈ ਕੇ 12 ਸਾਲ ਦੀ ਹੁੰਦੀ ਹੈ ਕਿਸ਼ੋਰ ਅਵਸਥਾ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਉੱਤਰ ਬਾਲ ਅਵਸਥਾ 9 ਤੋਂ 12 ਮੱਧ ਬਾਲ ਅਵਸਥਾ ਜੋ ਹੈ ਉਹ 5 ਤੋਂ 9 ਸਾਲ ਦੀ ਹੈ ਕਈ ਬੁੱਕਸ ਦੇ ਵਿੱਚ ਅਲੱਗ ਲਿਖਤਾ ਹੋਏਗਾ ਪੂਰਵ ਬਾਲ ਅਵਸਥਾ ਜੋ ਹੈ ਉਹ 2.5 ਤੋਂ ਲੈ ਕੇ 5 ਸਾਲ ਦੀ ਹੈ ਠੀਕ ਹੈ ਲਗ ਲਗ ਬੁਕਸ ਦੇ ਵਿੱਚ ਇਹ ਚੀਜ਼ਾਂ ਏਜ ਗਰੁੱਪ ਨੂੰ ਅਲੱਗ-ਅਲੱਗ ਤਰੀਕੇ ਨਾਲ ਮੈਂਸ਼ਨ ਕੀਤਾ ਹੈ ਤਾਂ ਹੀ ਮੈਂ ਇਸ ਨੂੰ ਡੀਪਲੀ ਨਹੀਂ ਦੱਸ ਰਿਹਾ ਬੇਸਿਕਲੀ ਜੋ ਇੰਪੋਰਟੈਂਟ ਨੇ ਔਰ ਦੱਸ ਤੀਆਂ ਨੇ ਤੁਹਾਨੂੰ ਹੁਣ ਗੱਲ ਕਰਦੇ ਆਂ ਆਪਾਂ ਵਿਅਕਤੀਤਵ ਦੇ ਪ੍ਰਕਾਰ ਦੀ ਟਾਈਪ ਆਫ ਪਰਸਨੈਲਿਟੀ ਠੀਕ ਹੈ ਸਭ ਤੋਂ ਪਹਿਲਾਂ ਦੋ ਜਣਿਆਂ ਦੇ ਜੋ ਹੈ ਉਹ ਆਪਾਂ ਦੇਖਾਂਗੇ ਇਹਨਾਂ ਉੱਪਰ ਕੀ ਹੈ ਕੁਐਸਚਨ ਆ ਜਾਂਦਾ ਹੈ ਸੀਡੀਪੀ ਦੇ ਉੱਪਰ ਹੀ ਆਏਗਾ ਜੋ ਹੈ ਪਰਸਨੈਲਿਟੀ ਉੱਪਰ ਕੁਐਸਚਨ ਜੋ ਵੀ ਆਏਗਾ ਸੋ ਸਭ ਤੋਂ ਪਹਿਲਾਂ ਆਪਾਂ ਕ੍ਰੈਸ਼ਮਰ ਦੇ ਅਨੁਸਾਰ ਦੇਖਾਂਗੇ ਉਸ ਤੋਂ ਬਾਅਦ ਆਪਾਂ ਸ਼ੈਲਡਨ ਦੇ ਅਨੁਸਾਰ ਦੇਖਾਂਗੇ ਜੋ ਹੈ ਪਰਸਨੈਲਿਟੀ ਦੇ ਉੱਪਰ ਇਹਨਾਂ ਨੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੋ ਕ੍ਰੈਸ਼ਮਰ ਹੈ ਕ੍ਰੈਸ਼ਮਰ ਨੇ ਕੀ ਕਿਹਾ ਕਿ ਜੋ ਵਿਅਕਤੀ ਦਾ ਵਿਕਤੀਤਵ ਹੈ ਉਸ ਨੂੰ ਸਰੀਰਕ ਰਚਨਾ ਦੀ ਦ੍ਰਿਸ਼ਟੀ ਦੇ ਉੱਪਰ ਕੀ ਹੈ ਤਿੰਨ ਭਾਗਾਂ ਦੇ ਵਿੱਚ ਵੰਡਤਾ ਕ੍ਰੈਸ਼ਮਰ ਨੇ ਸਰੀਰਕ ਦੇ ਰੂਪ ਦੇ ਵਿੱਚ ਵਿਕਤੀਤਵ ਨੂੰ ਵੰਡਿਆ ਇਹ ਯਾਦ ਰੱਖਣਾ ਤੁਸੀਂ ਕਿਹੜੇ-ਕਿਹੜੇ ਤਿੰਨ ਭਾਗ ਵਿੱਚ ਵੰਡਿਆ ਇੱਕ ਹੈ ਲੰਬਾਕਾਰ ਦੂਸਰਾ ਹੈ ਸਡੋਲਕਾਰ ਤੀਸਰਾ ਹੈ ਗੋਲਕਾਰ ਇਸ ਨੂੰ ਲੰਬਾਕਾਰ ਆਇਤਾਕਾਰ ਅਤੇ ਗੋਲਕਾਰ ਇਹ ਤਿੰਨ ਭਾਗਾਂ ਦੇ ਵਿੱਚ ਕੀਆ ਔਰ ਤਿੰਨਾਂ ਭਾਗਾਂ ਦੀ ਵਿਸ਼ੇਸ਼ਤਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਲੰਬਾਕਾਰ ਲੰਬਾਕਾਰ ਦੀ ਵਿਸ਼ੇਸ਼ਤਾ ਕੀ ਹੈ ਕਿ ਅਜੇ ਵਿਅਕਤੀ ਕੀ ਹੁੰਦੇ ਆ ਜਾਂ ਤਾਂ ਲੰਬੇ ਅਤੇ ਦੁਬਲੇ ਪਤਲੇ ਸਰੀਰ ਵਾਲੇ ਹੁੰਦੇ ਆ ਠੀਕ ਹੈ ਇਹ ਕੀ ਹੁੰਦਾ ਹੈ ਕਿ ਆਮ ਤੌਰ ਤੇ ਦੂਜਿਆਂ ਨਾਲ ਕੀ ਹੈ ਗੂੜੇ ਸਬੰਧ ਬਣਾ ਲੈਂਦੇ ਆ ਗੂੜੇ ਸਬੰਧ ਬਣਾਉਣ ਤੋਂ ਬਚਦੇ ਆ ਕਿਉਂਕਿ ਇਹਨਾਂ ਦਾ ਸਰੀਰ ਜਾਂ ਤਾਂ ਜਿਆਦਾ ਲੰਬਾ ਹੁੰਦਾ ਹੈ ਜਾਂ ਜਿਆਦਾ ਮੋਟਾ ਹੁੰਦਾ ਹੈ ਠੀਕ ਹੈ ਦੁਬਲੇ ਪਤਲੇ ਹੁੰਦੇ ਆ ਇਹ ਸੋਏ ਕੀ ਹੈ ਸਮਾਜ ਤੋਂ ਦੂਰੀ ਬਣਾ ਕੇ ਰੱਖਦੇ ਆ ਠੀਕ ਹੈ ਤੇ ਆਪਣਾ ਜੋ ਗੁੱਸਾ ਹੈ ਉਸ ਨੂੰ ਸਾਹਮਣੇ ਨਹੀਂ ਲਿਆ ਸਕਦੇ ਇਹ ਜੋ ਹੈ ਕ੍ਰੈਸ਼ਮਰ ਨੇ ਕਿਹਾ ਕ੍ਰੈਸ਼ਮਰ ਦੀ ਦੂਜੀ ਟਾਈਪ ਕੀ ਹੈ ਗੋਲਾਕਾਰ 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 ਵਿਅਕਤੀ ਜੋ ਹੁੰਦੇ ਆ ਉਹ ਉਹਨਾਂ ਦਾ ਕੱਦ ਕੀ ਹੁੰਦਾ ਹੈ ਛੋਟਾ ਹੁੰਦਾ ਤੇ ਮੋਟੇ ਹੁੰਦੇ ਆ ਠੀਕ ਹੈ ਉਹ ਕੀ ਹੈ ਪ੍ਰਸੰਨਤਾ ਆਪਦੀ ਦੁੱਖ ਕਿਰਿਆਸ਼ੀਲਤਾ ਉਤਸਾਹ ਨਿਰਉਤਸਾਹ ਵਿੱਚ ਕੀ ਹੈ ਉਲਝੇ ਰਹਿੰਦੇ ਆ ਇਹ ਗੋਲਾਕਾਰ ਹੈ ਤੀਸਰੀ ਜੋ ਟਾਈਪ ਹੈ ਉਹਨੂੰ ਅਜਤਾਕਾਰ ਵੀ ਕਹਿ ਦਿੰਦੇ ਆ ਜਾਂ ਸੁਡੋਲਾਕਾਰ ਵੀ ਕਹਿ ਦਿੰਦੇ ਆ ਇਸ ਵਿੱਚ ਕੀ ਹੁੰਦਾ ਹੈ ਕਿ ਵਿਅਕਤੀ ਜੋ ਹੁੰਦਾ ਹੈ ਉਹ ਰਿਸਟ ਪੁਸਟ ਹੁੰਦਾ ਹੈ ਮਤਲਬ ਉਸ ਦੀ ਹੈਲਥ ਚੰਗੀ ਹੁੰਦੀ ਹੈ ਉਹ ਜ਼ਿਆਦਾ ਐਕਸਟ੍ਰੋਵਰਟ ਹੁੰਦੇ ਆ ਇਹ ਕ੍ਰੈਸ਼ਮਰ ਨੇ ਵੰਡਿਆ ਲੰਬਾਕਾਰ ਗੋਲਾਕਾਰ ਔਰ ਆਇਤਾਕਾਰ ਦੇ ਵਿੱਚ ਠੀਕ ਹੈ ਕੁਐਸਚਨ ਕੀ ਆਏਗਾ ਕ੍ਰੈਸ਼ਮਰ ਨੇ ਵਿਅਕਤੀਤਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਇਹ ਆਪਸ਼ਨ ਆ ਜਾਣੀਆਂ 3 4 5 6 ਤਾਂ ਤਿੰਨ ਔਰ ਟਾਈਪ ਵੀ ਪੁੱਛੀਆਂ ਜਾਂਦੀਆਂ ਕਈ ਵਾਰੀ ਔਰ ਹਰੇਕ ਟਾਈਪ ਦਾ ਜੋ ਹੈ ਉਸ ਦੇ ਵਿੱਚ ਫੀਚਰ ਪੁੱਛ ਲਿਆ ਜਾਂਦਾ ਹੈ ਮਿਲਾਨ ਨੂੰ ਕਹਿ ਦਿੱਤਾ ਜਾਂਦਾ ਹੈ ਇਹ ਹੈ ਇਸ ਦਾ ਕੁਐਸਚਨ ਦੂਸਰਾ ਹੈ ਸ਼ੈਲਡਨ ਦੇ ਅਨੁਸਾਰ ਸ਼ੈਲਡਨ ਨੇ ਕੀ ਕੀਤਾ ਕਿ ਸਰੀਰਕ ਰਚਨਾ ਨੂੰ ਆਧਾਰ ਬਣਾ ਕੇ ਇਸ ਨੇ ਵੀ ਜੋ ਹੈ ਵਿਅਕਤੀਤਵ ਨੂੰ ਵੰਡਿਆ ਠੀਕ ਹੈ ਇਸ ਨੇ ਵੀ ਉਹੀ ਭਾਗ ਦੇ ਵਿੱਚ ਵੰਡਿਆ ਜੋ ਕ੍ਰੈਸ਼ਮਰ ਨੇ ਵੰਡਿਆ ਸ਼ੈਲਡਨ ਕ੍ਰੈਸ਼ਮਰ ਨੇ ਵੀ ਤਿੰਨ ਭਾਗਾਂ ਵਿੱਚ ਵੰਡਿਆ ਔਰ ਸ਼ੈਲਡਨ ਨੇ ਵੀ ਤਿੰਨ ਭਾਗਾਂ ਵਿੱਚ ਦੋਨਾਂ ਨੇ ਕੀ ਹੈ ਸਰੀਰਕ ਆਧਾਰ ਜੋ ਹੈ ਉਹ ਬਣਾਇਆ ਠੀਕ ਹੈ ਸੇਮ ਟਾਈਪ ਨੇ ਗੋਲਾਕਾਰ ਹੈ ਲੰਬਾਕਾਰ ਹੈ ਔਰ ਸਡੋਲਕਾ ਹੈ ਜਿਸ ਨੂੰ ਅਜ ਤੱਕ ਆਰਵੀ ਕਹਿ ਦਿੰਦੇ ਆ ਠੀਕ ਹੈ ਇਹਨੇ ਲੇਕਿਨ ਜੋ ਹੈ ਉਸ ਦੀਆਂ ਵਿਸ਼ੇਸ਼ਤਾਵਾਂ ਸ਼ੈਲਡਨ ਨੇ ਅਲੱਗ ਦਿੱਤੀਆਂ ਸਭ ਤੋਂ ਪਹਿਲਾਂ ਲੰਬਾਕਾਰ 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 ਦੀ ਜੋ ਹੈ ਸ਼ੈਲਡਨ ਨੇ ਵਿਸ਼ੇਸ਼ਤਾ ਦਿੱਤੀ ਕਿ ਇਹ ਹੁੰਦੇ ਆ ਜੋ ਆ ਅਸਮਾਜਿਕ ਹੁੰਦੇ ਆ ਇਹਨਾਂ ਦੀ ਜੋ ਹੈ ਯੋਗ ਕਰਨ ਦੀ ਇੱਛਾ ਵਿੱਚ ਕਮੀ ਹੁੰਦੀ ਆ ਡਰਪੋਕ ਹੁੰਦੇ ਆ ਕੀ ਹੈ ਆਸਾਨੀ ਨਾਲ ਕੀ ਹੈ ਇਹ ਦਰਦ ਦਾ ਸਾਹਮਣਾ ਨਹੀਂ ਕਰ ਸਕਦੇ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਇਸ ਤੋਂ ਬਾਅਦ ਆ ਗੋਲਾਕਾਰ ਗੋਲਾਕਾਰ ਦੀ ਕੀ ਕੀ ਵਿਸ਼ੇਸ਼ਤਾ ਦੱਸੀ ਸ਼ੈਲਡਨ ਨੇ ਗੋਲਾਕਾਰ ਨੂੰ ਕਿਹਾ ਕਿ ਇਹ ਭੋਜਨ ਖਾਂਦੇ ਸ਼ਕੀਨ ਹੁੰਦੇ ਆ ਕਿਉਂਕਿ ਗੋਲਾਕਾਰ ਜਿਹੜੇ ਹੋਣਗੇ ਉਹ ਕੱਦ ਦੇ ਛੋਟੇ ਹੋਣਗੇ ਤੇ ਮੋਟੇ ਹੋਣਗੇ ਇਹ ਕ੍ਰੈਸ਼ਮਰ ਨੇ ਕਿਹਾ ਸੀ ਇਹ ਵੀ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਆ ਚੰਗੀ ਤਰ੍ਹਾਂ ਸੌਣ ਵਾਲੇ ਹੁੰਦੇ ਆ ਮਤਲਬ ਨੀਂਦ ਚੰਗੀ ਲੈਂਦੇ ਆ ਕੰਬ ਕਰਨ ਵਾਲੀ ਠੀਕ ਹੈ ਪਿਆਰ ਦੇ ਭੁੱਖੇ ਹੁੰਦੇ ਆ ਤੇ ਦੂਜਿਆਂ ਦੇ ਉੱਪਰ ਕੀ ਆ ਨਿਰਭਰ ਰਹਿੰਦੇ ਆ ਠੀਕ ਹੈ ਇਹ ਇੰਨਾ ਕੁ ਐਸ ਦੇ ਵਿੱਚ ਇਸ ਦੀ ਵਿਸ਼ੇਸ਼ਤਾ ਇਸ ਤੋਂ ਬਾਅਦ ਹੈ ਅਜਤਾਕਾਰ ਤੀਜੀ ਟਾਈਪ ਅੈਤਕਾਰ ਦੇ ਵਿੱਚ ਕੀ ਹੁੰਦਾ ਬੇਸਿਕਲੀ ਕੀ ਇਹਨਾਂ ਦੀ ਜੋ ਸਰੀਰ ਹੁੰਦਾ ਉਹ ਫਿੱਟ ਹੁੰਦਾ ਹੈ ਇੱਕਦਮ ਠੀਕ ਹੈ ਇਹ ਸਾਸੀ ਹੁੰਦੇ ਆ ਮਤਲਬ ਨਿਡਰ ਹੁੰਦੇ ਆ ਕਠੋਰ ਹੁੰਦੇ ਆ ਮਤਲਬ ਯੋਗਾ ਵਗੈਰਾ ਕਰਨ ਦੇ ਵਿੱਚ ਜਾਂ ਜਿਮ ਵਗੈਰਾ ਜਾਣ ਦੇ ਵਿੱਚ ਇਹਨਾਂ ਨੂੰ ਕੋਈ ਔਣੀ ਹੁੰਦੀ ਚਿਜਕ ਨਹੀਂ ਹੁੰਦੀ ਤੇ ਇਹਨਾਂ ਦੀ ਵੇਸ਼ਭੂਸ਼ਾ ਵੀ ਸੋਹਣੀ ਹੁੰਦੀ ਹੈ ਆਸਾਨੀ ਨਾਲ ਤੇ ਆਪਣੀ ਖੁਦ ਦੀ ਇੱਛਾ ਨਾਲ ਕੀ ਹੈ ਦਰਦ ਸਹਿਣ ਦੇ ਵਿੱਚ ਕੀ ਹੈ ਇਹ ਤਿਆਰ ਰਹਿੰਦੇ ਆ ਲਗਾਤਾਰ ਠੀਕ ਹੈ ਮਤਲਬ ਡਰਦੇ ਨਹੀਂ ਆ ਕੋਈ ਚੀਜ਼ ਤੋਂ ਬੇਸਿਕਲੀ ਏ ਇਸ ਨੇ ਕਿਹਾ ਇਸ ਦੇ ਉੱਪਰ ਕੁਐਸਚਨ ਆ ਜਾਏਗਾ ਕੋਈ ਇੱਕ ਠੀਕ ਹੈ ਕਿਸੇ ਵੀ ਇੱਕ ਦੀ ਟਾਈਪ ਪੁੱਛ ਸਕਦੇ ਆ ਇਸ ਤੋਂ ਬਾਅਦ ਹੈ ਵਿਅਕਤੀਤਵ ਮਾਪਨ ਦੀਆਂ ਵਿਧੀਆਂ ਵਿਅਕਤੀਤਵ ਮਾਪਨ ਦੀਆਂ ਵਿਧੀਆਂ ਸੋ ਇਹ ਬੇਸਿਕਲੀ ਇਹ ਵਿਅਕਤੀਤਵ ਮਾਪਨ ਦੀਆਂ ਵਿਧੀਆਂ ਪੈਡਾਗੋਜੀ ਦੇ ਵਿੱਚ ਵੀ ਪੁੱਛੇਗਾ ਸੀਡੀਪੀ ਦੇ ਵਿੱਚ ਵੀ ਪੁੱਛੇਗਾ ਸੋ ਜੋ ਬੇਸਿਕਲੀ ਹੈ ਸੱਤ ਵਿਧੀਆਂ ਨੇ ਸਤਾਂ ਉੱਪਰ ਕੀ ਹੈ ਹਰੇਕ ਦੇ ਵਿੱਚ ਕੁਐਸਚਨ ਜੋ ਹੈ ਪੁੱਛੇ ਜਾਣ ਦੀ ਸੰਭਾਵਨਾ ਹੈ ਸੋ ਸਭ ਤੋਂ ਪਹਿਲੀ ਵਿਧੀ ਕੀ ਹੈ ਸੱਤ ਵਿਧੀਆਂ ਸੱਤਾਂ ਨੂੰ ਆਪਾਂ ਡਿਸਕਸ ਕਰਾਂਗੇ ਔਰ ਇਹ ਦੇਖਾਂਗੇ ਕਿ ਸੱਤਾਂ ਵਿਧੀਆਂ ਨੂੰ ਪ੍ਰਤੀਪਾਦਕ ਕਿੰਨੇ ਕੀਤਾ ਮਤਲਬ ਉਸ ਦੀ ਸਥਾਪਨਾ ਕਿਸ ਨੇ ਕੀਤੀ ਔਰ ਉਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਇਹ ਸਾਰਾ ਕੁਝ ਜੋ ਹੈ ਆਪਾਂ ਡਿਸਕਸ ਕਰਾਂਗੇ 1 ਬਾਈ 1 ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਵਿਧੀ ਪਹਿਲੀ ਵਿਧੀ ਕਿਹੜੀ ਹੈ ਪ੍ਰਸ਼ਨਾਵਲੀ ਵਿਧੀ ਮਤਲਬ ਕੁਐਸਚਨਿੰਗ ਵਿਧੀ ਇੰਦੇ ਵਿੱਚ ਕੀ ਹੁੰਦਾ ਹੈ ਕਿ ਕਾਗਜ਼ ਤੇ ਪੈਨਸਿਲ ਲਿਆ ਜਾਂਦਾ ਹੈ ਕਾਗਜ਼ ਪੈਨ ਲੈ ਕੇ ਪ੍ਰੀਖਣ ਕੀਤਾ ਜਾਂਦਾ ਹੈ ਇਸ ਦੇ ਪਰਵਰਤਕ ਕੌਣ ਸੀ ਵੁੱਡਵਰਥ ਕੌਣ ਸੀ ਵੁੱਡਵਰਥ ਠੀਕ ਹੈ ਔਰ ਇਸ ਦੀਆਂ ਵਿਸ਼ੇਸ਼ਨਾ ਵਿਸ਼ੇਸ਼ਤਾਵਾਂ ਕੀ ਨੇ ਫੀਚਰ ਕੀ ਨੇ ਕਿ ਇੰਦੇ ਵਿੱਚ ਕੀ ਹੁੰਦਾ ਹੈ ਕਿ ਲੰਬੇ ਪ੍ਰਸ਼ਨ ਹੁੰਦੇ ਆ ਨਾਮ ਤੋਂ ਸਪਸ਼ਟ ਹੈ ਕਿ ਪ੍ਰਸ਼ਨਵਲੀ ਵੀ ਦੀ ਹੈ ਤਾਂ ਮਤਲਬ ਪ੍ਰਸ਼ਨ ਤਾਂ ਹੋਣ ਹੀਗੇ ਇਸ ਦੇ ਵਿੱਚ ਕਿੱਦਾਂ ਦੇ ਪ੍ਰਸ਼ਨ ਹੁੰਦੇ ਆ ਬੰਦ ਪ੍ਰਸ਼ਨ ਉੱਤਰ ਹਾਂ ਜਾਂ ਨਾ ਵਾਲੇ ਨਹੀਂ ਹੁੰਦੇ ਠੀਕ ਹੈ ਇਸ ਦੇ ਵਿੱਚ ਕੀ ਹੁੰਦੀ ਹੈ ਕਿ ਖੁੱਲੀ ਪ੍ਰਸ਼ਨਵਲੀ ਹੁੰਦੀ ਹੈ ਮਤਲਬ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ ਲਘੂ ਉੱਤਰ ਵਾਲੇ ਨਹੀਂ ਹੁੰਦੇ ਮਤਲਬ ਇੱਕ ਤਰ੍ਹਾਂ ਦੇ ਐਸੇ ਟਾਈਪ ਜੋ ਹੈ ਉਹ ਕੁਐਸਚਨ ਹੁੰਦੇ ਆ ਠੀਕ ਹੈ ਵੱਡੇ ਉੱਤਰ ਵਾਲੇ ਜਿਨ੍ਹਾਂ ਨੂੰ ਆਪਾਂ ਕਹ ਲਈਏ ਸੋ ਮਤਲਬ ਬੰਦ ਪ੍ਰਸ਼ਨavali ਮਤਲਬ ਆਬਜੈਕਟਿਵ ਪ੍ਰਸ਼ਨ ਨਹੀਂ ਹੁੰਦੇ ਵੱਡੇ ਪ੍ਰਸ਼ਨ ਹੁੰਦੇ ਆ ਔਰ ਇਸ ਦੇ ਪ੍ਰਤੀਪਾਦਕ ਜੋ ਨੇ ਉਹ ਵੁੱਡਵਰਥ ਨੇ ਦੂਸਰੀ ਵਿਧੀ ਹੈ ਸਮਾਜ ਮिती ਵਿਧੀ ਸਮਾਜ ਮिती ਵਿਧੀ ਔਰ ਇਸ ਦੇ ਜੋ ਪ੍ਰਤੀਪਾਦਕ ਨੇ ਓ ਜੇ ਐਲ ਮੋਰੇਨ ਜੇ ਐਲ ਮੋਰੇਨੋ ਇਹ ਕਿੱਥੋਂ ਦੇ ਨੇ ਯੂ ਐਸ اے ਦੇ ਕਿੱਥੋਂ ਦੇ ਨੇ ਯੂ ਐਸ اے ਦੇ ਔਰ ਇਸ ਵਿਧੀ ਦੇ ਜੋ ਵਿਸ਼ੇਸ਼ਤਾ ਹੈ ਇਸ ਦੇ ਵਿੱਚ ਕੀ ਕੀਤਾ ਜਾਂਦਾ ਨਾਮ ਤੋਂ ਸਪਸ਼ਟ ਹੈ ਸਮਾਜ ਮਤਲਬ ਸਮਾਜਿਕ ਗੁਣਾ ਦਾ ਮਾਪਨ ਕੀਤਾ ਜਾਂਦਾ ਹੈ ਇਸ ਦੇ ਵਿੱਚ ਤੀਸਰੀ ਵਿਧੀ ਹੈ ਰੋਸ਼ੋ ਸਿਆਹੀ ੱੱੱ ਤੱਬਾ ਵਿਧੀ ਇਹ ਇੰਪੋਰਟੈਂਟ ਹੈ ਠੀਕ ਹੈ ਇਸ ਉੱਪਰ ਡਾਇਰੈਕਟ ਕੁਐਸਚਨ ਜੋ ਹੈ ਪੁੱਛਿਆ ਜਾਂਦਾ ਹੈ ਇਸ ਨੂੰ ਇੰਗਲਿਸ਼ ਵਿੱਚ ਕੀ ਕਹੇ ਜਾਂਦਾ ਹੈ ਇਨਕ ਬਲੋਕ ਟੈਸਟ ਇਨਕ ਬਲੋਕ ਟੈਸਟ ਇਸ ਦੇ ਜੋ ਪ੍ਰਤੀਪਾਦਕ ਨੇ ਉਹਨਾਂ ਦਾ ਨਾਮ ਪੁੱਛਿਆ ਜਾਂਦਾ ਕੀ ਹੈ ਉਸ ਦਾ ਨਾਮ ਹਰਮਨ ਰੋਸ਼ੋ ਹਰਮਨ ਰੋਸ਼ੋ ਠੀਕ ਹੈ ਰੋਸ਼ੋ ਨਾਮ ਆ ਰਿਹਾ ਤਾਂ ਰੋਸ਼ੋ ਆਏਗਾ ਉਸ ਦੇ ਨਾਮ ਦੇ ਵਿੱਚ ਹਰਮਨ ਸਿਰਫ ਤੁਸੀਂ ਯਾਦ ਰੱਖਣਾ ਔਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਸਵਿਟਜ਼ਰਲੈਂਡ ਦੇ ਠੀਕ ਹੈ ਹਰਮਨ ਸਿਆਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਦੇ ਵਿੱਚ ਕੀ ਹੈ ਬੇਸਿਕਲੀ ਇਸ ਵਿਧੀ ਦੀ ਵਿਸ਼ੇਸ਼ਤਾ ਕੀ ਹੈ ਕਾਰਡ ਯਾਦ ਰੱਖ ਲਿਓ 10 ਕਾਰਡ ਸੀ ਜਿਨ੍ਹਾਂ ਵਿੱਚੋਂ ਪੰਜ ਕਾਲੇ ਸੀ ਤਿੰਨ ਹੋਰ ਰੰਗਾਂ ਦੇ ਸੀ ਔਰ ਦੋ ਜੋ ਸੀ ਉਹ ਰੈਡ ਔਰ ਬਲੈਕ ਦੇ ਮਿਕਸ ਸੀ ਇਸ ਦੇ ਵਿੱਚ ਵਿਸ਼ੇਸ਼ਤਾ ਕੀ ਹੈ ਵਿਅਕਤੀ ਦਾ ਜੋ ਭਾਵਨਾਤਮਕ ਸੰਗਿਆਨਾਤਮਕ ਜੋ ਹੈ ਪੱਖ ਹੈ ਮਤਲਬ ਜੋ ਉਸ ਦਾ ਇਫੈਕਟਿਵ ਔਰ ਕੋਗਨੀਟਿਵ ਇਫੈਕਟ ਜੋ ਪੱਖ ਹੈ ਉਸ ਦਾ ਅਧਿਐਨ ਕੀਤਾ ਜਾਂਦਾ ਹੈ ਬੇਸਿਕਲੀ ਇਸ ਵਿਧੀ ਵਿੱਚ ਚੌਥੀ ਵਿਧੀ ਜੋ ਹੈ ਉਹ ਵੀ ਸਟਾਰ ਦੇ ਰਿਆਂ ਇਹਦੇ ਉੱਪਰ ਕੁਐਸਚਨ ਪੱਕਾ ਆਉਂਦਾ ਹੈ T A T ਟੈਟ ਇਸ ਦੇ ਪ੍ਰਤੀਪਾਦਕ ਕੌਣ ਸੀ ਮੂਰੇ ਤੇ ਮੋਰਗਨ ਮੂਰੇ ਤੇ ਮੋਰਗਨ ਠੀਕ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਯੂ ਐਸ ਏ ਦੇ ਮੂਰੇ ਤੇ ਮੋਰਗਨ ਠੀਕ ਹੈ ਇਸ ਦੇ ਪ੍ਰਤੀਪਾਦਕ ਬਾਰੇ ਪੁੱਛ ਲਈ ਅੰਦਰ じゃ ਇਸ ਦੇ ਵਿੱਚ ਕੀ ਹੈ ਕਿੰਨੇ ਚਿੱਤਰਾਂ ਦੀ ਵਰਤੋਂ ਕੀਤੀ ਗਈ 30 ਚਿੱਤਰਾਂ ਦੀ ਵਰਤੋਂ ਕੀਤੀ ਗਈ ਸੀ ਟੀ ਕਾਰਡ ਵਰਤੇ ਗਏ ਸੀ ਠੀਕ ਹੈ ਅੱਗੇ ਆ ਪੰਜਵੀਂ ਵਾਕ ਪੂਰਤੀ ਪ੍ਰੀਖਣ ਵਾਕ ਪੂਰਤੀ ਪ੍ਰੀਖਣ ਇਸ ਦੇ ਜੋ ਪ੍ਰਤੀਪਾਦਕ ਸੀ ਉਹ ਸੀ ਪਾਇਨ ਤੇ ਟੈਂਡਲਰ ਪਾਇਨ ਅਤੇ ਟੈਂਡਲਰ ਇਹਦੇ ਵਿੱਚੋਂ ਨਾਮ ਤੋਂ ਹੀ ਸਪਸ਼ਟ ਹੈ ਕਿ ਕੋਈ ਵਾਕ ਲਿਖਿਆ ਜਾਂਦਾ ਹੈ ਔਰ ਉਹ ਸੁਪਰ ਕੀ ਹੈ ਖਾਲੀ ਥਾਂ ਛੱਡ ਦਿੱਤੀ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਵਾਕ ਨੂੰ ਪੂਰਾ ਕਰੋ ਇਹ ਆ ਬੇਸਿਕਲੀ ਇਸ ਦੀ ਫੀਚਰ ਛੇਵੇਂ ਸੁਤੰਤਰ ਸ਼ਬਦ ਪ੍ਰੀਖਣ ਸੁਤੰਤਰ ਸ਼ਬਦ ਪ੍ਰੀਖਣ ਇਸ ਦੇ ਜੋ ప్రతిపాదਕ ਸੀ ਉਹ ਗਾਲਟਨ ਸੀ ਕੌਣ ਸੀ ਗੋਲਟਨ ਇਹਨਾਂ ਨੇ ਕੀ ਕੀਤਾ ਕਿ ਜੋ ਵਿਅਕਤੀ ਦੀ ਆંતરિક ਮਨੋਦਸ਼ਾ ਜੋ ਉਸ ਦਾ ਇੰਟਰਨਲ ਜੋ ਉਸ ਦੇ ਮਨ ਦੇ ਸੁਮੇਗ ਨੇ ਉਸ ਨੂੰ ਪਤਾ ਕਰਨ ਲਈ ਕੀ ਕੀਤਾ ਗਿਆ ਕਿ 50 ਤੋਂ ਲੈ ਕੇ 100 ਉਦੀਪਕ ਸ਼ਬਦਾਂ ਨੂੰ ਬੋਲਿਆ ਗਿਆ ਇਸ ਦੇ ਵਿੱਚ ਠੀਕ ਹੈ ਬੋਲਿਆ ਜਾਂਦਾ ਹੈ ਉਸ ਦੇ ਵਿੱਚ ਮਤਲਬ ਸਤੰਤਰ ਜੋ ਵਿਅਕਤੀ ਦੇ ਮਨ ਵਿੱਚ ਸ਼ਬਦ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਨਵੀਂ ਵਿਧੀ ਹੈ ਇੰਟਰਵਿਊ ਵਿਧੀ ਇਹ ਸੀਡੀਪੀ ਵਿੱਚ ਵੀ ਆ ਸਕਦੀ ਹੈ ਪੈਡਾਗੋਜੀ ਦੇ ਵਿੱਚ ਵੀ ਆ ਸਕਦੀ ਹੈ ਠੀਕ ਹੈ ਇੰਟਰਵਿਊ ਵਿਧੀ ਨਾਮ ਤੋਂ ਸਪਸ਼ਟ ਹੈ ਕਿ ਕਿਸ ਵਿਅਕਤੀ ਦਾ ਇੰਟਰਵਿਊ ਲੈ ਰਹੇ ਹਾਂ ਮਤਲਬ ਉਸ ਦੇ ਆਪਾਂ ਪ੍ਰਸ਼ਨ ਕਰ ਰਹੇ ਹਾਂ ਔਰ ਉਸ ਤੋਂ ਉੱਤਰ ਪ੍ਰਾਪਤ ਕਰ ਰਹੇ ਹਾਂ ਸੋ ਇਸ ਵਿੱਚ ਕੀ ਹੈ ਕਿ ਬੇਸਿਕਲੀ ਜੋ ਪਰਸਨੈਲਿਟੀ ਹੈ ਉਸ ਦਾ ਪ੍ਰੀਖਣ ਕਰਨ ਲਈ ਬੇਸਿਕਲੀ ਇਹ ਸਭ ਤੋਂ ਮਹੱਤਵਪੂਰਨ ਵਿਧੀ ਮੰਨੀ ਜਾਂਦੀ ਹੈ ਸੋ ਕੁਐਸਚਨ ਇਹ ਚ ਕੀ ਪੁੱਛਿਆ ਜਾਏਗਾ ਕਿ ਵਿਅਕਤੀਤਵ ਮਾਪਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਵਿਧੀ ਕਿਹੜੀ ਹੈ ਆਪਸ਼ਨਾਂ ਦਿੱਤੀਆਂ ਜਾਣਗੀਆਂ ਆਪਸ਼ਨ ਕਿਹੜੀ ਹੋਏਗੀ ਇੰਟਰਵਿਊ ਵਿਧੀ ਠੀਕ ਹੈ ਸਭ ਤੋਂ ਉਪਯੁਕਤ ਵਿਧੀ ਮੰਨੀ ਜਾਂਦੀ ਹੈ ਔਰ ਮੌਖਿਕ ਜੋ ਹੈ ਉਹ ਇੰਟਰਵਿਊ ਹੁੰਦੇ ਆ ਮਤਲਬ ਜੋ ਵੀ ਨੌਕਰੀਆਂ ਹੁੰਦੀਆਂ ਅਗਰ ਤੁਸੀਂ ਵੱਡੀਆਂ-ਵੱਡੀਆਂ ਫੀਲਡ ਦੇ ਵਿੱਚ ਨੌਕਰੀ ਲੈਣਾ ਚਾਹੁੰਦੇ ਹੋ ਜਿਵੇਂ ਯੂਪੀਐਸਸੀ ਪੰਜਾਬ ਪੀਸੀਐਸ ਜਾਂ ਅਦਰ ਸਟੇਟ ਪੀਸੀਐਸ ਜਾਂ ਕੇਵੀਐਸ ਆਪਣੀ ਟੀਚਿੰਗ ਲਾਈਨ ਦੇ ਵਿੱਚ ਕੇਵੀਐਸ ਕੇਵੀਐਸ ਵਿੱਚ ਵੀ ਇੰਟਰਵਿਊ ਹੈ ਸੋ ਇਹ ਉੱਥੇ ਜੋ ਹੈ ਵਰਤੀ ਜਾਂਦੀ ਹੈ ਓਕੇ ਮਤਲਬ ਜੋ ਆਈਏਐਸ ਬੰਦੇ ਆ ਆਈਪੀਐਸ ਬੰਦੇ ਆ ਠੀਕ ਹੈ ਡੀਐਸਪੀ ਬੰਦੇ ਆ ਉਹਨਾਂ ਦੇ ਵਿੱਚ ਕੀ ਹੈ ਇੰਟਰਵਿਊ ਹੁੰਦਾ ਸੋ ਇਹ ਵਿਧੀਆਂ ਨੇ ਬੇਸਿਕਲੀ ਇਹ ਵਿਧੀਆਂ ਨੂੰ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਲਾਸਟ ਸਭ ਤੋਂ ਆਪਾਂ ਜੋ ਹੈ ਸਭ ਤੋਂ ਪ੍ਰਸਿੱਧ ਮਨੋਵਿਗਿਆਨਿਕ ਨੇ 24 ਉਹਨਾਂ ਸਭ ਬਾਰੇ ਜਾਣਾਂਗੇ ਠੀਕ ਹੈ ਸਾਰਿਆਂ ਬਾਰੇ ਥੋੜਾ ਥੋੜਾ ਜਾਣਾਂਗੇ ਕਿਉਂਕਿ ਸਭ ਦੇ ਬਾਰੇ ਕੀ ਹੈ ਕੋਈ ਨਾ ਕੋਈ ਫੈਕਟ ਮਿਲੇਗਾ ਕੋਈ ਨਾ ਕੋਈ ਫੈਕਟ ਪੁੱਛ ਲਿਆ ਜਾਏਗਾ ਉਸ ਦੇ ਬਾਰੇ ਜੋ ਉਸ ਨੇ ਪ੍ਰਯੋਗ ਕੀਤਾ ਜੋ ਉਸ ਦਾ ਪ੍ਰਤੀਪਾਦਕ ਰਿਹਾ ਇਹਨਾਂ ਬਾਰੇ ਕੀ ਹੈ ਕੁਐਸਚਨ ਆਂਦਾ ਹੈ ਸੀਡੀਪੀ ਦੇ ਵਿੱਚ ਬੇਸਿਕਲੀ ਆਏਗਾ ਆਦਰਵਾਇਜ਼ ਜੋ ਹੈ ਲਰਨਿੰਗ ਪੈਡਾਗੋਜੀ ਹੈ ਉਸ ਦੇ ਵਿੱਚ ਵੀ ਆਂਦਾ ਸੋ ਇਹ 24 ਜੋ ਹੈ ਰਾਈਟਰ ਨੇ ਉਹਨਾਂ 24 ਬਾਰੇ ਥੋੜੀ ਥੋੜੀ ਡਿਟੇਲ ਦੱਸਾਂਗਾ ਕਿੰਨੇ ਮਿੰਟ ਦੀ ਵੀਡੀਓ ਹੋ ਗਈ ਆ 1 ਘੰਟਾ 1 ਮਿੰਟ ਦੀ ਵੀਡੀਓ ਹੋਈ ਆ ਮਤਲਬ 10 ਈ 15 ਮਿੰਟ ਦੇ ਵਿੱਚ ਕੀ ਆ ਇਹ ਸਾਰੇ 24 ਦੇ 24 ਮਨੋਵਿਗਿਆਨੀ ਕਾਪਾ ਕਵਰ ਕਰ ਲਾਂਗੇ ਸੋ 1 ਬਾਈ 1 ਕਰਦੇ ਆ ਥੱਕੇ ਹੋਣਾ ਮੈਂ ਵੀ 1 ਘੰਟੇ ਤੋਂ ਲੱਗਿਆ ਹੀ ਹੋਇਆ ਅਗਰ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਵੀਡੀਓ ਨੂੰ ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਉਹ ਵੀ ਇਹ ਵੀਡੀਓ ਨੂੰ ਦੇਖ ਸਕਣ ਓਕੇ ਸੋ ਕਮੈਂਟ ਬਾਕਸ ਦੇ ਵਿੱਚ ਆਪਣਾ ਰਿਵਿਊ ਦੇਣਾ ਨਾ ਭੁੱਲਿਓ ਐਂਡ ਤੇ ਜਦੋਂ ਵੀ ਵੀਡੀਓ ਤੁਸੀਂ ਖਤਮ ਕਰ ਲਈ ਹੋਏਗੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਸਿੱਧ ਮਨੋਵਿਗਿਆਨਿਕਾਂ ਦੇ ਵਿੱਚੋਂ ਸੁਕਰਾਤ ਦੀ ਜੋ ਸੁਕਰਾਤ ਸੀ ਇਹ ਯੂਨਾਨ ਦੇ ਸੀ ਠੀਕ ਹੈ ਸੁਕਰਾਤ ਜੋ ਸੀ ਇੱਕ ਮਹਾਨ ਵਿਚਾਰਕ ਅਤੇ ਦਾਰਸ਼ਨਿਕ ਸੀ ਸੁਕਰਾਤ ਨੇ ਇੱਕ ਵਰਡਿੰਗ ਦਿੱਤੀ ਕਿ ਗਿਆਨ ਹੀ ਸਤਿਗੁਣ ਹੈ ਗਿਆਨ ਹੀ ਸਤਿਗੁਣ ਹੈ ਠੀਕ ਹੈ ਸੋਕਰਾਟ ਜੋ ਸੀ ਉਹਨਾਂ ਨੇ ਇੱਕ ਅਧਿਆਨ ਪਦ ਪદ્ધਤੀ ਦਿੱਤੀ ਮਤਲਬ ਲਰਨਿੰਗ ਮੈਥਡ ਦਿੱਤਾ ਉਸ ਨੂੰ ਕਿਹਾ ਗਿਆ ਦਵੰਦਾਤਮਕ ਪદ્ધਤੀ ਠੀਕ ਹੈ ਦਵੰਦਾਤਮਕ ਮਤਲਬ ਮਤਲਬ ਕਨਫਲਿਕਟ ਜੋ ਹੈ ਮੈਥਡ ਉਹਨਾਂ ਨੇ ਦਿੱਤਾ ਸੀ ਇਹ ਇਨੀ ਕੁ ਇਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਦੂਸਰਾ ਹੈ ਹੱਲ ਕਲੋਰ ਹੱਲ ਇਨਾਂ ਨੇ ਕੀ ਕੀਤਾ ਕਿ एस ओ आर एस ओ आर ਸੂਤਰ ਪ੍ਰਸਤੁਤ ਕੀਤਾ ਇਹ ਕੁਐਸਚਨ ਪੱਕਾ ਹੀ ਜੋ ਹੈ 1 ਇੱਕ ਸਾਲ ਬਾਅਦ ਜੋ ਹੈ ਪੈਡਾਗੋਜੀ ઓ ਸੋਰੀ ਸੀਡੀਪੀ ਦੇ ਵਿੱਚ ਪੁੱਛਿਆ ਜਾਂਦਾ ਹੈ एस ओ आर ਸਿਧਾਂਤ ਦੇ ਸੂਤਰ ਦੇ ప్రతిపాదਕ ਕੌਣ ਸੀ ਕਲਰਕ ਹਾਲ ਸੀ ਠੀਕ ਹੈ ਠੀਕ ਹੈ ਉਦੀਪਨ ਪ੍ਰਾਣੀ ਕੁਤ ਅਨੁਕੇਰਿਆ ਇਸ ਨੂੰ ਕਹਿੰਦੇ ਆ ਐਸਓਆਰ ਨੂੰ ਔਰ ਹੱਲ ਦੇ ਬਾਰੇ ਹੋਰ ਕੀ ਜਾਣਨਾ ਜ਼ਰੂਰੀ ਹੈ ਹੱਲ ਨੇ ਕਿਹਾ ਕਿ ਜੋ ਵਿਵਹਾਰ ਹੈ ਉਹ ਸ਼ਾਸਤਰੀ ਅਨੁਬੰਧਨ ਦਾ ਮਿਸ਼ਰਣ ਹੈ ਪਾਵਲੋਵ ਦੇ ਜੋ ਇਹਨਾਂ ਨੇ ਐਸਓਆਰ ਥਿਊਰੀ ਦਿੱਤੀ ਉਹਨਾਂ ਨੇ ਪਾਵਲੋਵ ਦੀ ਜੋ ਥਿਊਰੀ ਹੈ ਨਾ ਸ਼ਾਸਤਰੀ ਅਨੁਬੰਧਨ ਤੇ ਥੋਰਨਡਾਈਕ ਦਾ ਇੱਕ ਪ੍ਰਯੋਗ ਹੈ ਪ੍ਰਭਾਵ ਦਾ ਨਿਯਮ ਉਹਨਾਂ ਦੋਵਾਂ ਨੂੰ ਮਿਕਸ ਕਰਕੇ ਕੀ ਹੈ ਇਹ ਥਿਉਰੀ ਦਿੱਤੀ ਸੀ ਐਸਓਆਰ ਓਕੇ ਸੋ ਇਹ ਯਾਦ ਰੱਖਿਓ ਕਿ ਹਾਲ ਨੇ ਜੋ ਐਸਓਆਰ ਥਿਉਰੀ ਦਿੱਤੀ ਆ ਉਹਦੇ ਵਿੱਚ ਕਿੰਨਾ ਦੋ ਮਨੋਵਿਗਿਆਨਿਕਾਂ ਦੇ ਪ੍ਰਯੋਗਾਂ ਨੂੰ ਮਿਲਾ ਕੇ ਦਿੱਤਾ ਇੱਕ ਥੋਰਨਡਾਈਕ ਸੀ ਇੱਕ ਪਾਵਲੋਵ ਸੀ ਤੀਸਰਾ ਹੈ ਵਿਲੀਅਮ ਵੁੰਟ ਵਿਲੀਅਮ ਵੁੰਟ ਵਿਲੀਅਮ ਵੁੰਟ ਨੂੰ ਜੋ ਹੈ ਮਨੋਵਿਗਿਆਨ ਦਾ ਜਨਕ ਕਿਹਾ ਜਾਂਦਾ ਹੈ ਪ੍ਰਯੋਗਾਤਮਕ ਕਵੈਸਚਨ ਆਏਗਾ ਪ੍ਰਯੋਗਾਤਮਕ ਮਨੋਵਿਗਿਆਨ ਦਾ জনক ਕਿਸ ਨੂੰ ਕਿਹਾ ਜਾਂਦਾ ਹੈ ਵਿਲੀਅਮ ਵੁੰਟ ਨੂੰ ਠੀਕ ਹੈ ਮਨੋਵਿਗਿਆਨ ਨੂੰ ਚੇਤਨਾ ਦਾ ਵਿਗਿਆਨ ਦੇ ਰੂਪ ਵਿੱਚ ਕਿਸ ਨੇ ਪਰਿਭਾਸ਼ਿਤ ਕੀਤਾ ਵਿਲੀਅਮ ਵੁੰਟ ਨੇ ਚੇਤਨਾ ਦੇ ਵਿਗਿਆਨ ਦੇ ਵਿੱਚ ਠੀਕ ਹੈ ਪ੍ਰਯੋਗਾਤਮਕ ਵਿਗਿਆਨ ਦਾ ਪਿਤਾ ਵੀ ਕਿਹਾ ਜਾਂਦਾ ਹੈ ਔਰ ਚੇਤਨਾ ਦੇ ਵਿਗਿਆਨ ਦੇ ਰੂਪ ਵਿੱਚ ਮਨੋਵਿਗਿਆਨ ਨੂੰ ਪਰਿਭਾਸ਼ਿਤ ਕੀਤਾ ਵਿਲੀਅਮ ਵੁੰਟ ਨੇ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰਯੋਗਸ਼ਾਲਾ ਇੱਕ ਸਥਾਪਿਤ ਕੀਤੀ ਸੀ ਕਦੋਂ ਕੀਤੀ ਸੀ ਏਅਰ ਵੀ ਪੁੱਛ ਲੈਂਦੇ ਆ 1879 ਦੇ ਵਿੱਚ ਠੀਕ ਹੈ ਕਿੱਥੇ ਕੀਤੀ ਸੀ ਲਿੰਪਜ਼ਿੰਗ ਸ਼ਹਿਰ ਦੇ ਵਿੱਚ ਠੀਕ ਹੈ ਲਿੰਪਜ਼ਿੰਗ ਦੇ ਵਿੱਚ ਠੀਕ ਹੈ ਮਤਲਬ ਇਸੇ ਕਰਕੇ ਇਹਨਾਂ ਨੂੰ ਪ੍ਰਯੋਗਾਤਮਕ ਮਨੋਵਿਗਿਆਨ ਦਾ ਪਿਤਾ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰਯੋਗਸ਼ਾਲਾ ਦੀ ਸਥਾਪਨਾ ਕੀਤੀ ਸੀ ਔਰ ਇਹਨਾਂ ਨੇ ਚੇਤਨਾ ਦਾ ਵਿਗਿਆਨ ਕਿਹਾ ਸੀ ਮਨੋਵਿਗਿਆਨ ਨੂੰ ਓਕੇ ਉਸ ਤੋਂ ਬਾਅਦ ਆ ਰੋਸ਼ੋ ਰੋਸ਼ੋ ਸਥਾਈ ਤੱਬੇ ਵਾਲਾ ਠੀਕ ਹੈ ਇਸ ਵਿਜ਼ਰਲੈਂਡ ਦੇ ਮਨੋਵਿਗਿਆਨਕ ਸੀ ਠੀਕ ਹੈ ਇਹਨਾਂ ਦਾ ਨਾਮ ਪੂਰਾ ਹੈ ਹਰਮਨ ਰੋਸ਼ੋ ਇਹਨਾਂ ਨੇ ਸਿਆਹੀ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਜਰਮਨੀ ਦੇ ਰਹਿਣ ਵਾਲੇ ਸੀ ਠੀਕ ਹੈ 1912 ਦੇ ਵਿੱਚ ਇਹਨਾਂ ਨੇ ਕੀ ਕੀਤਾ ਮੈਕਸ ਵਰਦੀਮਰ ਔਰ ਕੋਲਹਰ ਜੋ ਸੀ ਉਹਨਾਂ ਨਾਲ ਮਿਲ ਕੇ ਗੈਸਟੋਲਵਾਦ ਮਾਰਤ ਦਾ ਜੋ ਗੈਸਟੋਲਵਾਦ ਦੇ ਸੰਪਰਦਾਏ ਹੈ ਉਹਨਾਂ ਦਾ ਕੀ ਹੈ ਪ੍ਰਤੀਪਾਦਨ ਕੀਤਾ ਸੀ ਉਸ ਦੀ ਸਥਾਪਨਾ ਕੀਤੀ ਸੀ ਕੂਫਕਾ ਬਾਰੇ ਇੰਨਾ ਹੀ ਜਾਨਣਾ ਜ਼ਰੂਰੀ ਹੈ ਕੋਲਹਰ ਕੋਲਰ ਤੇ ਕੂਫਕਾ ਸੇਮ ਸੰਪਰਦਾਏ ਦੇ ਜੋਸੀ ਮਨੋਵਿਗਿਆਨਿਕ ਸੀ ਦੋਵਾਂ ਨੇ ਜਰਮਨੀ ਦੇ ਵਿੱਚ ਕੀ ਹੈ ਗੈਸਟਲਵਾਦ ਦਾ ਜੋ ਹੈ ਸਕੂਲ ਦੀ ਸੰਪਰਦਾਏ ਦੀ ਸਥਾਪਨਾ ਕੀਤੀ ਸੀ ਔਰ ਕੋਲਹਰ ਨੇ ਇੱਕ ਸੁਲਤਾਨ ਨਾਮ ਦੇ ਚਿੰਪੈਂਜੀ ਜਿਸ ਨੂੰ ਵਣ ਮਨੁੱਖ ਦੇ ਉੱਪਰ ਕੀ ਐ ਐਕਸਪੈਰੀਮੈਂਟ ਕੀਤਾ ਸੀ ਉਸ ਦਾ ਨਾਮ ਸੀ ਸੁਲਤਾਨ ਠੀਕ ਹੈ ਔਰ ਇਹਨਾਂ ਨੇ ਕੀ ਕੀਤਾ ਕਿ ਗੈਸਟਲਵਾਦ ਸ਼ਬਦ ਜਿਸ ਦਾ ਅਰਥ ਕੀ ਕੀਤਾ ਗਿਆ ਸਮਗਰ ਅਕਿਰਤੀ ਮਤਲਬ ਪੂਰੀ ਆਕਿਰਤੀ ਠੀਕ ਹੈ ਇਸ ਤੋਂ ਇਲਾਵਾ ਜਰਮਨੀ ਦੇ ਜੋ ਮੈਕਸ ਵਰਦੀਮਰ ਸੀ ਕੋਫਕਾ ਸੀ ਯੋਰ ਕੋਲਹਰ ਸੀ ਇਹ ਤਿੰਨਾਂ ਨੇ ਮਿਲ ਕੇ ਕੀ ਕੀਤਾ ਗੈਸਟਲਵਾਲ ਸਿਧਾਂਤ ਦਾ ਪ੍ਰਤੀਪਾਦਨ ਕੀਤਾ ਜਿਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਅੰਤਰਦ੍ਰਿਸ਼ਟੀ ਦਾ ਸਿਧਾਂਤ ਸੂਝ ਦਾ ਸਿਧਾਂਤ ਠੀਕ ਹੈ ਇਹ ਨਾਮ ਨਾਲ ਜਾਣਿਆ ਜਾਂਦਾ ਅੱਗੇ ਆ ਸਤਵਾਂ ਟਰਮਨ ਟਰਮਨ ਬਾਰੇ ਦੇਖਦੇ ਹਾਂ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਯੂ ਐਸ ਏ ਦੇ ਟਰਮਨ ਜੋਸਿਓ ਯੂਐਸਏ ਦੇ ਰਹਿਣ ਵਾਲੇ ਸੀ ਇਹਨਾਂ ਨੇ ਆਈਕਿਊ ਦਾ ਫਾਰਮੂਲਾ ਦਿੱਤਾ ਸੀ ਆਈਕਿਊ ਦਾ ਫਾਰਮੂਲਾ ਕੀ ਹੈ ਇਹ ਵੀ ਕੁਐਸਚਨ ਜੋ ਹੈ ਪੇਪਰ ਦੇ ਵਿੱਚ ਆ ਜਾਂਦਾ ਹੈ ਆਈਕਿਊ ਇਸ ਇਕੁਅਲ ਟੂ ਮੈਂਟਲ ਏਜ ਅਪੋਨ ਕਰੰਟ ਏਜ ਇੰਟੂ 100 ਠੀਕ ਹੈ ਇਹਨਾਂ ਨੇ ਕੀ ਕੀਤਾ ਆਈਕਿਊ ਦਾ ਫਾਰਮੂਲਾ ਦਿੱਤਾ ਸੀ ਟਰਮਨ ਨੇ ਠੀਕ ਹੈ ਅੱਗੇ ਹੈ 8ਵੀਂ ਮੈਕਸ ਵਰਦੀਮਰ ਮੈਕਸ ਵਰਦੀਮਰ ਜਰਮਨੀ ਦੇ ਰਹਿਣ ਵਾਲੇ ਸੀ ਠੀਕ ਹੈ ਕੋਫਕਾ ਕੋਲਹਰ ਔਰ ਮੈਕਸ ਵਰਦੀਮਰ ਨੇ ਮਿਲ ਕੇ ਕੀ ਕੀਤਾ ਸੀ ਗੈਸਟਲਵਾਸ ਸੰਪਰਦਾਏ ਦਾ ਪ੍ਰਤੀਪਾਦਨ ਕੀਤਾ ਸੀ ਓਕੇ ਅੱਗੇ ਚੱਲਦੇ ਹਾਂ ਮੈਸਲੋ ਨੋਵਾ ਮੈਸਲੋ ਮੈਸਲੋ ਨੇ ਪ੍ਰੇਰਕਾਂ ਬਾਰੇ ਦੱਸਿਆ ਸੀ ਪ੍ਰੇਰਕ ਪ੍ਰੇਰਕ ਇਹਨਾਂ ਨੇ ਦੋ ਪ੍ਰੇਰਕ ਦੱਸੇ ਸੀ ਇੱਕ ਸੀ ਜਨਮਜਾਤ ਇੱਕ ਹੈ ਅਰਜਿਤ ਮਤਲਬ ਪ੍ਰਾਪਤ ਵਾਲੇ ਇਹਨਾਂ ਨੇ ਜੋ ਪ੍ਰੇਰਕ ਸੀ ਉਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਸੀ ਜਨਮਜਾਤ ਅਤੇ ਅਰਜਿਤ ਜਨਮਜਾਤ ਪ੍ਰੇਰਕ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜੋ ਜੈਵਿਕ ਅਤੇ ਸਰੀਰਕ ਪ੍ਰੇਰਕ ਹੋਣਗੇ ਉਹ ਜਨਮਜਾਤ ਹੋਣਗੇ ਕਿਹੜੇ-ਕਿਹੜੇ ਆਣਗੇ ਜਿੰਦੇ ਵਿੱਚ ਭੁੱਖ ਪਿਆਸ ਨੀਂਦ ਕਾਮ ਠੀਕ ਹੈ ਇਹਨਾਂ ਉੱਪਰ ਹੀ ਕੁਐਸਚਨ ਆ ਜਾਂਦਾ ਹੈ ਕਿ ਦੱਸੋ ਜਨਮਜਾਤ ਪ੍ਰੇਰਕ ਕਿਹੜਾ ਹੈ ਤੁਸੀਂ ਯਾਦ ਰੱਖ ਲਓ ਭੁੱਖ ਪਿਆਸ ਨੀਂਦ ਕਾਮ ਕਾ ਮਤਲਬ ਸੈਕਸ਼ੂਅਲ ਵਾਲਾ ਪਾਰਟ ਵਾਲਾ ਠੀਕ ਹੈ ਇਹ ਜਿਹੜੇ ਆ ਜਨਮ ਵਾਲੇ ਜਨਮजात ਪ੍ਰੇਰਕ ਨੇ ਜਨਮजात ਪ੍ਰੇਰਕ ਨੂੰ ਹੀ ਪ੍ਰਾਥਮਿਕ ਪ੍ਰੇਰਕ ਵੀ ਕਹਿੰਦੇ ਆ ਠੀਕ ਹੈ ਦੂਸਰੇ ਆ ਪ੍ਰਾਪਤ ਕੀਤੇ ਹੋਏ ਅਰਜਿਤ ਅਰਜਿਤ ਪ੍ਰੇਰਕ ਪ੍ਰੇਰਕ ਦੇ ਵਿੱਚ ਕੀ ਆ ਆਪਾਂ ਇੰਟਰਸਟ ਜੋ ਹੈ ਆਪਣੀ ਰੁਚੀ ਆਪਣੀ ਆਦਤ ਆਪਣੇ ਜੀਵਨ ਦੇ ਲਕਸ਼ ਏਮ ਸਮੂਹਿਕਤਾ ਦੀ ਭਾਵਨਾ ਠੀਕ ਹੈ ਇਹ ਕਿਤਨੇ ਵਿੱਚ ਆ ਜਾਂਦੇ ਆ ਅਰਜਿਤ ਪ੍ਰੇਰਕ ਵਿੱਚ ਇਹਨਾਂ ਨੂੰ ਸਕੈਂਡਰੀ ਪ੍ਰੇਰਕ ਵੀ ਕਹਿੰਦੇ ਆ ਜਨਮजात ਵਾਲੇ ਪ੍ਰਾਇਮਰੀ ਹੋ ਜਾਂਦੇ ਆ ਠੀਕ ਹੈ ਅੱਗੇ ਆ 10ਵਾਂ ਮੈਕਡੂਗਲ ਮੈਕਡੂਗਲ ਇਹ ਜੋ ਸੀ ਬ੍ਰਿਟੇਨ ਦੇ ਰਹਿਣ ਵਾਲੇ ਸੀ ਬ੍ਰਿਟੇਨ ਦੇ ਇਹਨਾਂ ਦੇ ਬਾਰੇ ਡੈਫੀਨੇਸ਼ਨ ਪੁੱਛੀ ਜਾਂਦੀ ਹੈ ਮੈਕਡੂਗਲ ਦੇ ਬਾਰੇ ਮੈਕਡੂਗਲ ਨੇ ਕੀ ਕਿਹਾ ਕਿ ਮਨ ਜੋ ਹੈ ਊਰਜਾ ਮਨੋਵਿਗਿਆਨ ਦਾ ਜਨਕ ਹੈ ਮੈਕਡੂਗਲ ਨੇ ਦੱਸਿਆ ਸੀ ਮਨ ਊਰਜਾ ਮਨੋਵਿਗਿਆਨ ਦਾ ਜਨਕ ਹੈ ਠੀਕ ਹੈ ਮੈਕਡੂਗਲ ਨੇ ਜਿਹੜਾ ਮਹੱਤਵਪੂਰਨ ਯੋਗਦਾਨ ਦਿੱਤਾ ਸੀ ਉਹ ਹੈ ਮੂਲ ਪ੍ਰਵਿਰਤੀ ਮੂਲ ਪ੍ਰਵਿਰਤੀ ਜਿੱਥੇ ਵੀ ਮੂਲ ਪ੍ਰਵਿਰਤੀ ਸ਼ਬਦ ਆ ਜਾਏ ਔਰ ਪੁੱਛਿਆ ਜਾਏ ਕਿ ਇਹ ਕਥਨ ਕਿਸ ਦਾ ਹੈ ਤਾਂ ਉੱਥੇ ਤੁਸੀਂ ਲਗਾਓਗੇ ਮੈਕਡੂਗਲ ਠੀਕ ਹੈ ਮੂਲ ਪ੍ਰਵਿਰਤੀ ਯਾਦ ਰੱਖ ਲਿਓ ਔਰ ਮੈਕਡੂਗਲ ਯਾਦ ਰੱਖ ਲਿਓ ਮਨੋਵਿਗਿਆਨ ਦੇ ਵਿੱਚ ਜੋ ਸਾਈਕੋਲੋਜੀ ਹੈ ਜੀਵ ਵਸਤੂਆਂ ਦਾ ਵਿਵਹਾਰ ਦਾ ਵਿਧਾਇਕ ਵਿਗਿਆਨ ਹੈ ਇਹ ਮੈਕਡੂਗਲ ਨੇ ਕਿਹਾ ਸੀ ਠੀਕ ਹੈ ਸੋ ਮੂਲ ਪ੍ਰਵਿਰਤੀ ਬਾਰੇ ਇਹਨਾਂ ਨੇ ਕੀ ਕਿਹਾ ਕਿ ਇੱਕ ਅਜਿਹੀ ਜਨਮजात ਪ੍ਰਵਿਰਤੀ ਹੈ ਜੋ ਵਿਅਕਤੀ ਨੂੰ ਵਸਤੂਆਂ ਦਾ ਵਿਸ਼ੇਸ਼ ਢੰਗ ਨਾਲ ਉਹਨਾਂ ਦਾ ਆਬਜ਼ਰਵੇਸ਼ਨ ਕਰਨ ਦੀ ਮੰਗ ਕਰਦੀ ਹੈ ਤੇ ਵਿਵਾਰ ਕਰਨ ਲਈ ਪ੍ਰੇਰਿਤ ਪ੍ਰੇਰਿਤ ਕਰਦੀ ਹੈ। ਇਹ ਹੀ ਮੂਲ ਪ੍ਰਵਿਰਤੀ ਹੈ। ਠੀਕ ਹੈ? ਉਹਨਾਂ ਨੇ ਇਹ ਕਿਹਾ ਸੀ। ਓਕੇ ਅੱਗੇ ਹੈ 11 ਨੰਬਰ ਪਲੂਟੋ। ਪਲੂਟੋ ਨੂੰ ਕੀ ਕਿਹਾ ਜਾਂਦਾ ਹੈ ਸਿੱਖਿਆ ਦਾ ਮੁੱਖ ਉਦੇਸ਼ ਸੱਚ ਦਾ ਸੱਚ ਦਾ ਸਾਹਮਣਾ ਕਰਉਣਾ ਹੈ। ਪਲੂਟੋ ਨੇ ਇਹ ਕਿਹਾ ਸੀ ਕਿ ਜੋ ਆਪਾਂ ਨੂੰ ਐਜੂਕੇਸ਼ਨ ਪਰਵਾਇਡ ਕਰਵਾਈ ਜਾ ਰਹੀ ਹੈ ਉਸ ਦਾ ਇਹ Aim ਹੋਣਾ ਚਾਹੀਦਾ ਹੈ ਕਿ ਬੱਚੇ ਜੋ ਹੈ ਉਹ ਸੱਚ ਦਾ ਸਾਹਮਣਾ ਕਰਨ ਠੀਕ ਹੈ ਸਿੱਖਿਆ ਪ੍ਰਣਾਲੀ ਵਿੱਚ ਅਨੁਕਰਨ ਉੱਪਰ ਵਿਸ਼ੇਸ਼ ਬਲ ਦਿੱਤਾ ਸੀ ਅਨੁਕਰਨ ਉੱਪਰ ਵਿਸ਼ੇਸ਼ ਬਲ ਪਲੂਟੋ ਨੇ ਦਿੱਤਾ ਸੀ ਠੀਕ ਹੈ ਅੱਗੇ ਆ 12ਵੇਂ ਜੌਨ ਡਿਊਈ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਯੂ ਐਸ ਏ ਦੇ ਜੌਨ ਡਿਊਈ ਠੀਕ ਹੈ ਇਹਨਾਂ ਨੂੰ ਜਨਤੰਤਰੀ ਸਿੱਖਿਆ ਦਾ ਸਭ ਤੋਂ بڑا ਵੱਡਾ ਮਤਲਬ ਜੋ ਵਿਆਖਿਆ ਕਰ ਰਹਾ ਹੈ ਨਾ ਉਹ ਮੰਨਿਆ ਜਾਂਦਾ ਹੈ ਇਹਨਾਂ ਨੇ ਕੀ ਹੈ ਕਰਕੇ ਸਿੱਖਣ ਕਰਕੇ ਸਿੱਖਣ ਕਰਕੇ ਸਿੱਖਣ ਸਿਧਾਂਤ ਦਾ ਜੋ ਸੀ ਜੋ ਜਿੰਨਾ ਜੋ एनसीएफ 2005 ਦੇ ਵਿੱਚ ਵੀ ਕਿਹਾ ਗਿਆ ਉਹ ਸਿਧਾਂਤ ਦਾ ਇਹਨਾਂ ਨੇ ਸਮਰਥਨ ਕੀਤਾ ਸੀ ਠੀਕ ਹੈ ਇਸ ਨੂੰ ਪ੍ਰਯੋਜਨਵਾਦ ਦਾ ਵੀ ਸਮਰਥਨ ਵੀ ਕਿਹਾ ਜਾਂਦਾ ਹੈ ਜੋ ਜohn Dewey ਸੀ ਉਹ ਇੱਕ ਤਾਂ ਕਰਕੇ ਸਿੱਖਣ ਸਿਧਾਂਤ ਦੇ ਸਮਰਥਕ ਸੀ ਇਸ ਤੋਂ ਇਲਾਵਾ ਪ੍ਰਯੋਜਨਵਾਦ ਦੇ ਵੀ ਸਮਰਥਕ ਰਹੇ ਆ ਅੱਗੇ ਆ ਇਹਰਾ ਨੰਬਰ ਮੌਂਟੈਸਰੀ ਮੈਡਮ ਮੌਂਟੈਸਰੀ ਇਹ ਇਟਲੀ ਦੇ ਰਹਿਣ ਵਾਲੇ ਸੀ ਔਰ ਇਹਨਾਂ ਨੇ ਕਿਹਾ ਸੀ ਕਿ ਇੰਦਰੀਆਂ ਦੇ ਮਾਧਿਅਮ ਨਾਲ ਜੋ ਆਪਣੀਆਂ ਗਿਆਨ ਇੰਦਰੀਆਂ ਨੇ ਉਹਨਾਂ ਦੇ ਮਾਧਿਅਮ ਨਾਲ ਬੱਚੇ ਨੂੰ ਸਿੱਖਿਆ ਦਿੱਤੀ ਜਾਵੇ ਤੇ ਬੱਚੇ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਇਹ ਜੋ ਹੈ ਬੇਸਿਕ ਹੋਣਾ ਜ਼ਰੂਰੀ ਹੈ 1946 ਵਿੱਚ ਕੀ ਹੋਇਆ ਕਿ ਇਹ ਗਾਂਧੀ ਜੀ ਨੂੰ ਮਿਲੇ ਸੀ ਮਹਾਤਮਾ ਗਾਂਧੀ ਨੂੰ ਔਰ ਉਹਨਾਂ ਨੂੰ ਇਹ ਮੈਥਡ ਦੇਣ ਲਈ ਦੱਸਿਆ ਸੀ ਉਸ ਤੋਂ ਬਾਅਦ ਜੋ ਹੈ ਇਹ ਸਿੱਖਿਆ ਦੇ ਵਿੱਚ ਸ਼ਾਮਿਲ ਕੀਤਾ ਗਿਆ ਫਰੌਇਡ ਸਿਗਮੰਡ ਫਰੌਇਡ ਆਸਟਰੀਆ ਆਸਟਰੀਆ ਦੇ ਰਹਿਣ ਵਾਲੇ ਸੀ ਇਹਨਾਂ ਨੂੰ ਮਨੋਵਿਸ਼ਲੇਸ਼ਣਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ ਠੀਕ ਹੈ ਇਹਨਾਂ ਨੇ ਕਿਹਾ ਕਿ ਸੀ ਕਿ ਜੋ ਆਮ ਵਿਅਕਤੀ ਹੈ ਉਸ ਦਾ ਵਿਕਤੀਤਵ ਉਸ ਦੀ ਜੋ ਪਰਸਨੈਲਿਟੀ ਹੈ ਉਸ ਦੇ ਤਿੰਨ ਕਾਰਕ ਨੇ ਇਡ ਇਡ ਈਗੋ ਸੁਪਰ ਈਗੋ ਇਡ ਈਗੋ اور سپر ਈਗੋ ਇਹਨਾਂ ਤਿੰਨਾਂ ਨੂੰ ਉਹਨੇ ਡਿਫਾਈਨ ਕੀਤਾ ਕਿ ਜੋ ਇਡ ਹੈ ਇੱਡ ਵਿੱਚ ਉਹ ਲੋਗ ਆਣਗੇ ਜੋ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦੇ ਠੀਕ ਹੈ ਸਮਾਜ ਦੇ ਖਿਲਾਫ ਹੋ ਕੇ ਚੱਲਦੇ ਆ ਫੋਰ ਐਗਜ਼ਾਮਪਲ ਚੋਰ ਡਾਕੂ ਗੈਂਗਸਟਰ ਨਸ਼ੇੜੀ ਇਹ ਸਾਰੇ ਕੀ ਹੈ ਇੱਡ ਦੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਦੂਜੀ ਹੈ ਈਗੋ ਈਗੋ ਜੋ ਹੈ ਆਮ ਲਾਈਫ ਜੋ ਆਮ ਜ਼ਿੰਦਗੀ ਬਤੀਤ ਕਰਨ ਵਾਲੇ ਲੋਕ ਨੇ ਠੀਕ ਹੈ ਨੋਰਮਲ ਹਿਊਮਨ ਲਾਈਫ ਵਾਲੇ ਉਸ ਤੋਂ ਬਾਅਦ ਹੈ ਸੁਪਰ ਈਗੋ ਸੁਪਰ ਈਗੋ ਦੇ ਵਿੱਚ ਉਹਨਾਂ ਨੇ ਕੀ ਕਿਹਾ ਕੀ ਅਜਿਹੇ ਵਿਅਕਤੀ ਆ ਜਾਂਦੇ ਆ ਜੋ ਨੈਤਿਕ ਦ੍ਰਿਸ਼ਟੀਕੋਣ ਜਿੰਨਾ ਦਾ ਉੱਚਾ ਹੁੰਦਾ ਹੈ ਮਤਲਬ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਕਿਹੜਾ ਕੰਮ ਕਰਨਾ ਹੈ ਕਿਹੜਾ ਕੰਮ ਨਹੀਂ ਕਰਨਾ ਠੀਕ ਹੈ ਸੁਪਰ ਈਗੋ ਦੇ ਵਿੱਚ ਇਹ ਆ ਜਾਂਦੇ ਆ ਇਸ ਤੋਂ ਇਲਾਵਾ ਫਰੋਇਡ ਬਾਰੇ ਹੋਰ ਕੀ ਜਾਨਣਾ ਜ਼ਰੂਰੀ ਹੈ ਕਿ ਮਨੁੱਖ ਦਾ ਜੋ ਵਿਵਹਾਰ ਹੈ ਉਸ ਦੇ ਵਿੱਚ ਮੂਲ ਜੋ ਮੋਟੀਵੇਸ਼ਨ ਦਾ ਕਾਰਨ ਹੈ ਉਹ ਹੈ ਕਾਮ ਮਤਲਬ ਉਸ ਦਾ ਸੈਕਸ਼ੂਅਲ ਪਾਵਰ ਕਾਮ ਜਾਂ ਲਿਬਿਡੋ ਜੋ ਹੈ ਸ਼ਕਤੀਆਂ ਦਾ ਭੰਡਾਰ ਕਿਹਾ ਫਰੋਇਡ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਜਿੱਥੇ ਕਾਮ ਦੀ ਗੱਲ ਹੋਏਗੀ ਉਹ ਫਰੋਇਡ ਨੇ ਕਿਹਾ ਠੀਕ ਹੈ ਅੱਗੇ ਹੈ ਕਿਲ ਪੈਟ੍ਰਿਕ ਕਿਲ ਪੈਟ੍ਰਿਕ ਜੋਸੀ ਇਹਨਾਂ ਦਾ ਪੂਰਾ ਨਾਮ ਹੈ ਹੈਨਰੀ ਕਿਲ ਪੈਟ੍ਰਿਕ ਯੋਜਨਾ ਵਿਧੀ ਜੋ ਯੋਜਨਾ ਵਿਧੀ ਹੈ ਇਸ ਦੇ ਉੱਪਰ ਕੁਐਸਚਨ ਆ ਜਾਂਦਾ ਹੈ ਯੋਜਨਾ ਵਿਧੀ ਦੇ ਪ੍ਰਤੀਪਾਦਕ ਕੌਣ ਸੀ ਕਿਲ ਪੈਟ੍ਰਿਕ ਸੀ ਠੀਕ ਹੈ ਇਹਨਾਂ ਨੇ ਕਿਹਾ ਕਿ ਜੋ ਬੱਚੇ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਉਹ ਬੱਚੇ ਦੇ ਅਨੁਭਵਾਂ ਦੇ ਆਧਾਰ ਤੇ ਹੋਏ ਜੋ ਬੱਚਾ ਐਕਸਪੀਰੀਅੰਸ ਕਰੇ ਉਸ ਦੇ ਆਧਾਰ ਤੇ ਕੀ ਸਿੱਖਿਆ ਦੇਣੀ ਚਾਹੀਦੀ ਹੈ ਅੱਗੇ ਆ ਪਾਵਲੋ ਪਾਵਲੋ ਪਾਵਲੋਵ ਜੋ ਸੀ ਉਹ ਰੂਸ ਦੇ ਰਹਿਣ ਵਾਲੇ ਸੀ ਇਹਨਾਂ ਨੇ ਸੀਸੀ ਥਿਉਰੀ ਦਿੱਤੀ ਸੀ ਸੀਸੀਟੀ ਜ ਜਿਹਨੂੰ ਸ਼ੋਰਟ ਦੇ ਵਿੱਚ ਕਹਿ ਦਿੰਦੇ ਆ ਕਲਾਸਿਕਲ ਕੰਡੀਸ਼ਨਿੰਗ ਥਿਉਰੀ ਠੀਕ ਹੈ ਕਲਾਸਿਕਲ ਕੰਡੀਸ਼ਨਿੰਗ ਥਿਉਰੀ ਜਿਹਨੂੰ ਸ਼ਾਸਤਰੀ ਅਨੁਬੰਧਨ ਦਾ ਸਿਧਾਂਤ ਕਿਹਾ ਜਾਂਦਾ ਹੈ ਇਹਨਾਂ ਨੇ ਡੌਗ ਦੇ ਉੱਪਰ ਕੀਆ ਐਕਸਪੈਰੀਮੈਂਟ ਕੀਤਾ ਸੀ ਪਾਵਲੋਵ ਨੇ ਜਿੰਥੇ ਆਪਾਂ ਪਿੱਛੇ ਪੜਿਆ ਸੀ ਨਾ ਪੈਟਰੋਵਿਚ ਪੈਟਰੋਵਿਚ ਇਹਨਾਂ ਦਾ ਪੂਰਾ ਨਾਮ ਹੈ ਇਵਾਨ ਪੈਟਰੋਵਿਚ ਪਾਵਲੋਵ ਓਕੇ ਅੱਗੇ ਹੈ 17 ਨੰਬਰ ਰੂਸੋ ਰੂਸੋ ਜੋ ਸੀ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਐਮਲੀ ਵਿੱਚ ਉਹਨਾਂ ਨੇ ਕੀ ਕਿਹਾ ਕਿ ਜੋ ਕਾਲਪਨਿਕ ਬਾਲਕ ਹੈ ਉਸ ਦੀ ਸਿੱਖਿਆ ਦਾ ਵਰਣਨ ਕੀਤਾ ਸੀ ਉਹਨਾਂ ਨੇ ਤੇ ਜੋ ਸਿੱਖਿਆ ਵਿੱਚ ਮਨੋਵਿਗਿਆਨਿਕ ਅੰਦੋਲਨ ਸੀ ਉਸ ਦਾ ਸਾਰਾ ਜੋ ਹੈ ਸ਼ਰੇ ਔਰ ਰੂਸੋ ਨੂੰ ਜਾਂਦਾ ਹੈ ਠੀਕ ਹੈ ਸਿੱਖਿਆ ਦੇ ਵਿੱਚ ਜੋ ਐਜੂਕੇਸ਼ਨ ਦੇ ਵਿੱਚ ਮਨੋਵਿਗਿਆਨ ਦਾ ਅੰਦੋਲਨ ਸ਼ੁਰੂ ਹੋਇਆ ਉਸ ਦੇ ਪ੍ਰਤੀਪਾਦਕਾਂ ਦੇ ਵਿੱਚੋਂ ਇਹ ਰੂਸੋ ਇੱਕ ਸੀ ਇਸ ਤੋਂ ਬਾਅਦ ਹੈ ਸਕਿਨਰ ਸਕਿਨਰ ਜੋ ਸੀ ਸਿੱਖਿਆ ਮਨੋਵਿਗਿਆਨ ਦੇ ਵਿੱਚ ਜੋ ਹੈ ਅਧਿਆਪਕ ਨਿਰਮਾਣ ਦੀ ਆਧਾਰਸ਼ਿਲਾ ਇਹਨਾਂ ਨੇ ਮੰਨਿਆ ਸੀ ਕਿ ਸਿੱਖਿਆ ਮਨੋਵਿਗਿਆਨ ਦੇ ਵਿੱਚ ਜੋ ਅਧਿਆਪਕ ਹੈ ਉਹ ਨਿਰਮਾਣ ਦੀ ਆਧਾਰਸ਼ਿਲਾ ਹੈ ਇਹਨਾਂ ਨੇ ਚੂਹੇ ਦੇ ਉੱਪਰ ਪ੍ਰਯੋਗ ਕੀਤਾ ਸੀ ਔਰ ਕਬੂਤਰ ਦੇ ਉੱਪਰ ਪ੍ਰਯੋਗ ਕੀਤਾ ਸੀ ਸਕਿਨਰ ਨੇ ਅੱਗੇ ਆ 19 ਫਰੋਬਲ ਫਰੋਬਲ ਜੋ ਸੀ ਇਹਨਾਂ ਨੇ ਕੀ ਕੀਤਾ ਕਿ ਜੋ ਕਿੰਡਰਗਾਰਡਨ ਸਿੱਖਿਆ ਪ੍ਰਣਾਲੀ ਹੈ ਉਸ ਦੇ ਜਨਕ ਨੇ ਕਿੰਡਰ ਗਾਰਡਨ ਸਿੱਖਿਆ ਪ੍ਰਣਾਲੀ ਦੇ ਜਨਕ ਨੇ ਠੀਕ ਹੈ ਫਰੋਬਲ ਇਹਨਾਂ ਨੇ ਕਿਹਾ ਕਿ ਜੋ ਬੱਚੇ ਨੂੰ ਸਿੱਖਿਆ ਦਿੱਤੀ ਜਾਵੇਗੀ ਉਹ ਖੇਡ ਦੇ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ ਮਤਲਬ ਬੱਚੇ ਨੂੰ ਪਲੇਵੇ ਮੈਥਡ ਨਾਲ ਸਿਖਾਇਆ ਜਾਵੇ ਔਰ ਕਿੰਡਰ ਗਾਰਡਨ ਜੋ ਹੈ ਉਹ ਇਹਨਾਂ ਦੁਆਰਾ ਦਿੱਤੀ ਗਈ ਹੈ ਯੰਗ ਕਾਰਲ ਯੰਗ ਇਹਨਾਂ ਦਾ ਨਾਮ ਪੂਰਾ ਹੈ ਕਾਰਲ ਯੰਗ ਯੰਗ ਨੇ ਵੀ ਕੀ ਕਿਹਾ ਕਿ ਇਹਨਾਂ ਨੇ ਪਰਸਨੈਲਿਟੀ ਨੂੰ ਦੋ ਟਾਈਪ ਦੇ ਵਿੱਚ ਵੰਡਿਆ ਜੋ ਆਪਣਾ ਵਿਅਕਤੀਤਵ ਹੈ ਉਸ ਨੂੰ ਦੋ ਟਾਈਪ ਦੇ ਵਿੱਚ ਵੰਡਿਆ ਇੱਕ ਹੈ ਇੰਟਰੋਵਰਟ ਔਰ ਦੂਸਰਾ ਹੈ ਐਕਸਟ੍ਰੋਵਰਟ ਇੰਟਰੋਵਰਟ ਮੀਨਸ ਅੰਤਰਮੁਖੀ ਐਕਸਟ੍ਰੋ ਮੀਨਸ ਬਾਹਰਮੁਖੀ ਅੰਤਰਮੁਖੀ ਵਾਲੇ ਵਿਅਕਤੀ ਜੋ ਹੋਣਗੇ ਉਹਨਾਂ ਦਾ ਕੀ ਹੁੰਦਾ ਹੈ ਕਿ ਜੋ ਉਹਨਾਂ ਦੇ ਭਾਵ ਹੁੰਦੇ ਆ ਜੋ ਉਹਨਾਂ ਦੀਆਂ ਹਰਤਾਂ ਹੁੰਦੀਆਂ ਜੋ ਉਹਨਾਂ ਦੇ ਲੱਛਣ ਹੁੰਦੇ ਆ ਉਹ ਕਿਸੇ ਦੇ ਸਾਹਮਣੇ ਪੇਸ਼ ਨਹੀਂ ਕਰਨਗੇ ਆਪਣੇ ਆਪ ਦੇ ਵਿੱਚ ਗੁੰਮਸਮ ਹੋਏ ਰਹਿਣਗੇ ਔਰ ਐਕਸਟ੍ਰੋਮੁਖੀ ਜੋ ਹੁੰਦੇ ਆ ਉਹ ਆਪਣੇ ਜੋ ਲੱਛਣ ਹੁੰਦੇ ਆ ਜੋ ਸੁਭਾਵ ਹੁੰਦੇ ਆ ਉਹ ਕੀ ਹੈ ਸਮਾਜ ਦੇ ਵਿੱਚ ਕੀ ਹੈ ਬਾਹਰ ਲਿਆ ਕੇ ਰੱਖ ਦਿੰਦੇ ਆ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਆ ਰਾਜਨੀਤਿਕ ਨੇਤਾ ਆ ਜਾਂਦੇ ਆ ਜੋ ਸਮਾਜਿਕ ਕੰਮ ਕਰਨ ਵਾਲੇ ਹੁੰਦੇ ਆ ਉਹ ਸ਼ਾਮਿਲ ਹੁੰਦੇ ਆ ਠੀਕ ਹੈ ਇਹ ਯੰਗ ਦਾ ਇਸ ਤੋਂ ਬਾਅਦ ਆ ਗਾਂਧੀ ਗਾਂਧੀ ਆਪਣੇ ਗਾਂਧੀ ਮਹਾਤਮਾ ਗਾਂਧੀ ਠੀਕ ਹੈ ਇਹਨਾਂ ਨੇ ਕੀ ਕੀਤਾ ਬੇਸਿਕ ਸਿੱਖਿਆ ਤੇ ਜ਼ੋਰ ਦਿੱਤਾ ਜੋ ਬੱਚੇ ਨੂੰ ਬੇਸਿਕ ਸਿੱਖਿਆ ਦਿੱਤੀ ਜਾਵੇਗੀ ਉਹ ਕਹਿਆ ਕਿ ਬੱਚੇ ਦੀ ਮਾਂ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਮਾਤ ਭਾਸ਼ਾ ਮਾਂ ਬੋਲੀ ਦੇ ਵਿੱਚ ਮਾਂ ਬੋਲੀ ਦੇ प्रबल ਸਮਰਥਕ ਰਹੇ ਸੀ ਗਾਂਧੀ ਸੋ ਗਾਂਧੀ ਉੱਪਰ ਇੱਕ ਕੁਐਸਚਨ ਆਂਦਾ ਹੈ ਕਿ ਮਾਂ ਬੋਲੀ ਦੇ ਉੱਪਰ ਜੋ ਸਿੱਖਿਆ ਦਾ ਵਿਚਾਰ ਸੀ ਉਹ ਕਿੰਨਾ ਨੇ ਦਿੱਤਾ ਉਹ ਗਾਂਧੀ ਨੇ ਦਿੱਤਾ ਸੀ ਕਿਉਂਕਿ ਗਾਂਧੀ ਜਦੋਂ ਅੰਗਰੇਜ਼ਾਂ ਦਾ ਟਾਈਮ ਪੀਰੀਅਡ ਚੱਲ ਰਿਹਾ ਸੀ ਉਦੋਂ ਗਾਂਧੀ ਨੇ ਜੋ ਬ੍ਰਿਟਨ ਦੀ ਸਿੱਖਿਆ ਵਿਵਸਥਾ ਸੀ ਭਾਰਤ ਦੇ ਵਿੱਚ ਪੱਛਮੀ ਸਿੱਖਿਆ ਵਿਵਸਥਾ ਵੈਸਟਰਨ ਐਜੂਕੇਸ਼ਨ ਜੋ ਫਿਲਾਸਫੀ ਸੀ ਉਸ ਦਾ ਵਿਰੋਧ ਕੀਤਾ ਸੀ ਔਰ ਬੱਚੇ ਨੂੰ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਣ ਦੀ ਗੱਲ ਕੀਤੀ ਸੀ ਇਹਨਾਂ ਨੇ ਕਿਹਾ ਕਿ ਜੋ ਸਿੱਖਿਆ ਦਾ ਅਰਥ ਹੈ ਇਹ ਡੈਫੀਨੇਸ਼ਨ ਪੁੱਛੀ ਜਾ ਸਕਦੀ ਹੈ ਜੋ ਮੈਂ ਬੋਲ ਰਿਹਾ ਹਾਂ ਉਹਨ ਕਿ ਬੱਚਾ ਅਤੇ ਮਨੁੱਖ ਵਿੱਚ ਆਤਮਾ ਸਰੀਰ ਅਤੇ ਬੁੱਧੀ ਦੇ ਸਰਵਪੱਖੀ ਅਤੇ ਸਭ ਤੋਂ ਅੱਛੇ ਚੰਗਾ ਵਿਕਾਸ ਕਰਨ ਦੀ ਜੋ ਗੱਲ ਕਰਦੀ ਹੈ ਉਹ ਸਿੱਖਿਆ ਕਰਦੀ ਹੈ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਰਿਪੀਟ ਕਰ ਰਹੇ ਹਾਂ ਕਿ ਸਿੱਖਿਆ ਦਾ ਅਰਥ ਹੈ ਬੱਚੇ ਅਤੇ ਮਨੁੱਖ ਵਿੱਚ ਉਸ ਦੀ ਆਤਮਾ ਸਰੀਰ ਅਤੇ ਬੁੱਧੀ ਦਾ ਸਰਵਪੱਖੀ ਅਤੇ ਸਭ ਤੋਂ ਚੰਗੇ ਢੰਗ ਨਾਲ ਵਿਕਾਸ ਕਰਨਾ ਜੀਨ ਪਿਆਜੇ ਜੀਨ ਪਿਆਜੇ ਪਿਆਜੇ ਨੇ ਕੀ ਕੀਤਾ ਕਿ ਗਿਆਨਾਤਮਕ ਵਿਕਾਸ ਦੇ ਸਿਧਾਂਤ ਦਿੱਤਾ ਜਿੱਥੇ ਵੀ ਗਿਆਨਾਤਮਕ ਵਿਕਾਸ ਦੀ ਗੱਲ ਆਏਗੀ ਉਹ ਪਿਆਜੇ ਜੀ ਲਿਖਿਆ ਹੋਏਗਾ ਕਿ ਇਹ ਕਿਸ ਨੇ ਦਿੱਤਾ ਤਾਂ ਪਿਆਜੇ ਲਗਾਓਗੇ ਠੀਕ ਹੈ ਪਿਆਜੇ ਨੇ ਗਿਆਨਾਤਮਕ ਵਿਕਾਸ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੋ ਸਿੱਖਣ ਦਾ ਸਮਾਂ ਉਹ ਅਰਥਪੂਰਨ ਹੁੰਦਾ ਹੈ ਜਦੋਂ ਕਿ ਵਿਦਿਆਰਥੀ ਜੋ ਹੈ ਉਸ ਦੀ ਰੁਚੀ ਅਤੇ ਜੋ ਕੋਤੂਹਾਲ ਹੈ ਮਤਲਬ ਜੋ ਉਸ ਦੇ ਵਿੱਚ ਖਰੇ ਕੰਮ ਨੂੰ ਤੇਜ਼ੀ-ਤੇਜ਼ੀ ਨਾਲ ਕਰਨ ਦੀ ਜੋ ਇੱਛਾ ਹੈ ਉਸ ਦੇ ਨਿਰੂਪ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਹੈ ਥੋਰਨੇਡਾਇਕ ਥੋਰਨੇਡਾਇਕ ਜੋ ਸੀ ਉਹ ਯੂਐਸਏ ਦੇ ਸੀ ਪਿਆਜ ਜੋ ਸੀ ਉਹ ਸਵਿਟਜ਼ਰਲੈਂਡ ਦੇ ਸੀ ਠੀਕ ਹੈ ਥੋਰਨੇਡਾਇਕ ਬਾਰੇ ਆਪਾਂ ਜਾਣ ਲਈਏ ਥੋਰਨੇਡਾਇਕ ਨੂੰ ਪਸ਼ੂ ਮਨੋਵਿਗਿਆਨ ਦਾ ਪਿਤਾ ਕਿਹਾ ਜਾਂਦਾ ਹੈ। ਅਗਰ ਕੁਐਸਚਨ ਆ ਜਾਈਏ ਕਿ ਪਸ਼ੂ ਮਨੋਵਿਗਿਆਨ ਦਾ ਪਿਤਾ ਕਿਨੂੰ ਕਿਹਾ ਜਾਂਦਾ ਹੈ ਤਾਂ ਥੋਰਨਡਾਈਕ ਨੂੰ ਕਿਹਾ ਜਾਂਦਾ ਹੈ। ਥੋਰਨਡਾਈਕ ਨੂੰ ਪਹਿਲਾ ਸਿੱਖਿਆਕ ਮਨੋਵਿਗਿਆਨਵੀ ਮੰਨਿਆ ਜਾਂਦਾ ਹੈ। ਠੀਕ ਹੈ ਪਹਿਲਾ ਸਿੱਖਿਆਕ ਮਨੋਵਿਗਿਆਨ। ਇਹਨਾਂ ਨੇ ਕੈਟ ਦੇ ਉੱਪਰ ਪ੍ਰਯੋਗ ਕੀਤਾ ਸੀ, ਬਿੱਲੀ ਦੇ ਉੱਪਰ ਠੀਕ ਹੈ। ਇਹਨਾਂ ਨੇ ਹੀ ਸਿਧਾਂਤ ਦਿੱਤਾ ਸੀ ਯਤਨ ਅਤੇ ਭੁੱਲ ਵਿਧੀ ਦਾ। ਸਿੱਖਣ ਦੇ ਖੇਤਰ ਵਿੱਚ ਜੋ ਮੈਥ ਹੋਰ ਸਾਇੰਸ ਦੇ ਵਿੱਚ ਬੇਸਿਕਲੀ ਜ਼ਿਆਦਾ ਡਿਮਾਂਡ ਹੁੰਦੀ ਹੈ। ਯਤਨ ਅਤੇ ਪੋਲ ਵੀ ਦੇ ਦੀ ਅੱਗੇ ਹੈ ਲਾਸਟ ਵਾਟਸਨ ਵਾਟਸਨ ਜੋਸੀਓ ਯੂਐਸਏ ਦੇ ਸੀ ਇਹਨਾਂ ਨੂੰ ਵਿਵਹਾਰਵਾਦ ਦਾ ਪਿਤਾ ਕਿਹਾ ਜਾਂਦਾ ਹੈ ਠੀਕ ਹੈ ਮਨੋਵਿਗਿਆਨ ਦਾ ਜੋ ਵਿਵਹਾਰਵਾਦ ਹੈ ਉਸ ਦਾ জনক ਮੰਨਿਆ ਜਾਂਦਾ ਹੈ ਔਰ ਇਹਨਾਂ ਦੀ ਇੱਕ ਡੈਫੀਨੇਸ਼ਨ ਮਸ਼ਹੂਰ ਹੈ ਤੁਸੀਂ ਮੈਨੂੰ ਕੋਈ ਵੀ ਬੱਚਾ ਦਿਓ ਮੈਂ ਉਸ ਨੂੰ ਕੁਝ ਵੀ ਬਣਾ ਸਕਦਾ ਇਹ ਡੈਫੀਨੇਸ਼ਨ ਪੁੱਛੀ ਜਾਂਦੀ ਹੈ ਠੀਕ ਹੈ ਇਸ ਤੋਂ ਇਲਾਵਾ ਇੱਕ ਰਹਿ ਗਈ ਬਿਨੇ ਐਲਫਰਡ ਬਿਨੇ ਐਲਫਰਡ ਬਿਨੇ ਜੋਸੀ ਉਹਨਾਂ ਨੇ ਕੀ ਕੀਤਾ ਸੀ ਕਿ ਸਭ ਤੋਂ ਪਹਿਲਾਂ 1905 ਵਿੱਚ ਬੁੱਧੀ ਪ੍ਰੀਖਣ ਤਿਆਰ ਕੀਤਾ ਸੀ 1905 ਵਿੱਚ ਇਹ ਯਰ ਪੁੱਛਿਆ ਜਾਂਦਾ ਹੈ ਕਿ ਐਲਫਰਡ ਬਿਨੇ ਨੇ ਸਭ ਤੋਂ ਪਹਿਲਾਂ ਬੁੱਧੀ ਪ੍ਰੀਖਣ ਕਦੋਂ ਤਿਆਰ ਕੀਤਾ ਤਾਂ 1905 ਵਿੱਚ ਕੀਤਾ ਤਾਂ ਬਿਨੇ ਅਤੇ ਇੱਕ ਸਾਈਮਨ ਨਾਂ ਦੇ ਮਨੋਵਿਗਿਆਨਕ ਸੀ ਉਹਨਾਂ ਨੇ ਕੀ ਕੀਤਾ ਕਿ ਮਾਨਸਿਕ ਉਮਰ ਦੀ ਜੋ ਸ਼ਬਦ ਸੀ 멘ਟਲ ਏਜ ਉਹ ਸਭ ਤੋਂ ਪਹਿਲਾਂ ਜੋ ਹੈ ਉਹ ਇਨਾਂ ਨੇ ਦਿੱਤਾ ਸੀ ਆਈਕਿਊ ਦਾ ਵਿਚਾਰ ਵੀ ਸਭ ਤੋਂ ਪਹਿਲਾਂ ਬੀਨੇ ਨੇ ਦਿੱਤਾ ਸੀ ਠੀਕ ਹੈ ਓਕੇ ਬੁੱਧੀ ਮਾਪਨ ਦਾ ਜੋ ਵਿਚਾਰ ਸੀ ਉਹ ਸਭ ਤੋਂ ਪਹਿਲਾਂ ਬੀਨੇ ਨੇ ਦਿੱਤਾ ਸੀ ਟਰਮਨ ਨੇ ਹਾਲਾਂਕਿ ਉਸ ਦਾ ਫਾਰਮੂਲਾ ਬਣਾਇਆ ਸੀ ਬਾਕੀ ਆ ਵੀਡੀਓ ਵਧੀਆ ਲੱਗੀ ਹੋਏ ਤਾਂ ਆਪਣੇ ਰਿਵਿਊ ਜ਼ਰੂਰ ਦੇਣਾ ਕਮੈਂਟ ਬਾਕਸ ਦੇ ਵਿੱਚ ਸੋ ਇੰਨਾ ਹੀ ਸੀ ਸਾਈਕੋਲੋਜੀ ਦੇ ਫੈਕਟ ਸੋ ਹੋਪ ਕਿ ਤੁਸੀਂ ਸਾਰੀ ਵੀਡੀਓ ਦੇਖੀ ਹੋਏਗੀ ਸੋ ਥੈਂਕ ਯੂ ਸੋ ਮੱਚ ਰਿਵਿਊ ਦੇਣਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ